ਸਰੀ ਦੇ ਵਿੱਚ ਹਾਈ ਪ੍ਰੋਫਾਈਲ ਕਤਲ ਹੋਇਆ ਭਾਈ ਹਰਦੀਪ ਸਿੰਘ ਨਿੱਜਰ ਦਾ, ਹੈ ਨਾ, ਉਹਦੇ ਵਿੱਚ ਦੂਜੇ ਦਿਨ ਰਿਪੋਰਟਾਂ ਬਾਹਰ ਆਉਣ ਲੱਗ ਪਈਆਂ ਵੀ ਇਹ ਇਹਨਾਂ ਦੀ ਡਾਰਕ ਵੈਬ ਦੇ ਉੱਤੇ ਇਨਫੋਰਮੇਸ਼ਨ ਕਈ ਦਿਨਾਂ ਦੀ ਘੁੰਮਦੀ ਸੀਗੀ ਵੀ ਕਿਸੇ ਨੇ ਕਤਲ ਦੀ ਸਫਾਰੀ ਦਿੱਤੀ ਆ, ਵੀ ਇਹ ਟੋਰ ਬਰਾਊਜ਼ਰ ਦੇ ਵਿੱਚ ਜਾ ਕੇ ਇਹਨੇ ਕੀ ਕੀਤਾ, ਇਹਨੇ ਕੋਈ ਬੰਦੇ ਦੀ ਸਫਾਰੀ ਦਿੱਤੀ ਜਾਂ ਡਰੱਗ ਵੇਚੀ ਜਾਂ ਖਰੀਦੀ, ਪਰ ਉਹਨੂੰ ਇਹ ਪਤਾ ਵੀ ਇਹ ਟੋਰ ਬਰਾਊਜ਼ਰ ਤੇ ਗਿਆ। ਤੁਹਾਨੂੰ ਮੈਨੂੰ ਯਾਰ ਸਵਾਦ ਆਉਂਦਾ ਕੋਈ ਟੋਰਚਰ ਹੁੰਦਾ ਹੋਵੇ ਮੈਂ ਉਹ ਦੇਖਣਾ, ਉਹ ਵੀ ਇਹ ਜਿਹੇ ਕੰਮ ਡਾਰਕ ਵੈਬ ਤੇ ਹੁੰਦੇ ਆ ਭਾਜੀ। ਜਿੱਦਾਂ ਹੁਣ ਆਪਾਂ ਪਬਲਿਕ ਨੈਟਵਰਕ ਦੀ ਗੱਲ ਕੀਤੀ, ਜਿੱਦਾਂ ਏਅਰਪੋਰਟ ਤੇ ਯੂਜ਼ ਕਰਦੇ ਆ, ਕੈਫਿਆਂ 'ਚ ਯੂਜ਼ ਕਰਦੇ ਆ, ਕੀ ਉਹ ਸੇਫ ਆ? ਨਹੀਂ, ਉਹ ਬਿਲਕੁਲ ਸੇਫ ਨਹੀਂ ਹੈਗਾ, ਕਿਉਂਕਿ ਹੁਣ ਜੇ ਆਪਾਂ ਕੋਈ ਐਪ ਡਾਊਨਲੋਡ ਕਰਦੇ ਹਾਂ, ਸਭ ਤੋਂ ਵੱਡਾ ਮੁੱਦਾ ਇਹ ਆ, ਉਹ ਆਪਾਂ ਤੋਂ ਅਲਾਓ ਕੈਮਰਾ, ਅਲਾਓ ਮਾਈਕਰੋਫੋਨ, ਅਲਾਓ ਫੋਟੋ, ਅਲਾਓ ਨੈਟਵਰਕ, ਸਾਰਾ ਕੁਛ ਅਲਾਓ ਹੀ ਕਰ ਦਈਦਾ। ਹੁੰਦਾ ਵੀ ਕਿਹੜੀ ਘੜੀ ਐਪ ਚਲਾਈਏ, ਸਾਰਾ ਕੁਛ ਅਲਾਓ, ਹਨਾ, ਬਿਨਾਂ ਪੜੇ। ਹੁਣ ਤੁਸੀਂ ਸੁਣਨੇ ਗਾਣੇ, ਪਰਮਿਸ਼ਨ ਉਹਨੂੰ ਤੁਸੀਂ ਸਾਰੀ ਦੇ ਦੇਣੀਆਂ, ਹਾਂ, ਹਨਾ, ਉਹ ਐਪ ਦਾ ਤਾਂ ਉਹਦੀ ਮਨਸ਼ਾ ਦਾ ਮਤਲਬ ਉੱਥੇ ਹੀ ਡਾਊਟ ਹੋ ਜਾਣਾ ਚਾਹੀਦਾ ਵੀ ਇਹਦੀ ਮਨਸ਼ਾ ਖਰਾਬ ਆ। ਜਿਹੜਾ ਘਰ ਦਾ ਨੈਟਵਰਕ ਆ ਉਹ ਬ੍ਰੇਕ ਇਨ ਕਰਨਾ ਕਿੰਨਾ ਈਜ਼ੀ ਆ, ਉਹ ਤਾਂ ਬਹੁਤ ਈਜ਼ੀ ਆ, ਉਹਨੂੰ ਕਹਿੰਦੇ ਆ ਬਰੂਟ ਫੋਰਸ ਅਟੈਕ। ਹਾਂ, ਤੇ ਉਹ ਜਾਣੀ ਕਿ ਤੁਹਾਡਾ ਡਾਟਾ, ਜਾਣੀ ਕਿ ਤੁਸੀਂ ਕੁਛ ਨੀ, ਖਤਮ ਕਹਾਣੀ, ਗੁੱਡ ਬਾਏ ਡਾਟਾ, ਗੁੱਡ ਬਾਏ ਡਾਟਾ, ਡਾਟਾ ਵਾਲਾ ਹੀ ਕੰਮ ਆ ਉਹਨਾਂ ਕੋਲ। ਉਹ ਜਾਣੀ ਕਿ ਪੂਰਾ ਕੰਟਰੋਲ ਕਰ ਰਹੇ ਆ ਬੰਦਿਆਂ ਨੂੰ, ਉਹ ਜਾਣੀ ਕਿ ਤੁਹਾਡਾ। ਆਪਾਂ ਜਦੋਂ ਹੁਣ ਆਪਾਂ ਬੋਲਦੇ ਰਹਿੰਦੇ ਆ, ਜਿੱਦਾਂ ਮੈਂ ਹੁਣ ਸ਼ੂਆਂ ਦੀ ਗੱਲ ਕਰਦਾ, ਐਡੀਡਾਸ ਜਾਂ ਨਾਈਕੀ ਕਹੀ ਜਾਂਦਾ, ਥੋੜੇ ਕੁ ਟਾਈਮ ਬਾਅਦ ਫਿਰ ਉਹੀ ਐਡ ਆਉਣ ਲੱਗ ਪੈਂਦੀਆਂ ਆਪਾਂ ਨੂੰ, ਕਿ ਉਹ ਆਪਾਂ ਨੂੰ ਲਿਸਨ ਕਰਦੇ। ਜਿੱਦਾਂ ਆਪਾਂ ਵਾਲਟ ਆ ਜਿਹੜਾ ਆਪਾਂ ਪਿਛਲੀ ਜੇਬ 'ਚ ਪਾਉਂਦੇ ਹਾਂ, ਹਨਾ, ਜਿਹੜੀ ਜਦੋਂ ਤੁਸੀਂ ਮਸ਼ੀਨ ਦੀ ਗੱਲ ਕਰਦੇ ਹੋ, ਕਈ ਬੰਦੇ ਮਸ਼ੀਨ ਹੱਥ 'ਚ ਲੈ ਕੇ ਵੀ ਘੁੰਮਦੇ ਆ ਵੀ ਤੁਰੇ ਜਾਂਦੇ, ਤੁਹਾਡੀ ਜੇਬ ਦੇ ਨਾਲ ਟੈਪ ਹੋ ਜਾਂਦੇ, ਉਹ ਵੀ ਚੱਲਦਾ। ਕੁੜੀਆਂ ਦੀਆਂ ਰਿਕੁਐਸਟਾਂ ਆ ਜਾਂਦੀਆਂ, ਹਨਾ, ਬੰਦਾ ਕਹਿੰਦਾ ਯਾਰ ਪਤਾ ਨੀ ਕੌਣ ਆ, ਪਤਾ ਨੀ ਜਾਣਦੀ ਆ, ਪਤਾ ਨੀ ਪ੍ਰੋਫਾਈਲ ਨੂੰ ਲੌਕ ਕੀਤਾ ਹੁੰਦਾ ਬੰਦਾ, ਉਹੀ ਵੀ ਹੋ ਜਾਂਦਾ ਵੀ ਦਿਆਲੂ ਜਿਹਾ ਹੋ ਜਾਂਦਾ ਵੀ ਯਾਰ ਵੀ ਪਤਾ ਨੀ ਕੋਈ ਜਾਣ ਦੀ ਹੋਣੀ, ਐਡ ਕਰ ਲਓ, ਬੰਦਾ ਉਹਨੂੰ ਐਡ ਕਰ ਲੈਂਦਾ, ਰਿਕੁਐਸਟ ਭੇਜ ਦਿਆ, ਬੰਦਾ ਅਕਸੈਪਟ ਕਰ, ਉਦੋਂ ਬਾਅਦ ਕਹਿੰਦਾ ਹੇ ਆਈ ਵਾਂਟ ਟੂ ਨੂਡ ਚੈਟ ਵਿਦ ਯੂ। ਹਰੇਕ ਮਹੀਨੇ ਆਪਣੇ ਟੋਰਾਂਟੋ ਜੀ ਟੀ ਏ ਦੇ ਵਿੱਚ ਇੰਨੀਆਂ ਚੋਰੀ ਹੁੰਦੀਆਂ ਨਾ, ਵੀ ਲੋਕਾਂ ਨੇ ਅੱਕਿਓ ਨੇ ਬੈਰੀਅਰ ਵਾਲੇ ਆਪਣੇ ਘਰਾਂ ਦੇ ਬੈਕਯਾਰਡ ਪਟਾ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪੋਡਕਾਸਟ ਵਿੱਚ ਸਾਰਿਆਂ ਦਾ ਸਵਾਗਤ ਹੈ। ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ। ਦੋ ਵੀਕਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਅਸੀਂ ਆ ਗਏ ਹਾਂ ਵਾਪਸ, ਮਾਈਕਾਂ ਦੇ ਉੱਤੇ ਮਾਰ ਲਿਆ ਸੀ ਆਪਣੇ ਕੱਪੜਾ, ਅਤੇ ਜਿਹੜਾ ਅੱਜ ਵਾਲਾ ਟੋਪਿਕ ਆ ਬਹੁਤ ਇੰਟਰਸਟਿੰਗ ਹੋਣ ਵਾਲਾ ਆ, ਪੂਰਾ ਦੇਖਿਓ, ਕੁਛ ਨਾ ਮਿਸ ਕਰਿਓ। ਡਾਰਕ ਵੈਬ ਤੋਂ ਲੈ ਕੇ ਆਪਾਂ ਸ਼ੁਰੂ ਕਰਨਾ ਆ, ਅਤੇ ਹੌਲੀ ਹੌਲੀ ਜਿਹੜਾ ਆਪਣੇ ਪਬਲਿਕ ਵਾਈਫਾਈ ਨਾਲ ਜਦੋਂ ਆਪਾਂ ਕਨੈਕਟ ਕਰਦੇ, ਪਬਲਿਕ ਨੈਟਵਰਕਸ ਨਾਲ ਕਿੱਦਾਂ ਕਨੈਕਟ ਕਰਦੇ ਹਾਂ, ਉਦੋਂ ਆਪਣੇ ਨਾਲ ਕਿੱਦਾਂ ਸਕੈਮ ਹੁੰਦੇ ਨੇ, ਜਾਂ ਸਕੈਮਾਂ ਤੋਂ ਕਿੱਦਾਂ ਆਪਾਂ ਬਚਣਾ ਆ, ਕਾਰਾਂ ਚੋਰੀ ਹੁੰਦੀਆਂ ਆ ਕਿਵੇਂ ਹੁੰਦੀਆਂ ਨੇ, ਅਤੇ ਆਪਾਂ ਕਿੱਦਾਂ ਬਚਣਾ ਆ, ਬਹੁਤ ਸਾਰਾ ਜਿਹੜਾ ਇੰਟਰਨੈਟ ਦੇ ਉੱਤੇ ਆਪਣੇ ਸਕੈਮ ਹੋ ਰਹੇ ਨੇ, ਉਹ ਸਾਰਿਆਂ ਬਾਰੇ ਅੱਜ ਗੱਲਾਂ ਬਾਤਾਂ ਹੋਣਗੀਆਂ, ਅਤੇ ਕੀ ਆਪਾਂ ਲਾਪਰਵਾਹੀਆਂ ਵਰਤਦੇ ਹਾਂ, ਕਿਹਨਾਂ ਕਰਕੇ ਹੁੰਦੀਆਂ, ਇਹ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਸੋ ਮੇਰੇ ਨਾਲ ਹੋਣਗੇ ਮਨ ਭਾਅ ਜੀ ਅਤੇ ਅਮਨਦੀਪ ਭਾਅ ਜੀ। ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਵਧੀਆ ਜੀ, ਵਧੀਆ। ਅਤੇ ਕਿੱਥੋਂ, ਮੈਂ ਕਹਿੰਦਾ ਡਾਰਕ ਵੈਬ ਤੋਂ ਹੀ ਗੱਲ ਸ਼ੁਰੂ ਕਰੀਏ, ਹੈ ਨਾ। ਡਾਰਕ ਵੈਬ ਵੀ ਹੈਗਾ ਕੀ ਆ ਜੇ ਦੇਖਿਆ ਜਾਵੇ? ਡਾਰਕ ਵੈਬ ਐਕਚੁਲੀ ਐਡੀ ਵੱਡੀ ਗੱਲ ਹੈ ਨਹੀਂ ਜਿੰਨਾ ਹੋਊਗਾ ਬਣਾਇਆ, ਵੀ ਅੰਡਰਸਟੈਂਡ ਕਰਨੀ ਕੋਈ ਬਹੁਤੀ ਔਖੀ ਨਹੀਂ ਹੈਗੀ, ਹੈ ਨਾ। ਜਿੱਦਾਂ ਡਾਰਕ ਵੈਬ ਦੇ ਵਿੱਚ ਵੀ ਅੱਗੇ ਆਪਾਂ ਫਰਦਰ ਡਾਈਵ ਇਨ ਕਰੀਏ ਤਾਂ ਡਾਰਕ ਵੈਬ ਦੇ ਵਿੱਚ ਹੀ ਆਉਂਦਾ ਡੀਪ ਵੈਬ, ਹੈ ਨਾ। ਉਹ ਕਾਇੰਡ ਆਫ ਡਾਰਕ ਵੈਬ ਦਾ ਪਾਰਟ ਨਹੀਂ ਹੈਗਾ, ਪਰ ਉਹਦੇ ਵਿੱਚ ਯੂਜ਼ ਕਿਤੇ ਨਾ ਕਿਤੇ ਹੁੰਦਾ। ਡੀਪ ਵੈਬ ਮਤਲਬ ਜਿਹੜਾ ਡੇਟਾ ਯੂਜ਼ਰ ਨਹੀਂ, ਕੋਈ ਵੀ ਯੂਜ਼ਰ ਨਹੀਂ ਐਕਸੈਸ ਕਰ ਸਕਦਾ, ਹੈ ਨਾ। ਅਤੇ ਡੀਪ ਵੈਬ ਹੈਗਾ ਜਿਹੜਾ ਕੋਈ ਵੀ ਡੇਟਾ ਹਰ ਕੋਈ ਨਹੀਂ ਯੂਜ਼ ਕਰ ਸਕਦਾ, ਸਪੈਸੀਫਿਕ ਇੰਡੀਵਿਜੁਅਲੀ ਯੂਜ਼ ਕਰ ਸਕਦਾ ਜਾਂ ਸਪੈਸੀਫਿਕ ਕੋਈ ਬੰਦਾ ਯੂਜ਼ ਕਰ ਰਿਹਾ ਜਿਹਦੇ ਕੋਲ ਉਹਦਾ ਐਕਸੈਸ ਆ। ਡਾਰਕ ਵੈਬ ਹੈਗਾ ਉਹਦਾ ਹੀ ਅਪਗ੍ਰੇਡਡ ਵਰਜ਼ਨ, ਵੀ ਡੇਟਾ ਯੂਜ਼ ਕਰ ਰਿਹਾ ਕੋਈ ਯੂਜ਼ਰ, ਪਰ ਪਤਾ ਹੀ ਨਹੀਂ ਹੈਗਾ ਉਹ ਡੇਟਾ ਕੀ ਯੂਜ਼ ਕਰ ਰਿਹਾ। ਮੰਨ ਲਓ ਹੁਣ ਤੁਸੀਂ ਨੈਟਫਲਿਕਸ 'ਤੇ ਗਏ, ਹੈ ਨਾ, ਜਾਂ ਤੁਸੀਂ ਕੋਈ ਪੇਮੈਂਟ ਕੀਤੀ ਐਮਾਜ਼ੋਨ 'ਤੇ ਜਾ ਕੇ ਜਾਂ ਕੋਈ ਵੀ ਪੇਮੈਂਟ ਕੀਤੀ, ਹੁਣ ਉਹ ਪੇਮੈਂਟ ਦਾ ਐਕਸੈਸ ਤੁਹਾਡੇ ਕੋਲ ਹੀ ਆ, ਤੁਸੀਂ ਇਨਫੋਰਮੇਸ਼ਨ ਭੇਜੀ ਕੰਪਨੀ ਕੋਲ, ਗਈ ਪੇਮੈਂਟ ਰਿਲੀਜ਼ ਹੋਈ, ਹੈ ਨਾ, ਬੈਂਕ ਕੋਲ ਗਈ ਪੇਮੈਂਟ, ਪਹਿਲਾਂ ਐਮਾਜ਼ੋਨ ਕੋਲ ਗਈ ਫਿਰ ਅੱਗੇ ਬੈਂਕ ਕੋਲ ਗਈ, ਡੇਟਾ ਤੁਹਾਡੇ 'ਤੇ ਤੁਹਾਡੀਆਂ ਪਾਰਟੀਆਂ ਦੇ ਵਿੱਚ ਹੀ ਰਹਿ ਗਿਆ, ਹੋਰ ਕਿਸੇ ਨੂੰ ਨਹੀਂ ਪਤਾ ਉਸ ਡੇਟਾ ਬਾਰੇ। ਉਵੇਂ ਡਾਰਕ ਵੈਬ ਹੈਗਾ ਵੀ ਤੁਸੀਂ ਕੋਈ ਚੀਜ਼ ਕੀਤੀ, ਹੈ ਨਾ, ਮਤਲਬ ਕਿਸੇ ਵੈਬਸਾਈਟ 'ਤੇ ਗਏ ਕਿਸੇ ਕੋਈ, ਹੈ ਨਾ, ਕੋਈ ਤੁਸੀਂ ਐਕਸੈਸ ਕੀਤਾ ਕੋਈ, ਹੈ ਨਾ, ਯੂ ਆਰ ਐਲ ਕੋਡ, ਪਰ ਉਹਦਾ ਪਤਾ ਹੀ ਨਹੀਂ ਹੈਗਾ ਉਹ ਕਿਹਨੇ ਯੂਜ਼ ਕੀਤਾ, ਤੁਸੀਂ ਕੀ ਯੂਜ਼ ਕੀਤਾ, ਕੀ ਨਹੀਂ ਕੀਤਾ, ਮਤਲਬ ਇਹ ਚੱਕਰ ਆ। ਤੇ ਡੀਪ ਵੈਬ ਆਪਾਂ ਐਵਰੀ ਡੇ ਯੂਜ਼, ਐਵਰੀ ਡੇ ਆਪਾਂ ਲਾਈਫ ਦੇ ਵਿੱਚ ਬਹੁਤ ਸਾਰੇ ਲੋਕ ਯੂਜ਼ ਕਰਦੇ ਹਾਂ, ਆਪਣਾ ਆਈ ਕਲਾਊਡ ਹੋ ਗਿਆ, ਆਪਣੇ ਗੂਗਲ ਡਰਾਈਵ ਹੋ ਗਈ, ਇਹ ਸਾਰਾ ਕੁਛ ਡੀਪ ਵੈਬ ਦਾ ਹੀ ਪਾਰਟ ਆ, ਜਾਂ ਵੈਬਸਾਈਟਾਂ ਆਪਾਂ ਯੂਜ਼ ਕਰਦੇ ਹਾਂ ਉਹ ਸਾਰੀਆਂ ਡੀਪ ਵੈਬ ਦੇ ਵਿੱਚ ਹੀ ਆ ਜਾਂਦੀਆਂ ਨੇ। ਉਹੀ ਡਾਰਕ ਵੈਬ ਦੀ ਆਪਾਂ ਪੋਡਕਾਸਟ ਲਈ ਮੈਂ ਥੋੜ੍ਹੀ ਰਿਸਰਚ ਕਰ ਰਿਹਾ ਸੀ, ਅਤੇ ਡਾਰਕ ਵੈਬ ਜਿਹੜਾ ਐਕਚੁਅਲ ਦੇ ਵਿੱਚ ਇਹ ਕੀਤਾ ਯੂ ਐਸ ਏ ਨੇ ਸਟਾਰਟ ਸੀਗਾ, ਯੂ ਐਸ ਏ ਗਵਰਨਮੈਂਟ ਫੰਡਿੰਗ ਆ ਇਹਦਾ, ਹੈ ਨਾ। ਈਵਨ ਜਿਹੜਾ ਇਹਦਾ ਟੋਰ ਬਰਾਊਜ਼ਰ ਆ ਜਿਹਨੂੰ ਅਨੀਅਨ ਬਰਾਊਜ਼ਰ ਵੀ ਕਹਿ ਦਿੰਦੇ ਆ, ਜਿੱਦਾਂ ਪਿਆਜ਼ ਦੀਆਂ ਛਿਲਕਾਂ ਲੈਂਦੀਆਂ ਲੇਅਰਾਂ ਹੁੰਦੀਆਂ ਲੈਂਦੀਆਂ, ਇਵੇਂ ਹੀ ਡੀਪ ਵੈਬ ਦੀਆਂ ਵੀ ਕਹਿੰਦੇ ਲੇਅਰਾਂ ਆ। ਹਾਂਜੀ ਹਾਂਜੀ ਹਾਂਜੀ, ਇਹ ਬੇਸਿਕਲੀ ਇਹ ਜ਼ਿਆਦਾ ਇਹ ਜਿਹੜਾ
ਇਹ ਉਦੋਂ ਸੋਰੀ ਜਿਹੜਾ ਡਾਰਕ ਵੈਬ ਆ ਹੈ ਨਾ, ਡੀਪ ਵੈਬ ਤਾਂ ਚਲੋ ਹੋ ਗਿਆ ਹੈ ਨਾ, ਅਲੱਗ ਹੋ ਗਿਆ। ਡਾਰਕ ਵੈਬ ਆ ਇਹ, ਜਾਣੀ ਕਿ ਮਿਲਟਰੀ ਯੂਜਰਸ ਲਈ ਪਹਿਲੇ ਨਹੀਂ ਬਣਾਇਆ ਸੀ, ਕੋਡ ਕੋਡ ਆਪਾਂ ਇੰਟਰਸੈਪਟ ਕਰਿਆ ਕਰਾਂਗੇ। ਹਾਂਜੀ ਹਾਂਜੀ, ਉਹ ਜੇ ਇਹ ਬਣਾਇਆ ਸੀਗਾ US ਨੇਵੀ ਦੇ ਲਈ। ਹਾਂ ਨੇਵੀ ਲਈ, ਇਹ 5-6 ਜਣਿਆਂ ਨੇ ਦੀ ਟੀਮ ਸੀਗੀ, ਉਹਨਾਂ ਨੇ ਇਹ ਜਨਰੇਟ ਡੈਵਲਪ ਕੀਤਾ ਸੀਗਾ। ਤੇ ਟੋਰ ਬਰਾਊਜ਼ਰ ਅੱਜ ਤੱਕ ਦਾ ਜਿਹੜਾ ਡਾਰਕ ਵੈਬ ਦਾ ਸਭ ਤੋਂ ਵੱਡਾ ਬਰਾਊਜ਼ਰ ਇਹੀ ਆ, ਟੋਰ ਬਰਾਊਜ਼ਰ ਹੈ ਨਾ। ਤੇ ਜਿੱਦਾਂ ਜੇ ਕੋਈ ਯੂਜ਼ ਕਰਦਾ ਤੇ ਉਹ ਕਹਿੰਦੇ ਆ ਵੀ ਇਹ ਤਾਂ ਸਾਰਾ ਕੁਝ ਸੀਕ੍ਰੇਟ ਆ, ਜਿਹੜੇ ਬੰਦੇ ਨੇ ਬਣਾਇਆ ਉਹਦੇ ਲਈ ਸੀਕ੍ਰੇਟ ਥੋੜੀ ਹੁੰਦਾ। ਹਾਂ, ਉਹਦੇ ਲਈ ਥੋੜੇ ਹੋਏ, ਕੋਈ ਬੰਦਾ ਸਾਰਾ ਕੁਝ ਪਤਾ ਆ, ਕੋਈ ਬੰਦਾ ਉੱਤੇ ਬਹਿ ਕੇ ਐਕਟੀਵਿਟੀ ਕੋਈ ਕਰ ਰਿਹਾ ਵਾ। ਮੰਨ ਲਓ ਕੋਈ ਇੰਡੀਆ ਜਾਂ ਪਾਕਿਸਤਾਨ 'ਚ ਬਹਿ ਕੇ ਕੋਈ ਐਕਟੀਵਿਟੀ ਕਰ ਰਿਹਾ ਹੈ ਨਾ, ਉਹ ਸੋਚੇ ਵੀ ਮੇਰਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਮੈਂ ਕੀ ਕਰ ਰਿਹਾ ਵਾ। ਹੋ ਸਕਦਾ ਉਹਦਾ ਇੰਡੀਆ ਦੀ ਗਵਰਨਮੈਂਟ ਨੂੰ ਜਾਂ ਪਾਕਿਸਤਾਨ ਦੀ ਜਾਂ ਹੋਰ ਕਿਸੇ ABCD ਕੰਟਰੀ ਨੂੰ ਨਾ ਪਤਾ ਲੱਗੇ ਵੀ ਕੀ ਹੋ ਰਿਹਾ, ਪਰ ਜਿਹਨੇ ਬਣਾਇਆ ਉਹ ਤੋਂ ਤੱਕ ਚੀਜ਼ ਲੁਕੀ ਨਹੀਂ ਰਹਿੰਦੀ। ਕਹਿੰਦੇ ਮਾਂ ਤੋਂ ਢਿੱਡ, ਦਾਈਆਂ ਤੋਂ ਢਿੱਡ ਥੋੜੀ ਜਿਹਾ ਲੱਗਦਾ ਹੁੰਦਾ। ਇੱਕ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ, ਜਦੋਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਇੱਕ ਤੁਸੀਂ, ਉਹ ਕੋਡ ਕ੍ਰੀਏਟ ਹੁੰਦਾ, ਉਹ ਜ਼ਿਆਦਾ ਸਮਝ ਲੱਗਦੀ ਆ। ਹਾਂ, ਇਹਦੇ 'ਚ ਕੀ ਆ, ਟੋਰ ਬਰਾਊਜ਼ਰ ਦੇ ਵਿੱਚ ਕੀ ਆ ਕਿ ਇਹਦੇ 'ਚ ਨਾ ਲੇਅਰਸ, ਜਿਵੇਂ ਤੁਸੀਂ ਪਹਿਲਾਂ ਹੀ ਕਿਹਾ, ਲੇਅਰਸ ਆਫ ਇਨਕ੍ਰਿਪਸ਼ਨ ਯੂਜ਼ ਹੁੰਦੀ ਆ ਹੈ ਨਾ, ਜਿੱਦਾਂ ਅਨੀਅਨ ਦੀਆਂ ਹੁੰਦੀਆਂ, ਇਹਨੂੰ ਉਹ ਕਹਿੰਦੇ ਆ ਆਪਣੀ ਇਹਦੀ ਲੈਂਗੁਏਜ 'ਚ ਕਹਿੰਦੇ ਆ ਵੀ ਅਨੀਅਨ ਰਾਊਟਿੰਗ ਕਹਿੰਦੇ ਆ, ਜਾਂ ਟੋਰ ਨੈਟਵਰਕ ਰਾਊਟਿੰਗ ਕਹਿੰਦੇ ਆ, ਦੋ ਨਾਮ ਨੇ ਇਹਦੇ ਨਾ। ਉਹਦੇ 'ਚ ਕੀ ਆ, ਤੁਸੀਂ ਇੱਕ URL 'ਤੇ ਗਏ, ਕਿਸੇ ਐਡਰੈਸ 'ਤੇ ਗਏ, ਉਹਨੇ ਅੱਗੇ ਇੱਕ ਹੋਰ ਐਡਰੈਸ ਕ੍ਰੀਏਟ ਕਰਤਾ, ਅੱਗੇ ਦੀ ਅੱਗੇ 4-5-10-20 ਕ੍ਰੀਏਟ ਕਰਤੇ। ਜੇ ਆਪਾਂ ਟੋਰ ਦੀ ਉਹ ਪੜ੍ਹੀਏ ਨਾ, ਜਿਹੜੀ ਹੁੰਦੀ ਆ ਪ੍ਰਾਈਵੇਸੀ ਵਾਲੀ, ਉਹ ਨਾ ਲਾਈਨ ਜੀ ਹੁੰਦੀ ਆ, ਉਹ 'ਚ ਇਹਨਾਂ ਨੇ ਪਹਿਲਾਂ ਹੀ ਲਿਖਿਆ ਵੀ ਤੁਹਾਡਾ ਜਿਹੜਾ ਡੇਟਾ ਵਾ ਉਹ ਹਿਡਨ ਰਹੂਗਾ, ਮਤਲਬ ਸੀਕ੍ਰੇਟ ਰਹੂਗਾ, ਪਰ ਗਰੰਟੀ ਨਹੀਂ ਹੈਗੀ। ਠੀਕ ਹੈ, ਪਰ ਟੋਰ ਇਹਦੀ ਗਰੰਟੀ ਨਹੀਂ ਲੈਂਦਾ ਵੀ ਤੁਹਾਡਾ ਡੇਟਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਉਹ ਤਾਂ ਹੀ ਨਹੀਂ ਲੈਂਦਾ ਕਿਉਂਕਿ ਉਹ 'ਚ ਜਿਵੇਂ ਕਹਿੰਦੇ ਹੁੰਦੇ ਵੀ ਜਿਹੜਾ ਲਾਈਫ ਹੋਇਆ ਉਹ 99.9 ਜਰਮਸ ਮਾਰ ਦਿੰਦਾ, ਪਰ ਉਹ 0.01 ਜਰਮ ਜਿਹੜਾ ਉਹ ਇੱਕ ਹੀ ਦਿਨਾ ਹੁੰਦਾ ਉੱਤੇ ਵੀ ਇਹ ਬਚ ਗਿਆ, ਉਹ ਇੱਕ ਡਿਸਕਲੇਮਰ ਹੁੰਦਾ ਵਾ ਵੀ ਬਚ ਚਾਹੇ ਸਾਰੇ ਜਾਣ, ਮਰੇ ਕੋਈ ਵੀ ਨਾ, ਵੀ ਮਤਲਬ ਚਾਹੇ ਪ੍ਰਾਈਵੇਸੀ ਤੁਹਾਡੀ 0 ਹੋਵੇ ਕੋਈ ਹੋਵੇ ਹੀ ਨਾ, ਪਰ ਉਹ ਟੋਰ ਕਹਿੰਦਾ ਕਿ ਪ੍ਰਾਈਵੇਸੀ ਤੁਹਾਡੀ ਪੂਰੀ ਆ, ਪਰ ਅਸੀਂ ਗਰੰਟੀ ਨਹੀਂ ਲੈਂਦੇ। ਇਹ ਤਾਂ ਗੱਲ ਹੈ। ਅਤੇ ਇਹ ਮੈਂ ਦੇਖ ਰਿਹਾ ਸੀ ਨਾ ਜਿਹੜਾ ਡਾਰਕ ਵੈਬ ਆ, ਹੁਣ ਜਿੱਦਾਂ ਆਪਾਂ ਇਹ ਤਾਂ ਸਮਝ ਗਏ ਵੀ USA ਨੇ ਬਣਾਇਆ ਹੈ ਨਾ, ਪਰ ਇਹਨੂੰ ਜਿੱਦਾਂ ਬਾਕੀ ਦੇਸ਼ਾਂ ਦੇ ਵਿੱਚ ਇਹੋ ਜਿਹੇ ਇਲੀਗਲ ਕੰਮਾਂ ਲਈ ਵਰਤਿਆ ਜਾਂਦਾ, 15% ਤਾਂ ਇਹ ਸਿਰਫ ਨਾ ਡਰੱਗ ਨੂੰ ਹੀ ਬਾਏ ਸੈੱਲ ਕਰਨ ਲਈ ਵੇਚਿਆ ਜਾਂਦਾ, ਹੋਰ ਇਹ ਤਾਂ ਚਾਈਲਡ ਪੋਰਨੋਗ੍ਰਾਫੀ ਹੋ ਗਈ ਹੈ ਨਾ, ਜਾਂ ਹੋਰ ਕੋਈ ਹਥਿਆਰ, ਨਜਾਇਜ਼ ਹਥਿਆਰ ਖਰੀਦਣੇ ਵੇਚਣੇ, ਇਹੋ ਜਿਹਾ ਕੰਮ ਚੱਲਦਾ। ਮੈਂ ਇੱਥੇ ਮਾੜਾ ਜਿਹਾ ਡਿਸਕਲੇਮਰ ਦੇ ਦਾਂ, ਇਹ ਵੀ ਡਾਰਕ ਵੈਬ ਤੁਹਾਡੇ ਅਸੈਸ ਕਰਨ ਵਾਲੀ ਚੀਜ਼ ਹੈ ਨਹੀਂ, ਤੁਹਾਡੇ ਮੇਰੇ, ਅਸੀਂ ਵੀ ਨਹੀਂ ਕਦੇ ਕੀਤਾ, ਵੀ ਤੁਸੀਂ ਵੀ ਨਾ ਕਦੇ ਕਰਿਓ, ਕਿਉਂਕਿ ਇਹ ਜਿਹੜਾ ਡਾਰਕ ਵੈਬ ਹੈ ਨਾ, ਇੱਕ ਵਾਰੀ ਤੁਸੀਂ ਬਰਾਊਜ਼ਰ ਉਹ ਖੋਲ੍ਹ ਲਿਆ, ਉਦੋਂ ਹੀ ਤੁਹਾਡੀ ਇਨਫੋਰਮੇਸ਼ਨ ਉਹਨਾਂ ਕੋਲ ਚੱਲ ਜਾਂਦੀ ਆ ਵੀ ਇਹ ਕਿਤੇ ਨਾ ਕਿਤੇ ਅਸੈਸ ਹੋਇਆ। ਇਹਦੀ ਰੀਸੈਂਟਲੀ ਹੈ ਨਾ, ਮੈਂ ਦੇਖ ਰਿਹਾ ਸੀ ਜਦੋਂ ਸਰੀ ਦੇ ਵਿੱਚ ਹਾਈ ਪ੍ਰੋਫਾਈਲ ਕਤਲ ਹੋਇਆ ਭਾਈ ਹਰਦੀਪ ਸਿੰਘ ਨਿੱਜਰ ਦਾ ਹੈ ਨਾ, ਉਹਦੇ ਵਿੱਚ ਦੂਜੇ ਦਿਨ ਰਿਪੋਰਟਾਂ ਬਾਹਰ ਆਉਣ ਲੱਗ ਪਈਆਂ ਵੀ ਇਹ ਇਹਨਾਂ ਦੀ ਡਾਰਕ ਵੈਬ ਦੇ ਉੱਤੇ ਇਨਫੋਰਮੇਸ਼ਨ ਕਈ ਦਿਨਾਂ ਦੀ ਘੁੰਮਦੀ ਸੀਗੀ ਵੀ ਕਿਸੇ ਨੇ ਕਤਲ ਦੀ ਸਵਾਰੀ ਦਿੱਤੀ ਆ, ਹੈ ਨਾ। ਜਾਣੀ ਕਿ ਇਹੋ ਜਿਹਾ ਕੰਮ ਵੀ ਉਹ ਡਾਰਕ ਵੈਬ ਦੇ ਹੁੰਦੇ ਆ, ਜਿਹੜੇ ਸਫਾਰੀ ਦੇ ਦਿੱਤੀ ਕਿਸੇ ਦਾ ਕੰਮ ਕਢਾਉਣਾ ਜਾਂ ਕੰਮ ਕੁਛ ਕਰਾਉਣਾ, ਇਹ ਵੀ ਇੱਕ ਤਰ੍ਹਾਂ ਦਾ ਬਹੁਤ ਵੱਡਾ ਬਿਜ਼ਨਸ ਬਣਾਇਆ ਆ। ਦੇਖੋ ਇਹਦੇ 'ਤੇ ਇਹ ਹੁੰਦਾ ਵੀ ਜਿਵੇਂ ਆਪਾਂ ਕੋਈ ਵੀ ਨੈਟਵਰਕ ਯੂਜ਼ ਕਰਦੇ ਹਾਂ, ਆਪਣੀ ਸਿੱਧੀ ਤਾਰ ਤਾਂ ਵਿਛਾਈ ਨਹੀਂ ਹੋਈ ਵੀ ਅੰਡਰਵਰਲਡ ਦੇ ਵਿੱਚ ਆਪਾਂ ਸਿੱਧੀ ਤਾਰ ਪਾਤੀ ਅਤੇ ਉਹ 'ਚੋਂ ਨੈਟਵਰਕ ਕਮਿਊਨੀਕੇਸ਼ਨ ਹੁੰਦੀ ਆ, ਯੂਜ਼ ਤਾਂ ਆਪਾਂ ਕੋਈ ਨੈਟਵਰਕ ਹੀ ਕਰ ਰਹੇ ਹਾਂ, ਮਤਲਬ ਆਪਾਂ ਇੱਥੇ ਬੈਲ ਰੋਜਰ ਟੈਲਸ ਕਰਦੇ ਹਾਂ ਜਾਂ ਇੰਡੀਆ 'ਚ ਜਾਂ ਕੋਈ ਬੈਠਾ, ਆਪਾਂ ਨੂੰ ਤਾਂ ਇਹਨਾਂ ਦੋਨਾਂ ਕੰਟਰੀਆਂ ਦਾ ਹੀ ਪਤਾ ਐਗਜ਼ਾਮਪਲ ਆਪਾਂ ਬੈਟਰ ਦੇ ਸਕਦੇ ਹਾਂ। ਉੱਥੇ ਮੰਨ ਲਓ ਕੋਈ ਜੀਓ ਦਾ ਇੰਟਰਨੈਟ ਯੂਜ਼ ਕਰ ਰਿਹਾ ਰਿਲਾਇੰਸ ਦਾ, ਹੁਣ ਉਹਨੇ ਸੋਚਿਆ ਵੀ ਮੈਂ ਡਾਰਕ ਵੈਬ ਐਕਸੈਸ ਕਰਕੇ ਦੇਖਾਂ ਵੀ ਕੀ ਚੱਕਰ ਹੁੰਦਾ ਇਹ, ਉਹਨੇ ਟੋਰ ਬਰਾਊਜ਼ਰ ਕਰ ਲਿਆ ਡਾਊਨਲੋਡ ਤੇ ਟੋਰ ਬਰਾਊਜ਼ਰ ਦੇ ਵਿੱਚ ਉਹ ਚਲ ਗਿਆ, ਪਰ ਜੀਓ ਕੋਲ ਤਾਂ ਸਾਰੀਆਂ ਲਿਸਟਾਂ ਨੇ ਵੀ ਇਹਨੇ ਕਿਹੜੀ ਕਿਹੜੀ ਵੈਬਸਾਈਟ ਕਿਹੜੇ ਕਿਹੜੇ ਟਾਈਮ ਤੇ ਕਿੰਨੇ ਕਿੰਨੇ ਵਜੇ ਐਕਸੈਸ ਕੀਤੀ ਆ ਇਸ ਯੂਜ਼ਰ ਨੇ, ਉਹਦੇ ਕੋਲ ਸਾਰੀ ਲਿਸਟ ਆ ਪ੍ਰੋਪਰ ਵੀ ਇਹ ਪਹਿਲਾਂ ਨੈਟਫਲਿਕਸ ਤੇ ਗਿਆ ਸਵੇਰੇ ਉੱਠ ਕੇ, ਫਿਰ ਇਹ ਐਮਾਜ਼ੋਨ ਤੇ ਗਿਆ ਇਹਨੇ ਆਹ ਚੀਜ਼ ਬਾਏ ਕੀਤੀ, ਫਿਰ ਇਹ ਤੇ ਗਿਆ, ਫਿਰ ਇਹ ਤੇ ਗਿਆ, ਤੇ ਉਹਦੇ ਵਿੱਚ ਆ ਜਾਣਾ ਵੀ ਇਹਨੇ ਟੋਰ ਬਰਾਊਜ਼ਰ ਐਕਸੈਸ ਕੀਤਾ। ਗਾਹਾਂ ਤੁਸੀਂ ਕੀ ਕੀਤਾ ਉਹਦੇ ਕੋਲ ਸ਼ਾਇਦ ਨਾ ਪਤਾ ਹੋਵੇ ਉਹਨੂੰ ਵੀ ਇਹ ਟੋਰ ਬਰਾਊਜ਼ਰ ਦੇ ਵਿੱਚ ਜਾ ਕੇ ਇਹਨੇ ਕੀ ਕੀਤਾ, ਇਹਨੇ ਕੋਈ ਬੰਦੇ ਦੀ ਸਪਾਰੀ ਦਿੱਤੀ ਜਾਂ ਡਰੱਗ ਵੇਚੀ ਜਾਂ ਖਰੀਦੀ, ਪਰ ਉਹਨੂੰ ਇਹ ਪਤਾ ਵੀ ਇਹ ਟੋਰ ਬਰਾਊਜ਼ਰ ਤੇ ਗਿਆ। ਫਿਰ ਹੁਣ ਉਸ ਏਰੀਏ 'ਚ ਜੇ ਕੋਈ ਕ੍ਰਾਈਮ ਹੋਇਆ ਤਾਂ ਪੁਲਿਸ ਨੇ ਜਾਂ ਉੱਥੇ ਦੀ ਜਿਹੜੀ ਇੰਟੈਲੀਜੈਂਸ ਆ ਉਹਨੇ ਡੇਟਾ ਕੀ ਕਢਾਉਣਾ ਵਾ ਵੀ ਇਸ ਏਰੀਏ ਦੇ ਵਿੱਚ ਕਿਹੜੇ ਕਿਹੜੇ ਨੈਟਵਰਕਸ ਯੂਜ਼ ਹੁੰਦੇ ਨੇ, ਤੁਹਾਡਾ ਘਰ ਰੈੱਡ ਲਾਈਟ ਤੇ ਆ ਜਾਣਾ ਵੀ ਇਹ ਟੋਰ ਬਰਾਊਜ਼ਰ ਯੂਜ਼ ਕਰਦਾ, ਕਿੰਨਾ ਕੁ ਯੂਜ਼ ਕਰਦਾ, ਮੁੜ ਕੇ ਫਿਰ ਉਹਨਾਂ ਨੇ ਪਹਿਲਾਂ ਤੁਹਾਡੀ ਇਨਵੈਸਟੀਗੇਸ਼ਨ ਸ਼ੁਰੂ ਕਰ ਦੇਣੀ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕੀ ਹੋਈ ਜਾਂਦਾ, ਤੁਹਾਡੇ ਬੈਕ ਤੇ ਹੀ ਹੋਈ ਜਾਣਾ ਸਾਰਾ ਕੁਛ ਵੀ ਉਹਨਾਂ ਨੇ ਇੰਟੈਲੀਜੈਂਸ ਥਰੂ ਸਾਰੇ ਡੇਟਾ ਕੱਢ ਲੈਣਾ ਵੀ ਕੀ ਕਰਦਾ, ਕਿੱਥੇ ਜਾਂਦਾ, ਕੀ ਕਿਹਨੂੰ ਕਿਹਨੂੰ ਮਿਲਦਾ, ਇਹੋ ਜਿਹੀਆਂ ਵੈਬਸਾਈਟਸ ਇਹ
ਯੂਜ਼ ਕਰਦਾ ਯੂਜ਼ ਕਰਦਾ ਆ। ਹਾਂ ਉਹੀ ਆ ਨਾ ਜਿਹੜਾ ਹੁਣ ਇੰਡੀਆ ਕੈਨੇਡਾ ਕੋਨਫਲਿਕਟ ਹੋਇਆ, ਉਹ ਕਹਿੰਦੇ ਆ ਬਈ ਸਾਡੇ ਕੋਲ ਸਾਰੀ ਕਮਿਊਨੀਕੇਸ਼ਨ ਹੈਗੀ ਇਹਨਾਂ ਦੀ, ਸਾਰਾ ਕੀ ਹੋਇਆ ਇਹ ਹੁਣ ਕਿੱਥੋਂ ਆਈ ਇਹ ਕਮਿਊਨੀਕੇਸ਼ਨ? ਕੈਨੇਡਾ ਵਾਲਿਆਂ ਕੋਲ ਤਾਂ ਹੈ ਨਹੀਂ ਸੀ, ਦਿੱਤੀ ਗਈ ਯੂਐਸਏ ਨੇ। ਹਾਂ ਬਰਾਊਜ਼ਰ ਕਿਹਨਾਂ ਦਾ ਯੂਜ਼ ਹੋਇਆ? ਯੂਐਸਏ ਦਾ, ਉਹਨਾਂ ਕੋਲ ਤਾਂ ਫਿਰ ਸਾਰੀ ਪਈ ਆ ਇਨਫੋਰਮੇਸ਼ਨ। ਸੋ ਇਹ ਕੜੀਆਂ ਜਿਹੜੀਆਂ ਜੁੜੀਆਂ ਆ, ਇਹ ਇੱਕ ਵਾਰੀ ਫੇਰ ਕਹਿੰਦੇ ਆ ਡਿਸਕਲੇਮਰ ਦਿੰਦੇ ਆ ਵੀ ਆਪ ਤੁਹਾਡੇ ਮੇਰੇ ਵਰਗੇ ਲਈ ਨਹੀਂ ਹੈਗੀ ਇਹ, ਸਿਰਫ ਵੀਡੀਓ ਸਿਰਫ ਇਨਫੋਰਮੇਸ਼ਨ ਪਰਪਸ ਲਈ ਆ, ਐਵੇਂ ਕਿਤੇ ਪੰਗਾ ਲੈ ਕੇ ਬਾਅਦ ਚੋਂ ਸਾਨੂੰ ਨਾ ਕਿ ਉਹ ਨਾ ਅਲਾਂਬਾ ਦਿਓ, ਹੈ ਨਾ ਵੀ ਅਨਲੀਗਲ ਆ ਇਹ, ਇਲੀਗਲ ਆ, ਕੰਮ ਵੀ ਇਲੀਗਲ ਆ। ਪਰ ਇਹ ਜਿੱਦਾਂ ਨਾ ਜਦੋਂ 2015 ਚ ਵਿੱਚ ਇੰਟਰਪੋਲ ਨੇ ਆਪਣੇ ਉਹਨਾਂ ਨੂੰ ਕਿ ਇਹ ਵੈੱਬ ਦੀ ਜਿਹੜੀ ਜਦੋਂ ਸਿੱਖਣਾ ਤੁਸੀਂ ਜਾਂ ਕਰਨਾ ਇੱਦਾਂ ਨਹੀਂ ਹਰੇਕ ਕੋਈ ਕਰ ਸਕਦਾ, 2015 ਦੇ ਵਿੱਚ ਇੰਟਰਪੋਲ ਨੇ ਆਪਣੀ ਜਿਹੜੀ ਨੇਵੀ ਵਾਲੇ ਸੀਗੇ ਅਤੇ ਆਰਮੀਆਂ ਨੂੰ ਪ੍ਰੋਪਰ ਉਹ ਦਿੱਤੇ ਸੀਗੇ, ਲੈਸਨ ਦਿੱਤੇ ਸੀਗੇ, ਜਿਹੜਾ ਕੋਰਸ ਕਰਾਏ ਸੀ ਪ੍ਰੋਪਰ ਵੀ ਸਾਰੇ ਸਿੱਖ ਜਾਣ ਵੀ ਕਿਵੇਂ ਚਲਾਉਣਾ ਇਹ। ਸੋ ਐਵੇਂ ਨਹੀਂ ਵੀ ਐਰੇ ਗੈਰੇ ਨੱਥੂ ਖੈਰੇ ਦੇ ਚਲਾਉਣ ਵਾਲੀ ਗੱਲ ਆ। ਦੇਖੋ ਜਿਹੜੀ ਕੰਟਰੀ ਉਹਨੂੰ ਓਨ ਕਰਦੀ ਆ ਉਹਦਾ ਤਾਂ ਦੇਖੋ ਕੰਟਰੋਲ ਤੇ ਹੋਊਗਾ ਹੀ ਨਾ, ਚਾਹੇ ਉਹ 100 ਵਾਰ ਮੀਡੀਆ ਚ ਕਹੀ ਜਾਣ ਵੀ ਸਾਡਾ ਕੰਟਰੋਲ ਤੇ ਹੈ ਨਹੀਂ, ਸਾਡੇ ਕੰਟਰੋਲ ਤੋਂ ਬਾਹਰ ਆ, ਇਹ ਜੀ ਡੀਸੈਂਟਰਲਾਈਜ਼ਡ ਸਰਵਰਸ ਨੇ। ਹੁਣ ਕੋਈ ਬੰਦਾ ਡਰੱਗ ਵੇਚਦਾ ਨਾ, ਮੰਨ ਲਓ ਕੋਈ ਚਿੱਟਾ ਚੁੱਟਾ ਵੇਚਦਾ, ਉਹਦੇ ਕੋਲ ਤਾਂ ਇੰਨੀ ਨੌਲੇਜ ਹੈ ਨੀ ਗੀ, ਉਹ ਆਈ ਟੀ ਦਾ ਥੋੜੀ ਪ੍ਰੋਫੈਸ਼ਨਲ ਆ, ਉਹਨੂੰ ਪਤਾ ਹੋਊ ਵੀ ਮੈਂ ਜੇ ਡਰੱਗ ਵੇਚ ਰਿਹਾ ਇਹਦੇ ਤੌਰ ਤੇ ਵੀ ਉਹ ਕਿਹਦੇ ਕੋਲ ਉਹਦੀ ਨੌਲੇਜ ਕਿਹਦੇ ਕਿਹਦੇ ਥਰੂ ਹੋ ਕੇ ਆ ਰਿਹਾ, ਉਹ ਤਾਂ ਲੇਮੈਨ ਆ, ਡਰੱਗ ਵਾਲੇ ਬੰਦੇ ਨੂੰ ਕੁਛ ਨੀ ਪਤਾ, ਵੈਪਨ ਡੀਲਰ ਨੂੰ ਕੁਛ ਨੀ ਪਤਾ, ਤੇ ਉਹ ਪਰ ਬਣਾਈ ਕਿਹਨੇ ਆ ਉਹ ਚੀਜ਼, ਪਲੇਟਫਾਰਮ ਬਣਾਇਆ ਕ੍ਰੀਏਟ ਤਾਂ ਯੂਐਸ ਗਵਰਨਮੈਂਟ ਨੇ ਕੀਤਾ, ਫਿਰ ਹਰ ਸਾਲ ਉਹਨੂੰ ਉਹਦੇ ਤੇ ਫੰਡਿੰਗ ਵੀ ਲੱਗਦੀ ਆ, ਹਨਾ ਉਹ ਫੰਡਿੰਗ ਵੀ ਯੂਐਸ ਗਵਰਨਮੈਂਟ ਥਰੂ ਆਉਂਦੀ ਆ, ਥਰੂ ਆਉਂਦੀ ਆ। ਤੇ ਹੁਣ ਜਿਹੜੇ ਨੇ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਕੋਈ ਐਂ ਤਾਂ ਬਣਾ ਨਹੀਂ ਤਾ ਵੀ ਤੁਸੀਂ ਕ੍ਰਾਈਮ ਕਰੀ ਜਾਓ ਸਾਨੂੰ ਪਤਾ ਹੀ ਨਾ ਲੱਗੂ, ਇਹ ਤਾਂ ਐਕਚੁਅਲ ਪਿੱਛੇ ਦੀਆਂ ਗੱਲਾਂ, ਵਰਲਡ ਤੇ ਕੰਟਰੋਲ ਕਰਨ ਲਈ ਹੋਈ ਚੀਜ਼ਾਂ ਕ੍ਰੀਏਟ ਹੁੰਦੀਆਂ, ਕ੍ਰੀਏਟ ਹੁੰਦੀਆਂ। ਹਾਂਜੀ ਆ ਪਿੱਛੇ 6 ਮਹੀਨੇ ਪਹਿਲਾਂ ਨਾ ਬੜੀ ਖਬਰ ਉੱਡੀ ਪਈ, ਹਿਲਰੀ ਕਲਿੰਟਨ ਨੇ ਜਿਹੜੀ ਇੱਥੇ ਯੂਐਸ ਦੀ ਕਾਂਗਰਸਮੈਨ ਆ ਨਾ, ਵੀ ਉਹਦੀ ਵੀਡੀਓ ਡਾਰਕ ਵੈਬ ਦੇ ਉੱਤੇ ਨਾ ਵਾਇਰਲ ਹੋਈ ਆ, ਜਿੱਦਾਂ ਆਪਣੇ ਹੋ ਜਾਂਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਸੋਸ਼ਲ ਮੀਡੀਆ ਤੇ, ਉਹ ਡਾਰਕ ਵੈਬ ਤੇ ਉਹਨਾਂ ਦੀ ਵਾਇਰਲ ਹੋ ਗਈ ਵੀਡੀਓ ਨਾ। ਅੱਛਾ ਉਸ ਵੀਡੀਓ ਦੇ ਵਿੱਚ ਜਾਨੀ ਕਿ ਇੰਨੀ ਕੁ ਖਤਰਨਾਕ ਕਹਿੰਦੇ ਵੀਡੀਓ ਸੀਗੀ ਉਹ, ਜਾਨੀ ਕਿ ਜੂਇਸ਼ ਚਾਈਲਡ ਨੂੰ ਹੈ ਨਾ, ਛੋਟੀ ਜਿਹੀ ਕੁੜੀ ਨੂੰ ਉਹਦਾ ਉਹਨੂੰ ਤਸੀਹੇ ਦੇ ਰਹੀ ਆ, ਅਤੇ ਉਹਦੀ ਜਿੱਦਾਂ ਸਕਿਨ ਨੋਚ ਕੇ ਇੱਕ ਦੂਜੇ ਦੇ ਉੱਤੇ ਫਰਿੰਡਾਂ ਉਹਦੀਆਂ ਹੈ ਨਾ ਪਾ ਰਹੀਆਂ ਆ, ਅਤੇ ਉਹ ਜਿਹੜੀ ਨਾਲ ਸੀਗੀ ਉਹਦੀ ਬੁੜੀ, ਉਹਦਾ ਹਸਬੈਂਡ ਕਾਂਗਰਸਮੈਨ ਸੀਗਾ ਹੈ ਨਾ, ਉਹ ਕਾਂਗਰਸਮੈਨ ਦਾ ਲੈਪਟੋਪ ਕਿਸੇ ਪੁਲਿਸ ਆਫਿਸਰ ਦੇ ਹੱਥ ਲੱਗ ਗਿਆ ਹੈ ਨਾ ਕੋਈ ਇਨਵੈਸਟੀਗੇਸ਼ਨ ਦੇ ਵਿੱਚ, ਉਹਨੇ ਉਹ ਵੀਡੀਓ ਦੇਖ ਲਈ, ਉਹ ਕਹਿੰਦਾ ਵੀ ਇੰਨੀ ਕੁ ਭਿਆਨਕ ਵੀਡੀਓ ਸੀਗੀ ਉਹ ਨਾ, ਅਤੇ ਉਹ ਪੁਲਿਸ ਆਫਿਸਰ ਨੇ ਦੂਜੇ ਦਿਨ ਆਪਣੇ ਆਪ ਨੂੰ ਮਾਰ ਲਿਆ, ਸੁਸਾਈਡ ਕਰ ਲਈ, ਯਾਨੀ ਕਿ ਇੰਨੀ ਕੁ ਖਤਰਨਾਕ ਵੀਡੀਓ ਸੀ। ਜਿਵੇਂ ਆਪਣੇ ਇੱਥੇ ਹੁਣ ਵੀਡੀਓ ਵਾਇਰਲ ਹੁੰਦੀ ਇੱਕ ਦੋ ਪਿੱਛੇ ਕਜੇ ਹੋਈਆਂ ਵੀ ਆ ਹੈ ਨਾ, ਉਹ ਸਾਲਾ ਪੀਜ਼ਾ ਖਾਣ ਨੂੰ ਨਹੀਂ ਚਿੱਤ ਕਰਦਾ ਜਿਹੜਾ ਰੌਲਾ ਜਿਹਾ ਪਿਆ ਸੀ ਹੈ ਨਾ, ਅਤੇ ਜਿਹਨੂੰ ਇੰਨੀ ਯਾਨੀ ਕਿ ਭਿਆਨਕ ਜਿਹਨੇ ਦੇਖ ਲਈ ਵੀਡੀਓ, ਇਹ ਯਾਨੀ ਕਿ ਇੱਦਾਂ ਹਿਸਾਬ ਕਿਤਾਬ ਹੋ ਜਾਂਦਾ ਇਹ, ਯਾਨੀ ਕਿ ਹਰੇਕ ਦੇ ਬੱਸ ਦੀ। ਇੱਥੇ ਤੱਕ ਤਾਂ ਈਵਨ ਮੈਂ ਇਹ ਵੀ ਰਿਸਰਚ ਦੇ ਵਿੱਚ ਦੇਖਿਆ ਵੀ ਇਹਨਾਂ ਦੇ ਰੈੱਡ ਰੂਮ ਹੁੰਦੇ ਆ, ਹਾਂਜੀ ਹੈ ਨਾ, ਉਹਨਾਂ ਦੇ ਵਿੱਚ ਜਿੱਦਾਂ ਆਪਾਂ ਰੈੱਡ ਰੂਮ ਦੇ ਵਿੱਚ ਕਹਿੰਦੇ ਆ ਵੀ ਸਾਨੂੰ ਇੱਦਾਂ ਦਾ ਕੋਈ ਚਾਹੀਦਾ ਆ ਵੀ ਜਿਹੜਾ ਆਪਣਾ ਹੱਥ ਵੱਢਦਾ ਹੋਵੇ, ਅਸੀਂ ਉਹਨੂੰ $1,000,000 ਦੇ ਦੇਵਾਂਗੇ, $1,000,000 ਦੇਵਾਂਗੇ ਵੀ ਯਾਨੀ ਕਿ ਟੋਰਚਰ ਕਿਸੇ ਨੂੰ ਉਹਨੇ ਕਰਦਾ ਦੇਖਣਾ ਹੈ ਨਾ, ਤੁਹਾਨੂੰ ਮੈਨੂੰ ਯਾਰ ਸਵਾਦ ਆਉਂਦਾ ਕੋਈ ਟੋਰਚਰ ਹੁੰਦਾ ਹੋਵੇ ਮੈਂ ਉਹ ਦੇਖਣਾ, ਉਹ ਫਿਰ ਇਹ ਜਿਹੇ ਕੰਮ ਡਾਰਕ ਵੈੱਬ ਦੇ ਹੁੰਦੇ ਆ। ਇਹਦੀ ਐਗਜ਼ਾਮਪਲ ਇੱਕ ਹੈਗੀ, ਪਿੱਛੇ ਜਿਹੇ ਫਿਲਮ ਵੀ ਆਈ ਸੀ, ਹਾਂ ਲੂਥਰ ਕੋਂਸਪਰੇਸੀ ਥਿਊਰੀਆਂ ਕਹਿੰਦੇ ਰਹਿੰਦੇ ਆ ਨਾ, ਇੱਕ ਦੋ ਕਮੈਂਟ ਸਾਨੂੰ ਵੀ ਆ ਜਾਣੇ ਵੀ ਤੁਸੀਂ ਆਪਣੀਆਂ ਘੋੜੇ ਦੌੜਾਉਂਦੇ ਰਹਿੰਦੇ ਆ ਅਲੱਗ ਤੋਂ ਕੋਂਸਪਰੇਸੀ ਥਿਊਰੀਆਂ ਦੇ ਕੇ, ਪਰ ਇਹ ਹੁਣ ਜਿੱਦਾਂ ਮਨੀ ਹਾਈਸਟ ਦੇ ਵਿੱਚ ਉਹ ਦੇਖਦੇ ਹੁੰਦੇ ਨਾ ਉਹ ਵੈਪਨ ਖਰੀਦਦਾ ਹੁੰਦਾ, ਇੱਦਾਂ ਤਾਂ ਹੈ ਨਹੀਂ ਵੀ ਖਜੀਜੀ ਐਮਾਜ਼ੋਨ ਤੋਂ ਜਾ ਕੇ ਖਰੀਦੀ ਜਾਂਦਾ, ਉਹ ਖਰੀਦਦਾ ਤਾਂ ਉੱਥੇ ਹੀ ਜਾ ਕੇ ਆ, ਉਹ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਨਾ। ਮੰਨ ਲਓ ਤੁਸੀਂ ਹੁਣ ਕਹਿਤਾ ਵੀ ਪਤਾ ਨਹੀਂ ਉੱਥੇ ਐਂ ਖੁੱਲਿਆ ਵੀ ਵਿਕੀ ਜਾਂਦਾ ਸਾਰਾ ਕੁਝ, ਤੁਸੀਂ ਟੋਰ ਬਰਾਊਜ਼ਰ ਵੀ ਡਾਊਨਲੋਡ ਕਰ ਲਿਆ, ਤੁਸੀਂ ਉੱਥੇ ਚਲੇ ਵੀ ਗਏ, ਹੁਣ ਤੁਹਾਡੇ ਘਰ ਇੰਟਰਨੈਟ ਦਾ ਕਨੈਕਸ਼ਨ ਲੱਗ ਗਿਆ, ਤੁਹਾਨੂੰ ਪਤਾ ਹੀ ਨਹੀਂ ਜਦ ਐਮਾਜ਼ੋਨ ਦਾ ਐਡਰੈਸ ਕੀ ਆ, ਤੁਸੀਂ ਸ਼ੋਪਿੰਗ ਥੋੜੀ ਕਰ ਲਓਗੇ, ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਐਮਾਜ਼ੋਨ ਦੇ ਸਪੈਲਿੰਗ amazon.in.ca.com, ਤੁਸੀਂ ਉਹ ਇੱਥੇ ਜਾਓਗੇ ਤਾਂ ਹੀ ਸ਼ੋਪਿੰਗ ਕਰ ਸਕਦੇ ਹੋ, ਕੱਲਾ ਇੰਟਰਨੈਟ ਦੀ ਤਾਰ ਲੱਗ ਗਈ ਤਾਂ ਮਤਲਬ ਇਹ ਥੋੜੀ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ, ਉਹੀ ਟੋਰ ਬਰਾਊਜ਼ਰ ਆ, ਉਹਤੇ ਚਲ ਗਏ ਤੁਸੀਂ, ਤੁਸੀਂ ਲੈ ਲਿਆ ਉਹ ਟੋਰ ਬਰਾਊਜ਼ਰ ਡਾਊਨਲੋਡ ਕਰ ਲਿਆ ਐਕਸੈਸ ਉਹਦਾ ਲੈ ਲਿਆ, ਪਰ ਤੁਹਾਨੂੰ ਉਹ URL ਐਡਰੈਸ ਹੀ ਨਹੀਂ ਪਤਾ ਜਿੱਥੇ ਉਹ ਰੈੱਡ ਰੂਮ ਬਣੇ ਹੋਏ ਨੇ, ਤਾਂ ਤੁਸੀਂ ਉਹ ਐਕਸੈਸ ਹੀ ਨਹੀਂ ਕਰ ਸਕਦੇ। ਯਾਰ ਮੈਂ ਕਿਹੜੀ ਰੀਸੈਂਟਲੀ ਉਹ ਦੂਜੀ ਆ ਗਈ ਚੇਤੇ ਜਿਹ 'ਚ ਗੇਮਾਂ ਜਿਹੀਆਂ ਖਿਲਾਉਂਦੇ ਹੁੰਦੇ, ਕਿਹੜੀ ਸੀਗੀ ਉਹ ਵੈਬ ਸੀਰੀਜ਼? ਯਾਰ ਜਿਹੜਾ ਆਖਰੀ ਬਚੂਗਾ ਉਹਨੂੰ ਦਿਮਾਗ ਗੋਲੀਆਂ ਮਾਰਦੇ ਮਾਰਦੇ ਹੋ ਨਾ,
ਉਹ ਡਾਰਕ ਵੈਬ ਦਾ ਹੀ ਇੱਕ ਤਰ੍ਹਾਂ ਦਾ ਹਿੱਸਾ ਸੀ, ਜਾਣੀ ਕਿ ਜੋ ਆਪਾਂ ਨੂੰ ਦੀਦਾ ਹੈ ਨਾ, ਜੋ ਆਪਾਂ ਇੰਟਰਨੈਟ ਅਸੈਸ ਕਰਦੇ ਆ, ਉਹ ਤਾਂ ਆਈਸਬਰਗ ਦਾ ਇੱਕ ਟਿਪ ਆ, ਥੋੜ੍ਹਾ ਬਹੁਤ ਥੋੜ੍ਹਾ ਹਿੱਸਾ। ਫਿਰ ਆ ਗਿਆ ਡੀਪ ਵੈਬ, ਹੈ ਨਾ, ਜਿਹੜਾ ਥੱਲੇ ਉਹਨੂੰ ਚਲਾ ਰਿਹਾ, ਸਮੁੰਦਰ ਦੇ ਥੱਲੇ ਜ਼ਿਆਦਾ ਡੂੰਘਾਈ 'ਚ ਚਲ ਜਾਓ ਨਾ, ਉੱਥੇ ਡਾਰਕ ਹੋ ਜਾਂਦਾ, ਹੈ ਨਾ, ਉਹ ਹਨੇਰਾ ਹੋ ਜਾਂਦਾ, ਉਹਨੂੰ ਡਾਰਕ ਵੈਬ ਕਹਿ ਦਿੰਦੇ ਆ। ਜਾਣੀ ਕਿ ਇੰਨੀ ਕੁ ਭਿਆਨਕ ਆ ਲੋਕ ਯਾਰ। ਹੁਣ ਦੇਖੋ ਹੁਣ ਜਦੋਂ ਆਪਾਂ ਇਗਜ਼ੈਂਪਲ ਇੰਨੇ ਕੁ ਪਾਗਲ ਆ, ਜਾਣੀ ਕਿ ਮੈਂ ਉਦਾਹਰਨ ਦਿੰਦਾ ਵੀ ਲੋਕ ਇੰਨੇ ਕੁ ਪਾਗਲ ਆ, ਜਦੋਂ ਆਪਾਂ ਕੋਲ ਪੈਸਾ ਨਹੀਂ ਹੁੰਦਾ, ਹੈ ਨਾ, ਆਪਾਂ ਕਹੀਦਾ ਚੱਲ ਯਾਰ ਇੰਨਾ ਕੁ ਹੋ ਜਾਵੇ, ਬਹੁਤ ਯਾਰ ਰੱਬ ਨੇ ਦੇਤਾ, ਹੈ ਨਾ। ਫਿਰ ਜਦੋਂ ਥੋੜ੍ਹੇ ਜਿਹੇ ਹੋਰ ਪੈਸੇ ਆਉਂਦੇ ਆ, ਫਿਰ ਬੰਦਾ ਕਹਿੰਦਾ ਘਰ ਲੈ ਲਈਏ, ਗੱਡੀਆਂ ਲੈ ਲਈਏ, ਜਦੋਂ ਉਹ ਲੈ ਲੈਂਦਾ ਫਿਰ ਹੋਰ ਪੈਸੇ ਆ ਜਾਂਦੇ, ਯਾਰ ਗੱਡੀ ਦਾ ਟਾਇਰ ਪਵਾ ਲਈਏ, ਆਹ ਕੰਮ। ਉਹ ਜਿਹੜਾ ਐਡਰੇਨਲੀਨ ਰਸ਼ ਮਿਲਦਾ ਆਪਾਂ ਨੂੰ, ਹੈਪੀ ਹਾਰਮੋਨ ਡੋਪਾਮੀਨ ਆਪਣਾ ਦਿਮਾਗ ਰਿਲੀਜ਼ ਕਰਦਾ, ਹੈ ਨਾ, ਖੁਸ਼ੀ ਮਿਲਦੀ ਆ ਕਿਸੇ ਚੀਜ਼ ਨੂੰ ਕਰਕੇ, ਉਹ ਫਿਰ ਜਦੋਂ ਹੁਣ ਜੇ ਇਸ ਬੰਦੇ ਕੋਲ ਪੈਸਾ ਹੀ ਇੰਨਾ ਆ ਗਿਆ, ਵਧੀ ਜਾਂਦੀ ਸਾਰੀ ਦੁਨੀਆ ਵੀ ਉਹਨੇ ਘੁੰਮ ਲਈ, ਹੈ ਨਾ, ਸਾਰੇ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਖਾਣੇ ਵੀ ਖਾ ਲਏ, ਹੈ ਨਾ, ਸਭ ਕੰਮ ਕਰ ਲਏ ਉਹਨੇ, ਹੁਣ ਉਹਦੇ ਲਈ ਤਾਂ ਇਹੀ ਰਹਿ ਬਚਿਆ ਫਿਰ ਮੈਂ ਕਿਸੇ ਨੂੰ ਹਰਟ ਹੁੰਦਾ ਦੇਖਾਂ ਜਾਂ ਕੁਛ ਹੁੰਦਾ ਦੇਖਾਂ, ਨਾ। ਸੋ ਇਹੋ ਜਿਹੇ ਵੀ ਜਾਣੀ ਕਿ ਰੈੱਡ ਰੂਮ ਡਾਰਕ ਵੈਬ ਦੇ ਉੱਤੇ ਬਣਿਓ ਆ, ਇੰਨੀ ਜਾਣੀ ਕਿ ਖਤਰਨਾਕ ਸਿਚੁਏਸ਼ਨ ਬਣੀ ਪਈ ਆ। ਐਵੇਂ ਵੀ ਨਹੀਂ ਹੁੰਦਾ ਵੀ ਜਿਵੇਂ ਕਹੀ ਜਾਂਦੇ ਵੀ ਉਹ 'ਤੇ ਸੁਪਾਰੀਆਂ ਦਿੰਦੇ ਆ ਜੀ, ਹੈ ਨਾ, ਬੰਦੇ ਨੂੰ ਮਰਾ ਦਿਉ ਸੁਪਾਰੀ, ਹੁਣ ਤੁਹਾਨੂੰ ਤੁਸੀਂ ਚਲ ਗਏ ਉੱਥੇ ਟੋਰ 'ਤੇ, ਬਰਾਊਜ਼ਰ ਚਲੇ ਗਏ ਤੁਸੀਂ, ਕੋਈ ਤੁਹਾਨੂੰ ਕਿਸੇ ਨੇ URL ਦਿੱਤਾ ਵੀ ਇੱਥੇ URL 'ਤੇ ਕ੍ਰਿਮੀਨਲ ਮਿਲੂਗਾ, ਉਹ ਬੰਦੇ ਕਿਲ ਕਰਦਾ ਵਾ, ਉਹਨੂੰ ਤੁਸੀਂ ਸੁਪਾਰੀ ਦੇ ਦਿਉ। ਮੰਨ ਲਓ ਉਹਨੇ ਤੁਹਾਡੇ ਬਿੱਟ ਕੋਇਨ ਵੀ ਲੈ ਲਏ, 1,00,000, 2,10,000, 20,000 ਜਿੰਨੇ ਦੇ ਵੀ ਲੈਣੇ ਸੀ ਉਹਨੇ ਲੈ ਲਏ, ਉਦੋਂ ਬਾਅਦ ਤੁਸੀਂ ਵੇਟ ਕਰੀ ਜਾਓ ਵੀ ਉਹ ਬੰਦਾ ਕਿਲ ਕਰੂਗਾ, ਤੇ ਉਹ ਅਸਲੀ 'ਚ ਕਿਲਰ ਹੈ ਹੀ ਨਹੀਂ ਸੀ, ਉਹ ਕੋਈ ਹੈਕਰ ਬੈਠਾ ਦੂਜੇ ਪਾਸੇ, ਦੂਜੇ ਪਾਸੇ। ਹਾਂ, ਇਹ ਹੈਕਰਾਂ ਦਾ ਵੀ ਬਹੁਤ ਵੱਡਾ ਜੋਗ ਹੈ, ਉਹ ਤੇ ਕਿਹੜਾ ਤੁਹਾਨੂੰ ਪਤਾ ਵੀ ਕੌਣ ਬੈਠਾ, ਹਾਂ, ਹੈ ਨਾ, 10 ਬੰਦਿਆਂ ਨੇ ਤੁਹਾਨੂੰ ਸਵਾਰੀ ਲੈ ਲਈ, ਬੰਦਾ ਇੱਕ ਨੇ ਵੀ ਨਹੀਂ ਮਾਰਿਆ, ਹੁਣ ਜੇ ਕੋਈ ਕਵੇ ਮੇਰੇ ਕੋਲ ਪੈਸੇ ਆ ਮੈਂ ਦੁਸ਼ਮਣ ਨੂੰ ਮਰਵਾ ਦੇਣਾ, ਤੇ ਉਹ ਕਵੇ ਮੈਂ ਡਾਰਕ ਵੈਬ ਅੱਜ ਹੀ ਡਾਊਨਲੋਡ ਕਰੂੰ ਤੇ ਬੰਦਾ ਮਰਵਾ ਦੇ, ਹਾਂ, ਉਹ ਮਰਨਾ ਮੁਰਨਾ ਹੈ ਨਹੀਂ ਬੰਦਾ, ਪੈਸੇ ਲੈ ਕੇ ਭੱਜਣਾ ਸਾਰਾ, ਤੁਸੀਂ ਕਿਹੜਾ ਫੜ ਲਓਗੇ, ਹਾਂ, ਮਤਲਬ ਬੰਦਾ ਪੈਸੇ ਲੈ ਕੇ ਚਲ ਗਿਆ, ਤੁਸੀਂ ਕਿੱਦਾਂ ਫੜ ਲਓਗੇ, ਹਾਂ। ਇੱਕ ਤੁਸੀਂ ਇੱਥੇ ਗੱਲ ਕੀਤੀ ਬਿਟਕੋਇਨ ਦੀ, ਹੈ ਨਾ, ਕ੍ਰਿਪਟੋ ਦੀ, ਹੁਣ ਉੱਥੇ ਕਰੰਸੀ ਵੀ ਇਹੀ ਚੱਲਦੀ ਆ, ਕ੍ਰਿਪਟੋ ਕਰੰਸੀ, ਹੈ ਨਾ, ਜਿਹਦਾ ਕੋਈ ਟਰੇਸ ਨਹੀਂ ਹੈਗਾ, ਇਹਦਾ ਹੈ ਨਹੀਂ ਵੀ ਅਸੀਂ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰ ਦੋਗੇ, ਹੈ ਨਾ। ਇਹ ਮੈਨੂੰ ਲੱਗਦਾ ਨਾ ਜਦੋਂ ਕ੍ਰਿਪਟੋ ਨਵੀਂ ਆਈ ਉਦੋਂ ਵੀ ਬਹੁਤ ਰੌਲਾ ਪਿਆ ਸੀ ਵੀ ਇਹ ਜਿਹੜੀ ਡਾਰਕ ਵੈਬ ਦੀ ਕਰੰਸੀ ਤੁਸੀਂ ਲਿਆ ਕੇ ਲੋਕਾਂ ਦੇ ਸਾਹਮਣੇ ਕਾਹਨੂੰ ਦੇਈ ਜਾਂਦੇ ਆ, ਹੈ ਨਾ। ਉਹ ਨਹੀਂ, ਉਹ ਵੀ ਇੱਕ ਉਹਦੇ 'ਚ ਵੀ ਇੱਕ ਹੈਗਾ ਸੀਕ੍ਰੇਟ, ਮਤਲਬ ਕੀ ਕਹਿ ਲਈਏ ਉਹਨੂੰ, ਉਹਦੇ 'ਚ ਵੀ ਇੱਕ ਫੰਡਾ ਹੈਗਾ ਵੀ ਤੁਸੀਂ ਕ੍ਰਿਪਟੋ ਉਦੋਂ ਤੱਕ ਸਕਸੈਸਫੁਲ ਪੂਰੀ ਨਹੀਂ ਹੈਗੀ ਜਦ ਤੱਕ ਤੁਸੀਂ ਉਹਨਾਂ ਚੀਜ਼ਾਂ ਨਹੀਂ ਬਾਏ ਕਰ ਸਕਦੇ। ਮਤਲਬ ਤੁਸੀਂ ਹੁਣ ਤੁਹਾਡੇ ਕੋਲ ਪਿਆ, ਮੰਨ ਲਓ ਬਈ ਇੰਡੀਆ 'ਚ ਲੈਟਸ ਸਪੋਜ਼ ਕਿਸੇ ਕੋਲ 20-50 ਲੱਖ ਰੁਪਇਆ ਉਹ 'ਚ ਪਿਆ, ਕ੍ਰਿਪਟੋ 'ਚ ਪਿਆ ਵਾ, ਹੁਣ ਤਾਂ ਕਰੂਗਾ ਕੀ, 20-50 ਲੱਖ ਉਹ ਗੱਡੀ ਕਵੇ ਮੈਂ ਰੇਂਜ ਰੋਵਰ ਫੋਰਚੂਨਰ ਲਿਆਉਣਾ, ਰੇਂਜ ਰੋਵਰ ਕੋਈ ਵੱਡੀ ਗੱਡੀ ਲਿਆਉਣਾ, ਕੀ ਉਹ ਤੋਂ ਸ਼ੋਰੂਮ ਵਾਲੇ ਬਿਟਕੋਇਨ ਦੀ ਪੇਮੈਂਟ ਲੈਣਗੇ, ਠੀਕ ਆ, ਜੇ ਤਾਂ ਉਹ ਤੋਂ ਬਿਟਕੋਇਨ ਦੀ ਪੇਮੈਂਟ ਲੈਣਗੇ ਫਿਰ ਤਾਂ ਨੀ ਪਤਾ ਲੱਗਿਆ ਵੀ ਕਿੱਥੋਂ ਪੇਮੈਂਟ ਆਈ, ਕਿੱਥੇ ਗਈ, ਨੋ ਐਵੀਡੈਂਸ, ਹੈ ਨਾ, ਕੋਈ ਟਰੇਸ ਨਹੀਂ ਹੈਗਾ ਉਹਦਾ। ਪਰ ਹੁਣ ਉਹਨੂੰ ਪੈਸੇ ਉਹਨੂੰ ਕਨਵਰਟ ਕਰਾਉਣਾ ਪੈਣਾ, ਉਹਨੇ ਬਿਟਕੋਇਨ ਸਾਰੀਆਂ ਗਵਰਨਮੈਂਟਾਂ ਨੇ ਕੀ ਕੀਤਾ, ਲੀਗਲ ਕਰਤੀ ਇੱਕ ਤਰ੍ਹਾਂ ਨਾਲ ਵੀ ਉਹਨੂੰ ਤੁਸੀਂ ਵਾਲਟ 'ਚ ਕਨਵਰਟ ਕਰ ਲਓ ਪੈਸਿਆਂ 'ਚ, ਬਿਟਕੋਇਨ ਤੁਸੀਂ ਵੇਚਿਆ ਉਹਨੂੰ ਪੈਸਿਆਂ 'ਚ ਕਿਸੇ ਨੇ ਪੇ ਕੀਤਾ, ਦਰਅਸਲ ਪੇਮੈਂਟ ਤਾਂ ਆਪਾਂ ਪੈਸਿਆਂ 'ਚ ਹੀ ਕਰ ਰਹੇ ਨਾ, ਅੱਜ ਵੀ ਉਹਨੂੰ ਆਪਾਂ ਕਿਹਦੇ ਨਾਲ ਉਹ ਕਰਦੇ ਆ, ਮਤਲਬ ਉਹਨੂੰ ਵੈਲਿਊ ਆਪਾਂ ਪੈਸੇ ਨਾਲ ਪਾਉਂਦੇ ਆ ਵੀ ਇੰਨੇ ਲੱਖ ਰੁਪਏ ਜਾਂ ਇੰਨੇ $1,000 ਦਾ ਉਹ ਹੈਗਾ ਵਾ ਬਿਟਕੋਇਨ, ਇੱਕ ਫਿਰ ਉਹ ਇੱਕ ਤਰ੍ਹਾਂ ਨਾਲ ਉਹ ਟ੍ਰੇਸੇਬਲ ਹੀ ਆ, ਤੁਸੀਂ ਉਹਨੂੰ ਕਨਵਰਟ ਕਰਨਾ ਹੈ ਤੁਹਾਡੀ ਆਈਡੈਂਟੀਟੀ ਤੇ ਜਾਣੀ ਹੈ, ਪੇਮੈਂਟ ਜੋ ਆਏ ਨਾ, ਜੇ ਮੰਨ ਲਓ ਵੀ ਤੁਹਾਡੇ ਕੋਲ 10 ਲੱਖ ਆ ਗਿਆ, ਹੈ ਨਾ, ਗਵਰਨਮੈਂਟ ਨੂੰ ਤਾਂ ਪਤਾ ਨਾ ਵੀ ਇਹਨੇ ਬਿਟਕੋਇਨ ਵੇਚ ਕੇ ਲਿਆਂਦਾ ਵਾ, ਉਹੀ ਆ ਨਾ, ਇਹਨੇ ਹੁਣ ਕੀਤੀ ਇਹ ਸਾਰੀ ਬਿਟਕੋ ਜਿਹੜੀ ਕ੍ਰਿਪਟੋ ਕਰੰਸੀ ਆ ਨਾ, ਲੀਗਲਾਈਜ਼ ਨਹੀਂ, ਜਾਣੀ ਕਿ ਰੂਲ ਕਿਸੇ ਕਾਨੂੰਨ ਦੇ ਅੰਦਰ ਲਿਆਂਦੀ, ਪਹਿਲੇ ਖੁੱਲ੍ਹਾ ਹੀ ਚੱਲਦਾ ਸੀ, ਪਹਿਲੇ ਇਹ ਜਾਣੀ ਕਿ ਕੰਮ ਕਰਵਾਉਣੇ ਸੌਖੇ ਹੋ ਜਾਂਦੇ ਸੀਗੇ, ਬਿਟਕੋਇਨ ਦੇ ਨਾਲ ਚੀਜ਼ਾਂ ਲੈਣੀਆਂ, ਕੰਮ ਕਰਾਉਣੇ ਪੁੱਠੇ ਸਿੱਧੇ, ਹੈ ਨਾ। ਹੁਣ ਜੇ ਕਿਸੇ ਨੇ ਇੱਦਾਂ ਦਾ ਕੰਮ ਕਰਕੇ ਬਿਟਕੋਇਨ 5 ਬਣਾ ਵੀ ਲਏ, ਉਹ ਕਿਤੇ ਤਾਂ ਕਿਤੇ ਕੱਢੂਗਾ ਹੀ ਉਹਨਾਂ ਨੂੰ, ਕੱਢੂਗਾ ਹੀ, ਹੈ ਨਾ, ਜਦੋਂ ਉਹਦਾ ਕੁਛ ਕਰ ਹੀ ਨਹੀਂ ਸਕਦਾ। ਹਾਂ, ਤੁਸੀਂ ਕਾਫੀ ਲੈਣੀ ਹੈ ਟਿਮ ਹੋਟਲ, ਤੁਸੀਂ ਬਿਟਕੋਇਨ 'ਚ ਪੇ ਕਰ ਦੋਗੇ, ਤੁਹਾਡੇ ਕੋਲ ਪਏ ਆ 50 ਲੱਖ ਦੇ ਬਿਟਕੋਇਨ, ਤੁਸੀਂ ਕਾਫੀ ਤੁਹਾਨੂੰ ਪੈਸਿਆਂ ਦੀ ਲੈਣੀ ਪੈਣੀ ਆ। ਹਾਂ, ਉਹੀ ਆ ਨਾ, ਤੇ ਉੱਤੇ ਤੁਹਾਡੀ ਉਹ ਇਨਫੋਰਮੇਸ਼ਨ, ਇੰਡੀਆ ਦੀ ਗਵਰਨਮੈਂਟ ਨੇ ਤਾਂ ਮੈਂ ਸੁਣਿਆ ਸੀ ਪਿੱਛੇ ਜੇ 30% ਟੈਕਸ ਵੀ ਲਾਦਾ ਬਿਟਕੋਇਨ ਤੇ, ਲਾਤਾ ਹੁਣ ਉਹ ਜੇ ਤੁਸੀਂ ਵਾਲਟ 'ਚ ਉਹਨੂੰ ਕਨਵਰਟ ਕਰ ਦਿਓ ਤਾਂ ਉਹਨਾਂ ਨੂੰ ਪਤਾ ਵੀ ਇਹ ਬਲੈਕ ਮਨੀ ਆ, 30% ਇੰਡੀਆ 'ਚ ਬਲੈਕ ਮਨੀ ਸਿੱਧਾ ਸਿੱਧਾ 30% ਟੈਕਸ ਆ ਉੱਤੇ, 30% ਟੈਕਸ ਲਾਤਾ ਉਹਨਾਂ ਨੇ, ਉਹ ਕਹਿੰਦੇ ਵੀ ਇਹਦੀ ਕਿੰਨੀ ਕੁ ਟੈਕਸ ਲਾਇਬਿਲਿਟੀ ਬਣਦੀ ਹੋਊ, 5, 10, 20, 15, 25, 30% ਬਣਦੀ ਹੋਊ, 30 ਬਣਦੀ ਹੋਊ, 30% ਟੈਕਸ ਦੇ ਦੇ ਤੂੰ, ਲਿਆ ਬਿਟਕੋਇਨ ਆਪਦੇ ਅਕਾਊਂਟ 'ਚ ਪਾ ਲਾ। ਇੱਕ ਉਹ ਵੀ ਕਰਤਾ ਨਾ ਇੰਡੀਆ, ਜਿਹੜੀਆਂ ਬੈਟਿੰਗ ਕੰਪਨੀਆਂ ਸੀਗੀਆਂ ਉਹਨਾਂ ਦੇ ਵੀ ਟੈਕਸ ਵੇਲ ਕਰਤੇ, ਉਹਨਾਂ ਬੈਟਿੰਗ ਤੋਂ ਤੁਸੀਂ ਜਿਹੜਾ ਪੈਸਾ ਬਣਾਉਣਾ ਆ
ਹੁੰਦੇ ਨੀ ਸੀ ਮਾਈ ਸਰਕਲ 11 ਫਲਾਨਾ ਕ੍ਰਿਕਟ ਬੈਟ ਆਹ ਕਰਕੇ ਪੈਸੇ ਬਣਾ ਲਓ, ਇਹ ਸਾਡੀ ਸਕਿੱਲ ਆ, ਤੇ ਉਹ ਚੱਲ ਟੋਪਿਕ ਆਪਾਂ ਕਿਸੇ ਦਿਨ ਹੋਰ ਕਰਾਂਗੇ, ਆਪਣਾ ਇਹ ਨਹੀਂ ਤਾਂ ਰਲ ਜਾਣਾ ਹੈ, ਉਹ ਵੀ ਬਹੁਤ ਭਿਆਨਕ ਭਿਆਨਕ ਡੀਪ ਵੈਬ ਦਾ ਤਾਂ ਇਹ ਆ ਵੀ ਆਪਾਂ ਆਪਦੇ ਫੋਨ ਚ ਆਲਵੇਜ਼ ਡੀਪ ਵੈਬ ਯੂਜ਼ ਕਰਦੇ ਹਾਂ, ਆਪਣੀ ਜੀਮੇਲ ਹੋ ਗਈ, ਆਪਣਾ ਯਾਹੂ ਹੋ ਗਿਆ, ਸਾਰਾ ਕੁਝ ਆਪਣਾ ਡੀਪ ਵੈਬ ਤੇ ਜਾ ਰਿਹਾ, ਕੋਈ ਵੀ ਆਪਾਂ ਵੈਬਸਾਈਟ ਚਲਾਉਣਾ ਉਹਦੇ ਪੈਰਲਲ ਇੱਕ ਹੋਰ ਵੈਬਸਾਈਟ ਹੁੰਦੀ ਆ ਜਿਹੜੀ ਦਾ ਐਕਸੈਸ ਆਪਣੇ ਕੋਲ ਨਹੀਂ ਹੁੰਦਾ, ਉਹਨੂੰ ਕਹਿੰਦਾ ਡਾਇਨਾਮਿਕ ਵੈਬਸਾਈਟ ਹੈ ਨਾ, ਵੀ ਉਹਦੇ ਪਿੱਛੇ ਹੀ ਇੱਕ ਹੋਰ ਵੈਬਸਾਈਟ ਆ, ਉਹ ਸਿਰਫ ਡੈਵਲਪਰ ਕੋਲ ਜਾਂ ਯੂਜ਼ਰ ਐਂਡ ਯੂਜ਼ਰ ਕੋਲ ਨਹੀਂ ਹੈਗੀ, ਜਿਹੜਾ ਡੈਵਲਪਰ ਆ ਉਹਦੇ ਕੋਲ ਆ ਜਾਂ ਜਿਹੜੀ ਕੰਪਨੀ ਉਹਦੇ ਕੋਲ ਆ, ਕਿਉਂਕਿ ਉਹ ਤੇ ਫੋਟੋ ਆਪਾਂ ਨੂੰ ਦਿਖੇਗੀ, ਫੋਟੋ ਕਿਤੋਂ ਤਾਂ ਪਈ ਨਾ, ਉਹ ਉਹਦੀ ਦੂਜੀ ਵੈਬਸਾਈਟ ਤੋਂ ਪਈ ਆ ਜਿਹਦਾ ਐਕਸੈਸ ਆਪਣੇ ਕੋਲ ਨਹੀਂ ਹੈਗਾ, ਜਿਹਦਾ ਐਕਸੈਸ ਉਹਦੇ ਓਨਰ ਕੋਲ ਆ, ਉਹ ਤੋਂ ਸ਼ੋਅ ਹੋ ਜਾਣੀ ਆਪਣੇ ਪਾਸੇ, ਪਰ ਡੀਪ ਵੈਬ ਉਹਨੂੰ ਕਹਿੰਦੇ ਆ ਪਿਛਲੇ ਪਾਸੇ ਉਹਦੇ ਬੈਕ ਐਂਡ ਤੇ ਕੀ ਚੱਲ ਰਿਹਾ, ਡੇਟਾ ਬੇਸ ਆ ਉਹਦਾ ਸਾਰਾ, ਹੈ ਨਾ। ਸੋ ਇਹ ਡੀਪ ਵੈਬ ਤੇ ਡਾਰਕ ਵੈਬ ਚ ਇੰਨਾ ਕੁ ਫਰਕ ਹੈ, ਥੋੜਾ ਕਨਫਿਊਜ਼ਨ ਆ ਮੈਗਾ ਹੋ ਜਾਣਾ, ਪਹਿਲੇ ਮੈਂ ਵੀ ਹੁੰਦਾ ਸੀ ਜਦੋਂ ਰਿਸਰਚ ਕਰਨੀ ਪਤਾ ਲੱਗੀ ਫੇਰ ਪਤਾ ਲੱਗਾ ਵੀ ਇਹ ਚੀਜ਼ ਅਲੱਗ ਅਲੱਗ ਆ। ਇੱਕ ਹੋਰ ਇਨਕ੍ਰਿਪਸ਼ਨ ਵਾਲਾ ਉਹ ਆਪਾਂ ਚਲ ਉਹ ਚ ਡਿਸਕਸ ਕਰ ਲੈਂਦੇ ਹਾਂ ਅੱਗੇ ਸਕੈਮਾਂ ਦੇ ਵਿੱਚ ਆਉਣਾ, ਸਕੈਮਾਂ ਦੇ ਹਾਂ ਉਹ ਜਾਂ ਚਲੋ ਉਸ ਚ ਕਰ ਲੈਂਦੇ, ਉਹੀ ਕਰੇ ਹੀ ਲੈਂਦੇ ਆ ਮੈਨੂੰ ਲੱਗਦਾ। ਆਹੋ ਇਹ ਤਾਂ ਹੁਣ ਗੱਲਬਾਤ ਹੋ ਗਈ ਜ਼ਿਆਦਾ ਹਾਈ ਲੈਵਲ ਦੀ, ਹੈ ਨਾ, ਪਰ ਜਿਹੜੀ ਹੁਣ ਪਬਲਿਕ ਚ ਸਕੈਮ ਹੁੰਦੇ ਆ ਆਨਲਾਈਨ ਜੋ ਵੀ ਹੁੰਦੇ ਆ, ਵੀ ਇਹਦੇ ਉੱਤੇ ਵੀ ਚਾਹੀਦਾ ਆ ਗੱਲਬਾਤ ਕਰਨੀ। ਪਬਲਿਕ ਨੈਟਵਰਕ ਜਿਹੜੇ ਆਪਾਂ ਬਿਨਾਂ ਦੇਖੇ ਤੇ ਉਹ ਨਾ ਕਰ ਦਿੰਦੇ ਆ ਕਨੈਕਟ ਆਪਣੇ ਫੋਨਾਂ ਦੇ ਨਾਲ, ਵਾਈਫਾਈ ਕਿਤੇ ਫ੍ਰੀ ਮਿਲਿਆ ਚੱਕ ਲਓ, ਹੈ ਨਾ। ਉਹਦੇ ਵਿੱਚ ਵੀ ਇਨਕ੍ਰਿਪਸ਼ਨ ਮੈਂ ਕਹਿੰਦਾ ਪਹਿਲੇ ਵਟਸਐਪ ਤੋਂ ਸ਼ੁਰੂ ਕਰ ਲੈਂਦੇ ਹਾਂ, ਵਟਸਐਪ ਇਨਕ੍ਰਿਪਸ਼ਨ ਦਾ ਬੜਾ ਰੌਲਾ ਪੈਂਦਾ ਵੀ ਐਂਡ ਟੂ ਐਂਡ ਇਨਕ੍ਰਿਪਟਡ ਆ, ਤੁਹਾਡੀ ਗੱਲ ਲੀਕ ਨਹੀਂ ਹੁੰਦੀ। ਹਾਂਜੀ, ਕਿੰਨੀ ਕੁ ਠੀਕ ਲੱਗਦੀ ਹੈ ਗੱਲ? ਬਹੁਤ ਜ਼ਿਆਦਾ ਠੀਕ ਵੀ ਹੈ ਅਤੇ ਬਹੁਤ ਜ਼ਿਆਦਾ ਗਲਤ ਵੀ ਆ। ਹਾਂ ਕੋਡ ਦੇ ਵਿੱਚ ਉਹਦਾ ਬਣ ਗਿਆ ਕੋਡ, ਹੁਣ ਤੁਹਾਡੇ ਫੋਨ ਤੋਂ ਡੇਟਾ ਤਾਂ ਜਾਣਾ ਹੀ ਆ ਕਿਸੇ ਮੀਡੀਅਮ ਥਰੂ, ਹੈ ਨਾ, ਉਹ ਤੁਹਾਡੇ ਇੰਟਰਨੈਟ ਥਰੂ ਉਹ ਡੇਟਾ ਦੂਜੇ ਬੰਦੇ ਤੱਕ ਪਹੁੰਚ ਗਿਆ, ਤੁਹਾਡੇ ਡੇਟਾ ਉੱਥੋਂ ਪਹੁੰਚਿਆ ਵਟਸਐਪ ਦੇ ਸਰਵਰ ਚ, ਵਟਸਐਪ ਦੇ ਸਰਵਰ ਤੋਂ ਅੱਗੇ ਉਹ ਪਹੁੰਚ ਗਿਆ ਦੂਜੇ ਯੂਜ਼ਰ ਕੋਲ, ਤੇ ਉਹਨੂੰ ਉਹਦਾ ਮੈਸੇਜ ਉਹਨੂੰ ਫਿਰ ਡੀਕੋਡ ਹੋ ਗਿਆ ਉੱਥੇ ਜਾ ਕੇ, ਵੀ ਉਹ ਜਿਹੜਾ ਕੋਡ ਆਇਆ ਸੀ ਉਹ ਡੀਕੋਡ ਹੋ ਕੇ ਉਹਨੂੰ ਮਿਲ ਗਿਆ ਮੈਸੇਜ, ਵੀ ਹਾਊ ਆਰ ਯੂ ਪੁੱਛਿਆ ਉਹਨੇ। ਉਹਦੇ 'ਚ ਗਲਿਚ ਇਹ ਆ ਵੀ ਮਤਲਬ ਉਹ 'ਚ ਇਹ ਆ ਕਿ ਰਾਹ 'ਚ ਜੇ ਕਿਸੇ ਨੇ ਡੇਟਾ ਲੀਕ ਹੋ ਗਿਆ ਕਿਤੋਂ ਵੀ, ਤੁਹਾਡਾ ਤੁਸੀਂ ਯੂਜ਼ ਕਰ ਰਹੇ ਹੋ ਆਪਣਾ ਪਬਲਿਕ ਵਾਈਫਾਈ ਜਾਂ ਕੁਛ ਵੀ, ਪਬਲਿਕ ਵਾਈਫਾਈ ਵਾਲੇ ਨੂੰ ਤੁਹਾਡਾ ਡੇਟਾ ਚਲ ਗਿਆ ਪਰ ਉਹਦੇ ਕੋਲ ਉਹ ਕੋਡ ਆਇਆ ਜਿਹੜਾ ਤੁਹਾਡੇ ਫੋਨ ਨੇ ਇੱਧਰ ਜਨਰੇਟ ਕੀਤਾ, ਤੇ ਉੱਧਰ ਜਾ ਕੇ ਡੀਕੋਡ ਹੋਣਾ ਵਾ, ਉਹ ਕੋਡ ਦਾ ਉਹ ਕੁਛ ਨਹੀਂ ਕਰ ਸਕਦਾ ਕਿਉਂਕਿ ਉਹਦੇ ਕੋਲ ਡੀਕੋਡਿੰਗ ਫਾਰਮੂਲਾ ਹੈ ਨਹੀਂ ਜਿਹੜਾ ਵਟਸਐਪ ਨੇ ਕ੍ਰੀਏਟ ਕੀਤਾ। ਹਾਂ, ਉਹ ਕਿਉਂਕਿ ਉਹਦਾ ਓਨਰ ਦਾ ਵਟਸਐਪ ਆ, ਵਟਸਐਪ ਨੇ ਕ੍ਰੀਏਟ ਕੀਤਾ ਨਾ, ਤੇ ਵਟਸਐਪ ਕੋਲ ਆ ਉਹ। ਹੁਣ ਜੇ ਤੁਸੀਂ ਕਹੋ ਵੀ ਕੋਈ ਵੀ ਨਹੀਂ ਉਹਨੂੰ ਡੀਕੋਡ ਕਰ ਸਕਦਾ, ਹੁਣ ਜਿਹਨੇ ਵਟਸਐਪ ਬਣਾਇਆ ਉਹਦੇ ਕੋਲ ਤਾਂ ਹੈਗਾ ਹੀ ਆ ਫਾਰਮੂਲਾ, ਤੁਸੀਂ ਉਹ 'ਚ ਕ੍ਰਾਈਮ ਵਾਲੀ ਐਕਟੀਵਿਟੀ ਕਰਤੀ ਵੀ ਇੱਥੇ ਬੰਬ ਬਲਾਸਟ ਆਪਾਂ ਕਰਨ ਲੱਗਿਆ ਇਹ ਉਹ, ਉੱਧਰ ਬਾਅਦ USA ਨੇ ਸਾਰੇ ਆਪਦੇ ਸੋਸ਼ਲ ਮੀਡੀਆ ਚੈਨਲਸ ਨੂੰ ਕਹਿ ਦੇਣਾ ਵੀ ਆਹ ਬੰਬ ਵਾਲੇ ਜਿੰਨੇ ਵੀ ਮੈਸੇਜ ਆ ਸਾਨੂੰ ਦੱਸ ਦਿਓ, ਉਹਨਾਂ ਨੇ ਸਾਰਿਆਂ 'ਚ ਕੱਢ ਕੇ ਦੇ ਦੇਣਾ ਮੂਹਰੇ ਵੀ ਆਹ ਸਾਰੇ ਬੰਦਿਆਂ ਨੇ ਭੇਜਿਆ ਸੀਗਾ ਵੀ ਅਟੈਕ ਹਿਊਮਨ ਬੰਬ ਜੇ ਉਹ ਸਾਰਾ ਉਹਨਾਂ ਨੇ ਦੱਸ ਦੇਣਾ ਕੱਢ ਕੇ, ਜਿਹੜਾ ਬੰਦਾ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰ ਰਿਹਾ ਉਹਦੇ ਕੋਲ ਹੈਗਾ, ਉਹਦੇ ਕੋਲ ਇਹ ਹੈਗੀ ਆ, ਇੱਦਾਂ ਨਾ ਸੋਚੋ ਕਿ ਮੈਂ ਮੈਸੇਜ ਕਰ ਦਿੱਤਾ ਸਿੱਧਾ ਪ੍ਰਿੰਸ ਨੂੰ ਚਲ ਗਿਆ, ਗੱਬੇ ਤੁਸੀਂ ਵੀ ਬੈਠੇ ਹੋ ਤੁਹਾਡੇ ਥਰੂ ਹੋ ਕੇ ਜਾਣਾ, ਜਿਹੜੀ ਕੋਕ ਆ, ਕੋਕ ਦਾ ਜਿਹੜਾ ਫਾਰਮੂਲਾ ਵਾ ਉਹ ਸਿਰਫ ਕੋਕ ਦੇ 2-3 ਬੰਦਿਆਂ ਨੂੰ ਪਤਾ ਜਿਹੜੇ ਹੁਣ ਹੈਗੇ ਆ ਉਹਦੇ ਮੇਨ ਉੱਪਰ ਹਾਈ ਲੈਵਲ ਤੇ। ਹੁਣ ਆਪਾਂ ਕਹੀਏ ਵੀ ਕੋਈ ਕਵੇ ਵੀ ਆਪਣਾ ਦਰਸ਼ਕ ਦੇਖ ਕੇ ਨਾ ਵੀ ਕੋਕ ਤਾਂ ਇੰਡੀਆ 'ਚ ਵੀ ਬਣਦਾ, ਲੁਧਿਆਣੇ 'ਚ ਬਹੁਤ ਵੱਡੀ ਫੈਕਟਰੀ ਆ ਕੋਕ ਦੀ, ਪਰ ਉਹ ਬੋਟਲਿੰਗ ਪਲਾਂਟਸ ਨੇ, ਫਾਰਮੂਲਾ ਦਾ ਕ੍ਰਕਸ ਜਿਹੜਾ ਉਹਨੂੰ ਕਹਿੰਦੇ ਆ, ਜਿਹੜਾ ਕ੍ਰਕਸ ਹੁੰਦਾ ਨਾ, ਜਿਹੜਾ ਆਪਾਂ ਉਹਨੂੰ ਕਹਿ ਲਈਏ ਵੀ ਆਪਣੇ ਜੂਸ ਹੁੰਦੇ ਆ ਜਿਹੜੇ ਉਹ ਕੰਸੈਂਟਰੇਟਡ ਹੁੰਦੇ ਨੇ, ਵੀ ਇੰਨੇ ਸਾਰੇ ਜੂਸ ਦਾ ਇੰਨਾ ਕੁ ਬਣਾ ਦੇਣਾ, ਕੰਸੈਂਟਰੇਟ ਕਰ ਦੇਣਾ ਉਹਨੂੰ, ਫਿਰ ਉਹਦੇ 'ਚ ਪਾਣੀ ਪਾ ਕੇ ਉਹਨੂੰ ਫਿਰ ਉਨਾ ਬਣਾ ਦੇਣਾ, ਕੰਸੈਂਟਰੇਟਡ ਜੂਸ ਇਹ ਹੁੰਦਾ ਵੀ ਕਿਉਂਕਿ ਟਰਾਂਸਪੋਰਟੇਸ਼ਨ ਈਜ਼ੀ ਹੋ ਗਈ ਨਾ, ਇੰਨੇ ਜੂਸ ਦਾ ਇੰਨਾ ਕੁ ਬਣਾਤਾ, ਉਹਨੂੰ ਟਰੱਕ 'ਚ ਕਿੰਨੇ ਹੀ ਉਹ ਟਰੱਕ ਵੜ ਜਾਣੇ ਉਹ 'ਚ, ਉੱਥੇ ਜਾ ਕੇ ਪਾਣੀ ਪਾ ਕੇ ਉਹਨੂੰ ਫਿਰ ਬਣਾ ਲੈਣਾ ਵਾ, ਉਹਨੂੰ ਉੱਤੇ ਲਿਖਿਆ ਹੁੰਦਾ ਕੰਸੈਂਟਰੇਟਡ ਜੂਸ 100% ਪਿਓਰ। ਸੇਮ ਚੀਜ਼ ਕੋਕ ਦੀ ਆ, ਉਹ ਬੋਟਲਿੰਗ ਪਲਾਂਟਸ ਨੇ, ਫਾਰਮੂਲਾ ਜਿੱਥੇ ਬਣਦਾ ਉਹ ਫਾਰਮੂਲਾ ਨਹੀਂ ਲੀਕ ਹੁੰਦਾ, ਫਾਰਮੂਲਾ ਉੱਥੋਂ ਬਣਿਆ, ਉਹ ਫਾਰਮੂਲਾ ਕੰਸੈਂਟਰੇਸ਼ਨ ਦੇ ਵਿੱਚ ਕਿਤੇ ਗਿਆ, ਉੱਥੇ ਜਾ ਕੇ ਉਹ 'ਚ ਮਿਕਸ ਹੋਇਆ, ਫਿਰ ਉਹ ਬਹੁਤ ਜ਼ਿਆਦਾ ਵੱਡੀ ਕੁਆਂਟਿਟੀ ਦੇ ਵਿੱਚ ਬਣਾ ਕੇ ਉਹਨੂੰ ਪ੍ਰੋਵਾਈਡ ਕੀਤਾ ਗਿਆ ਅੱਗੇ। ਉਹੀ ਆ ਨਾ, ਉਹੀ ਕੋਡਿੰਗ ਡੀ ਕੋਡਿੰਗ ਹੋ ਗਈ ਨਾ, ਕੋਡ ਕਰਕੇ ਤੋਰਤਾ ਉੱਧਰ ਜਾ ਕੇ ਡੀ ਕੋਡ ਹੋ ਗਿਆ। ਉਹੀ ਆ ਨਾ, ਆਪਣੀ ਇਨਫੋਰਮੇਸ਼ਨ ਵੀ ਇਵੇਂ ਲੀਕ ਹੁੰਦੀ ਆ, ਜਿਵੇਂ ਹੁਣ ਯੂਜ਼ਰ ਡਾਟਾ ਉਹਨੇ ਚੱਕ ਲਿਆ ਸਾਰਾ, ਹੈ ਨਾ, ਆਪਾਂ ਪਹਿਲੇ ਵੀ ਗੱਲ ਕਰ ਛੱਡੀ ਯੂਜ਼ਰ ਡਾਟੇ ਦੀ, ਹੈ ਨਾ, ਯੂਜ਼ਰ ਡਾਟਾ ਵੀ ਆਪਣਾ ਇੱਦਾਂ ਹੀ ਲੀਕ ਹੁੰਦਾ ਆ ਜਦੋਂ ਨਿਕਲ ਜਾਂਦਾ ਆ, ਜਿਹੜੀਆਂ ਹੁਣ ਵਟਸਐਪ ਹੋ ਗਿਆ, ਆਪਾਂ ਕਈ ਵੇਲੇ ਖ਼ਬਰਾਂ ਸੁਣਦੇ ਹਾਂ ਫੇਸਬੁੱਕ ਦਾ ਯੂਜ਼ਰ ਡਾਟਾ ਲੀਕ ਹੋ ਗਿਆ, ਹੈ ਨਾ,
ਇੰਸਟਾਗ੍ਰਾਮ ਦਾ ਲੀਕ ਹੋ ਗਿਆ, ਉਹ ਇੱਦਾਂ ਦਾ ਹੈ ਨਹੀਂ ਕਿਸੇ ਨੇ ਇੰਸਟਾਗ੍ਰਾਮ ਦਾ ਗੂਗਲ ਤੇ ਪਾਤਾ ਯੂਜ਼ਰ ਡਾਟਾ, ਡਾਰਕ ਵੈਬ ਤੇ ਹੁੰਦਾ ਸਾਰਾ ਲੀਕ, ਉਹਦੇ ਚ ਇੱਕ ਸੇਫਟੀ ਹੈਗੀ ਆ। ਮੰਨ ਲਓ ਤੁਸੀਂ ਵਟਸਐਪ ਤੇ ਚੈਟਾਂ ਕੀਤੀਆਂ, ਵਟਸਐਪ ਤੇ ਤੁਸੀਂ ਵੀਡੀਓਜ਼ ਫੋਟੋ ਸ਼ੇਅਰ ਕੀਤੀਆਂ, ਕਿਸੇ ਬੰਦੇ ਨੇ ਚਾਈਨਾ ਚ ਬੈਠੇ ਨੇ ਜਾਂ ਕਿਸੇ ਹੋਰ ਕੰਟਰੀ ਚ ਬੈਠੇ ਨੇ ਜਿੱਥੇ ਹੈਕਰ ਬਾਹਲੀ ਮਾਤਰਾ ਦੇ ਵਿੱਚ ਹੈਗੇ ਨੇ, ਉਹਨੇ ਡੇਟਾ ਉਹ ਚੋਰੀ ਕਰ ਲਿਆ, ਵਟਸਐਪ ਦੇ ਸਰਵਰ ਤੋਂ ਡੇਟਾ ਕੱਢ ਲਿਆ, ਡੇਟਾ ਬੇਸ ਚੋਂ ਡੇਟਾ ਚੋਰੀ ਕਰਨ ਚ ਸਕਸੈਸਫੁਲ ਹੋ ਗਿਆ। ਪਰ ਉਹਦੇ ਚ ਸੇਫਟੀ ਤੁਹਾਡੀ ਇਹ ਆ ਵੀ ਹੁਣ ਉਹਦੇ ਕੋਲ ਡੀਕੋਡ ਕਰਨ ਦਾ ਫਾਰਮੂਲਾ ਹੈ ਨੀਗਾ, ਉਹ ਤਾਂ ਸਿਰਫ ਵਟਸਐਪ ਕੋਲ ਹੀ ਆ, ਉਹ ਡੀਕੋਡ ਨਹੀਂ ਕਰ ਸਕਦਾ ਉਹਨੂੰ। ਇੱਥੇ ਤੁਸੀਂ ਸੇਫ ਆ ਵੀ ਉਹ ਜਦੋਂ ਵਟਸਐਪ ਤੇ ਲਿਖਾਉਂਦਾ ਵੀ ਐਂਡ ਟੂ ਐਂਡ ਡੇਟਾ ਇਨਕ੍ਰਿਪਸ਼ਨ, ਮਤਲਬ ਤੁਹਾਡਾ ਡੇਟਾ ਸਿਰਫ ਵਟਸਐਪ ਕੋਲ ਹੀ ਹੋਊਗਾ, ਜੇ ਕੋਈ ਡੀਕੋਡ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ। ਪਰ ਜਿਹੜੇ ਹੁਣ ਜਿੱਦਾਂ ਆਪਣੇ ਡਾਟਾ ਉੱਦਾਂ ਚੋਰੀ ਹੋ ਜਾਂਦੇ ਹੈ ਨਾ, ਜਿਵੇਂ ਆਪਣਾ ਆਪਣਾ ਸਾਰਿਆਂ ਦਾ ਡਾਟਾ ਫੇਸਬੁੱਕ ਕੋਲ ਹੈਗਾ ਆ, ਇੰਸਟਾਗ੍ਰਾਮ ਚਲਾਉਂਦੇ ਉਹਦੇ ਕੋਲ ਹੈਗਾ ਆ, ਸਾਰੀਆਂ ਸੋਸ਼ਲ ਮੀਡੀਆ ਜਿੰਨੀਆਂ ਵੀ ਆ ਚਲਾਉਂਦੇ ਆ, ਜਾਂ ਆਪਾਂ ਕੋਈ ਐਪ ਡਾਊਨਲੋਡ ਕਰਦੇ ਹਾਂ, ਸਭ ਤੋਂ ਵੱਡਾ ਮੁੱਦਾ ਇਹ ਆ, ਉਹ ਆਪਾਂ ਤੋਂ ਅਲਾਓ ਕੈਮਰਾ, ਅਲਾਓ ਮਾਈਕਰੋ, ਅਲਾਓ ਫੋਟੋ, ਅਲਾਓ ਨੈਟਵਰਕ, ਸਾਰਾ ਕੁਛ ਅਲਾਓ ਹੀ ਕਰ ਦੇਈਦਾ। ਹੁੰਦਾ ਵੀ ਕਿਹੜੀ ਘੜੀ ਐਪ ਚਲਾਈਏ, ਸਾਰਾ ਕੁਛ ਅਲਾਓ ਹਨਾ ਬਿਨਾਂ ਪੜ੍ਹੇ। ਹੁਣ ਉਹਨਾਂ ਕੋਲ ਚੱਲ ਗਿਆ ਆਪਣਾ ਡਾਟਾ ਹਨਾ, ਉਹਨੇ ਡਾਟਾ ਚਲੋ ਉਹਨਾਂ ਕੋਲ ਸਿਕਿਓਰ ਆ, ਉੱਤੋਂ ਜੀ ਕੋਈ ਆਇਆ ਹੈਕਰ, ਉਹਨੇ ਚੱਕ ਲਿਆ ਉਹਨਾਂ ਦੇ ਸਰਵਰ ਤੋਂ ਸਾਰਾ ਡਾਟਾ ਹਨਾ, ਉਹ ਵੇਚੂਗਾ ਹੁਣ ਜਾ ਕੇ ਡਾਰਕ ਵੈਬ ਤੇ, ਉੱਥੇ ਜਾ ਕੇ ਬਣਾਊਗਾ ਆਪਣੇ ਪੈਸੇ ਹਨਾ। ਜਾਣੀ ਕਿ ਜੇ ਇੰਟੈਂਸ਼ਨਲੀ ਜੇ ਫੇਸਬੁੱਕ ਦੀ ਜਾਂ ਇੰਸਟਾਗ੍ਰਾਮ ਦੀ ਜਾਂ ਕਿਸੇ ਐਪ ਦੀ ਮਨਸ਼ਾ ਨਹੀਂ ਹੈਗੀ ਤੁਹਾਡਾ ਡਾਟੇ ਨੂੰ ਕੁਛ ਖਰਾਬ ਕਰਨ ਦੀ ਜਾਂ ਵੇਚਣ ਦੀ, ਉਹ ਤਾਂ ਹੈਕਰਾਂ ਨੇ ਵੀ ਆ ਕੇ ਕਰਕੇ ਲੈ ਜਾਣਾ, ਉਹਨਾਂ ਨੇ ਲੈ ਜਾਣਾ ਹਾਂਜੀ ਹਨਾ। ਕਿੰਨੀ ਆਪਾਂ ਖਬਰਾਂ ਦੇਖੀ ਦੀਆਂ, ਕਿਵੇਂ ਦੇਖੀ ਦੀਆਂ, ਬਿਲਕੁਲ ਬਿਲਕੁਲ ਨਾ, ਬਾਅਦ ਚ ਉਹਨਾਂ ਦਾ ਲੱਗ ਜਾਣਾ ਕਿ ਇਹਨਾਂ ਦਾ। ਇੱਥੇ ਇਹ ਆ ਵੀ ਜਿੰਨਾ ਤੁਸੀਂ ਆਪਦਾ ਡੇਟਾ ਰੱਖਣਾ ਨਾ, ਉਹ ਐਜ਼ ਪੋਸੀਬਲ ਐਜ਼ ਮੱਚ ਸਿਕਿਓਰ ਰੱਖੋ ਤੁਸੀਂ, ਵੀ ਜਿੱਦਾਂ ਕਿਸੇ ਵੀ ਅਨਆਥੋਰਾਈਜ਼ਡ ਐਪ ਨੂੰ ਐਕਸੈਸ ਨਾ ਦਿਓ। ਪਹਿਲੀ ਗੱਲ ਤਾਂ ਜਿਹੜੇ ਯੂਜ਼ਰ ਆਪਣੇ ਐਂਡਰੋਇਡ ਯੂਜ਼ ਕਰਦੇ ਨੇ ਨਾ, ਇਹ ਵੀ ਪਹਿਲਾਂ ਇੱਕ ਬਹੁਤ ਵੱਡਾ ਡਿਬੇਟ ਦਾ ਇਸ਼ੂ ਆ ਵੀ ਕੀ ਜਿਹੜੇ ਐਂਡਰੋਇਡ ਦੇ ਫੋਨ ਆ ਉਹ ਸੇਫ ਹੈਗੇ ਕਿ ਨਹੀਂ ਹੈਗੇ ਹਨਾ, ਇਹ ਵੀ ਡਿਬੇਟ ਦਾ ਟੋਪਿਕ ਆ। ਤੇ ਆਪਾਂ ਚੱਲ ਇਹ ਤੇ ਤਾਂ ਨਹੀਂ ਕਮੈਂਟ ਕਰਦੇ, ਜਿੱਦਾਂ ਸੈਮਸੰਗ ਬਹੁਤ ਕਲੇਮ ਕਰਦਾ ਵੀ ਉਹਨੇ ਇੱਕ ਨਵੀਂ ਚਿੱਪ ਦੇ ਵਿੱਚ ਇੰਬੈਡ ਕੀਤਾ ਵਾ ਸਿਸਟਮ, ਵੀ ਉਹ ਬਹੁਤ ਸੇਫ ਆ ਨਾ, ਰੋਕਸ ਕੀ ਪਤਾ ਨਹੀਂ ਉਹਨੂੰ ਕਹਿੰਦੇ ਆ ਇਹੋ ਜਿਹਾ ਕੁਛ ਉਹਦਾ ਨਾਮ ਹਨਾ। ਚਲੋ ਆਪਾਂ ਉੱਤੇ ਨਹੀਂ ਟੋਪਿਕ ਕਰਦੇ ਗੱਲ, ਪਰ ਇਹ ਆ ਵੀ ਉਹ ਵਲਨਰੇਬਲ ਓਬਵੀਅਸਲੀ ਜ਼ਿਆਦਾ ਹੈਗੇ ਨੇ, ਕਿਉਂਕਿ ਉਹ ਹੈਗਾ ਓਪਨ ਸੋਰਸ ਕੋਡਿੰਗ, ਜਿਹੜੀ ਵਟਸਐਪ ਉਹਦੇ ਆਪਣੀ ਐਂਡਰੋਇਡ ਦੀ ਕੋਈ ਵੀ ਐਪ, ਕੋਈ ਵੀ ਬੰਦਾ ਘਰੇ ਬਹਿ ਕੇ ਐਪ ਬਣਾ ਸਕਦਾ ਨਾ। ਤੁਸੀਂ ਕਿਤੋਂ ਵੀ ਮੰਨ ਲਓ ਗੂਗਲ ਕਲੇਮ ਕਰਦਾ ਕਿ ਉਹਦੇ ਜਿਹੜਾ ਐਪ ਸਟੋਰ ਆ ਗੂਗਲ ਪਲੇ ਸਟੋਰ ਜਿਹੜਾ, ਉਹ ਤੇ ਜਿਹੜੀਆਂ ਸਿਰਫ ਅਥੈਂਟੀਕੇਟਡ ਵਧੀਆ ਐਪਸ ਹੀ ਨੇ, ਜੇ ਉਹ ਕਲੇਮ ਕਰਦਾ ਬਾਈ ਚਾਂਸ ਨਾ। ਪਹਿਲੀ ਗੱਲ ਤਾਂ ਉਹ ਕਰਦਾ ਨਹੀਂ ਕਲੇਮ, ਮੰਨ ਲਓ ਕਲੇਮ ਕਰਦਾ ਵੀ ਇਹ ਅਸੀਂ ਵੈਰੀਫਾਈ ਕੀਤੀਆਂ ਇਹ ਸਹੀ ਐਪਸ ਨੇ, ਪਰ ਉਹ ਤੇ ਤੁਸੀਂ ਗੂਗਲ ਤੇ ਜਾਓ, ਆਪਣੇ ਗੂਗਲ ਕਰੋਮ ਦੇ ਵਿੱਚ ਜਾਓ, ਉੱਥੋਂ ਕੋਈ ਵੀ ਐਪ ਡਾਊਨਲੋਡ ਕਰ ਲਓ ਜਿਹੜੀ ਕਿ ਗੂਗਲ ਐਪ ਸਟੋਰ ਤੇ ਹੈ ਹੀ ਨਹੀਂ, ਤੇ ਉਹਦਾ ਥੋੜੀ ਉਹ ਗਰੰਟੀ ਕਰਦਾ ਹਨਾ। ਤੇ ਤੁਸੀਂ ਏਦਾਂ ਦੀ ਐਪਸ ਕਰਦੇ ਹੋ, ਫਿਰ ਮੁੜ ਕੇ ਉਹ ਪਰਮਿਸ਼ਨ ਮੰਗਦੀਆਂ ਨੇ, ਪਹਿਲਾਂ ਉਹ ਮੰਗਦੀਆਂ ਕਿ ਐਪ ਟਰੈਕਿੰਗ ਦੀ, ਮਤਲਬ ਇੱਕ ਐਪ ਦੂਜੀ ਐਪ ਨੂੰ ਟਰੈਕ ਕਰ ਸਕੇ, ਉਹ ਹੁੰਦੀ ਐਪ ਟਰੈਕਿੰਗ। ਮਤਲਬ ਤੁਸੀਂ ਐਪ ਕੀਤੀ ਕੋਈ ਪੰਜਾਬੀ ਗਾਣੇ ਡਾਊਨਲੋਡ ਕਰਨ ਦੀ ਹਨਾ, ਵੀ ਇਹ 'ਚ ਮੈਂ ਗਾਣੇ ਡਾਊਨਲੋਡ ਕਰਿਆ ਕਰੂੰ ਵਧੀਆ ਵਧੀਆ, ਤੇ ਉਹ ਗਾਹਾਂ ਐਪ ਨੇ ਮੰਗ ਲਿਆ ਐਪ ਟਰੈਕਿੰਗ ਦੀ ਪਰਮਿਸ਼ਨ, ਤੁਸੀਂ ਉਹਨੂੰ ਉਹ ਵੀ ਦੇ ਦੀ, ਉਹਨੇ ਕੈਮਰੇ ਦੀ ਪਰਮਿਸ਼ਨ, ਮਾਈਕਰੋਫੋਨ ਦੇ, ਹੁਣ ਤੁਸੀਂ ਸੁਣਨੇ ਗਾਣੇ ਪਰਮਿਸ਼ਨ ਉਹਨੂੰ ਤੁਸੀਂ ਸਾਰੀ ਦੇ ਦੇਣੀਆਂ ਹਨਾ। ਉਹ ਐਪ ਦਾ ਤਾਂ ਉਹਦੀ ਮਨਸ਼ਾ ਦਾ ਮਤਲਬ ਉੱਥੇ ਹੀ ਡਾਊਟ ਹੋ ਜਾਣਾ ਚਾਹੀਦਾ ਵੀ ਇਹਦੀ ਮਨਸ਼ਾ ਖਰਾਬ ਆ। ਹੁਣ ਉਹ ਐਪ ਤੁਹਾਡੀਆਂ ਤੁਸੀਂ ਗਏ ਉਦੋਂ ਬਾਅਦ HDFC ਬੈਂਕ ਦੀ, SBI ਬੈਂਕ ਦੀ ਐਪ ਤੇ ਤੁਸੀਂ ਉਹ ਯੂਜ਼ ਕਰਨ ਲੱਗੇ, ਉਹ ਐਪ ਟਰੈਕਿੰਗ ਪਿੱਛੋਂ ਕਰੀ ਜਾਂਦੀ ਆ, ਉਹ ਸਾਰਾ ਡੇਟਾ ਉਸ ਐਪ ਕੋਲ ਜਾਈ ਜਾਂਦਾ ਵਾ ਵੀ ਇਹ ਆਹ ਵਾਲਾ ਵਾਲੇ ਕੰਮ ਕਰ ਰਿਹਾ ਤੇ ਆਹ ਵਾਲੇ ਦੇ ਅਕਾਊਂਟਸ ਨੇ ਸਾਰਾ ਕੁਛ। ਤੇ ਉੱਥੇ ਆਈਫੋਨ ਥੋੜ੍ਹਾ ਕਿਤੇ ਨਾ ਕਿਤੇ ਸੇਫ ਆ, ਕਿਉਂਕਿ ਉਹਦੇ 'ਚ ਆਪਾਂ ਥਰਡ ਪਾਰਟੀ ਐਪਸ ਡਾਊਨਲੋਡ ਹੀ ਨਹੀਂ ਕਰ ਸਕਦੇ, ਸਿਰਫ ਐਪ ਸਟੋਰ ਤੋਂ ਹੀ ਡਾਊਨਲੋਡ ਹੋਣਗੀਆਂ ਨਾਲ। ਹਾਂਜੀ, ਪਰ ਇੱਕ ਭਾਜੀ ਜਿੱਦਾਂ ਹੁਣ ਆਪਾਂ ਪਬਲਿਕ ਨੈਟਵਰਕ ਦੀ ਗੱਲ ਕੀਤੀ, ਜਿੱਦਾਂ ਏਅਰਪੋਰਟ ਤੇ ਯੂਜ਼ ਕਰਦੇ ਆ, ਕੈਫਿਆਂ 'ਚ ਯੂਜ਼ ਕਰਦੇ ਆ, ਕੀ ਉਹ ਸੇਫ ਆ? ਨਹੀਂ, ਉਹ ਬਿਲਕੁਲ ਸੇਫ ਨਹੀਂ ਹੈਗਾ, ਕਿਉਂਕਿ ਹੁਣ ਜਿੱਦਾਂ ਆਈਫੋਨ ਦੇ ਵਿੱਚ, ਉੱਥੇ ਤਾਂ ਆਈਫੋਨ ਵੀ ਨਹੀਂ ਸੇਫ। ਮੰਨ ਲਓ ਤੁਸੀਂ ਆਈਫੋਨ ਦੇ ਵਿੱਚ ਐਪ ਚਲਾਉਂਦੇ ਹੋ ਇੰਸਟਾਗ੍ਰਾਮ ਹੈ ਨਾ, ਜਾਂ ਕੋਈ ਬੈਂਕ ਦੀ ਐਪ ਆ, ਸਕੋਸ਼ੀਆ ਬੈਂਕ, TD ਬੈਂਕ, ਕੋਈ ਵੀ ਐਪ ਤੁਸੀਂ ਯੂਜ਼ ਕਰਦੇ ਆ, ਤੁਹਾਡੇ ਫੋਨ ਦੀ ਗੈਲਰੀ 'ਚ ਫੋਟੋ ਹੀ ਬਹੁਤ ਪਈਆਂ ਨੇ ਹਨਾ, ਉਹ ਹੁਣ ਵਲਨਰੇਬਲ ਨੇ। ਤੁਸੀਂ ਓਪਨ ਸੋਰਸ ਨੈਟਵਰਕ ਯੂਜ਼ ਕਰ ਲਿਆ ਜਿਹੜਾ ਕਿ ਕਿਸੇ ਹੈਕਰ ਨੇ ਬਣਾਇਆ, ਮਤਲਬ ABCD ਵਾਈਫਾਈ ਆ, ਤੁਸੀਂ ਕਿਹਾ ਯਾਰ ਮੇਰਾ ਡੇਟਾ ਐਵੇਂ ਮੁੱਕੀ ਜਾਂਦਾ ਵਾ ਵੀ ਚਲੋ ਲੈਟਸ ਕਨੈਕਟ ਦਿਸ ਵਾਈਫਾਈ ਨੈਟਵਰਕ ਹਨਾ, ਤੁਸੀਂ ਵਾਈਫਾਈ ਨੈਟਵਰਕ ਕਨੈਕਟ ਕਰ ਲਿਆ, ਉਦੋਂ ਬਾਅਦ ਹੁਣ ਉਹ ਤੁਹਾਡਾ ਸਾਰੀਆਂ ਐਪਾਂ ਦਾ ਐਕਸੈਸ ਲੈ ਸਕਦਾ, ਉਹ ਸਾਰਾ ਡੇਟਾ ਉਹਨੇ ਤੁਹਾਡਾ ਫੈਚ ਕਰ ਲੈਣਾ ਉੱਥੋਂ ਵਾਈਫਾਈ ਨੇ। ਪਰ ਵੀ ਉਹ ਜਦੋਂ ਕਰ ਲੈਂਦੇ ਆ ਵੀ ਜਾਣੀ ਕਿ ਉਹ ਤੁਹਾਡੇ ਇੱਕ ਤਰ੍ਹਾਂ ਦਾ ਫੋਨ 'ਚ ਵੜ ਜਾਂਦੇ ਆ। ਹਾਂ, ਤੁਹਾਡੇ ਫੋਨ ਦੇ ਵਿੱਚ ਇੱਕ ਤਰ੍ਹਾਂ, ਜੇ ਤੁਸੀਂ ਮੰਨ ਲਓ ਉੱਥੇ ਆਪਣੀ ਜਦੋਂ ਮੰਨ ਲਓ ਤੁਸੀਂ ਡਾਟਾ ਆਪਣਾ ਵਾਈਫਾਈ ਕਨੈਕਟ ਕੀਤਾ ਆ, ਜੇ ਬੈਂਕ ਦੀ ਇਨਫੋਰਮੇਸ਼ਨ ਖੋਲ ਲਓ ਤਾਂ ਸਿੱਧੀ ਚੱਲ ਗਈ ਸਿੱਧੀ। ਹਾਂਜੀ, ਤੁਸੀਂ ਬੈਂਕ ਦੀ ਵੈਬਸਾਈਟ ਤੇ ਗਏ ਜਾਂ ਬੈਂਕ ਦੀ ਉਹ ਤੇ ਗਏ, ਤੁਸੀਂ ਐਪ ਤੇ ਗਏ ਜਾਂ ਵੈਬਸਾਈਟ ਤੇ ਗਏ, ਉਹਦੋਂ ਤੋਂ ਪਾਸਵਰਡ ਤੇ ਯੂਜ਼ਰ ਨੇ ਮੰਗੂਗੀ, ਉਹ ਪਾਸਵਰਡ ਤੇ ਯੂਜ਼ਰ ਨੇਮ ਤਾਂ ਗਿਆ ਨਾ ਵਾਇਰਲੈਸਲੀ ਉਹਦੇ ਰਾਊਟਰ ਤੇ,
ਪਹਿਲਾਂ ਜਿਹੜਾ ਉਹ ਉਸ ਏਰੀਏ ਦੇ ਵਿੱਚ ਉਹਦਾ ਰਾਊਟਰ ਪਿਆ ਉਹਦੇ ਤੇ ਗਿਆ, ਉਸ ਰਾਊਟਰ ਤੋਂ ਅੱਗੇ ਉਹ ਸਰਵਰ ਤੇ ਗਿਆ ਨਾ, ਸਿੱਧੀ ਉਸ ਤੋਂ ਚੱਲਿਆ। ਹਾਂ ਇਹ ਪਹਿਲਾਂ, ਇਹ ਹੁਣ ਥੋੜ੍ਹਾ ਜਿਹਾ ਮੈਨੂੰ ਨੀ ਸੁਣ ਚ ਆਇਆ, ਪਹਿਲਾਂ ਇਹ ਬਹੁਤ ਚੱਲਿਆ ਸੀਗਾ ਅੱਜ ਤੋਂ 4-5 ਸਾਲ ਪਹਿਲਾਂ ਨਾ। ਅੱਛਾ ਜੀ। ਲੋਕਾਂ ਦੇ ਫੇਸਬੁੱਕ ਅਕਾਊਂਟਸ, ਇੰਸਟਾਗ੍ਰਾਮ ਅਕਾਊਂਟਸ ਬਹੁਤ ਹੈਕ ਹੁੰਦੇ ਸੀਗੇ, ਕਿਉਂਕਿ ਉਹ ਟੂ ਵੇ ਅਥੈਂਟੀਕੇਸ਼ਨ ਨਹੀਂ ਸੀ ਮੰਗਦੇ ਹੁੰਦੇ। ਅੱਜ ਕੱਲ੍ਹ ਕੀ ਚੱਲਦੇ ਪਿਆ, ਜਿਹੜੀ ਜ਼ਿਆਦਾ ਸਿਕਿਓਰ ਵੈਬਸਾਈਟ ਆ ਉਹ ਟੂ ਵੇ ਅਥੈਂਟੀਕੇਸ਼ਨ ਮੰਗਦੀਆਂ ਨੇ। ਮੰਨ ਲਓ ਤੁਸੀਂ ਯੂਜ਼ਰ ਨੇਮ ਪਾਸਵਰਡ ਪਾਤਾ, ਉਦੋਂ ਬਾਅਦ ਉਹਨੇ ਕਹਿਣਾ ਤੁਹਾਡੇ ਫੋਨ 'ਤੇ ਮੈਸੇਜ ਭੇਜਾਂਗੇ, ਓ ਟੀ ਪੀ ਭੇਜਾਂਗੇ, ਜਾਂ ਤੁਹਾਨੂੰ ਕਾਲ ਕਰਾਂਗੇ, ਜਾਂ ਤੁਹਾਡੀ ਈਮੇਲ 'ਤੇ ਕੋਡ ਭੇਜਾਂਗੇ, ਉਹ ਕੋਡ ਪਾਓ ਫਿਰ ਤੁਸੀਂ ਲੌਗਇਨ ਹੋ ਸਕਦੇ ਹੋ। ਉਹ ਫਿਰ ਹੋ ਜਾਂਦਾ ਵੀ ਜੇ ਮੰਨ ਲਓ ਹੈਕਰ ਕੋਲ ਤੁਹਾਡਾ ਯੂਜ਼ਰ ਨੇਮ ਪਾਸਵਰਡ ਚਲੇ ਵੀ ਗਿਆ, ਕੋਡ ਤਾਂ ਤੁਹਾਡੇ ਫੋਨ 'ਤੇ ਆਉਣਾ, ਫਿਰ ਉਹਨੂੰ ਤੁਹਾਡੇ ਫੋਨ ਦਾ ਕੋਡ ਵੀ ਚਾਹੀਦਾ ਹੋਣਾ, ਫਿਰ ਉਹ ਜੇ ਉਹ ਪ੍ਰੋਫੈਸ਼ਨਲ ਬੜੇ ਵੱਡੇ ਲੈਵਲ ਦਾ ਹੈਕਰ ਆ, ਫਿਰ ਉਹਨੇ ਉਦੋਂ ਹੀ ਤੁਹਾਡੇ ਫੋਨ ਦੇ ਵਿੱਚ ਕੋਈ ਮਾਲਵੇਅਰ ਪਾ ਦੇਣਾ, ਜੇ ਤੁਸੀਂ ਉਹਦਾ ਨੈਟਵਰਕ ਐਕਸੈਸ ਕੀਤਾ ਨਾ, ਜੇ ਤੁਸੀਂ ਉਹਦਾ ਨੈਟਵਰਕ ਐਕਸੈਸ ਕੀਤਾ ਉਦੋਂ ਹੀ ਤੁਹਾਡੇ ਫੋਨ ਦੇ ਵਿੱਚ ਮਾਲਵੇਅਰ ਵੀ ਆ ਜਾਣਾ, ਜਿਹੜਾ ਕਿ ਉਹਨੂੰ ਜਦੋਂ ਤੁਸੀਂ ਘਰੇ ਚਲੇ ਗਏ, ਉਹ ਜਦੋਂ ਆਪਦੀ ਪੇਮੈਂਟ ਕਰਨ ਦੀ ਕੋਸ਼ਿਸ਼ ਕਰੂਗਾ, ਉਸ ਤੁਹਾਡਾ ਪੈਸਾ ਕਢਾਉਣ ਦੀ ਕੋਸ਼ਿਸ਼ ਕਰੂ, ਫਿਰ ਤੁਹਾਡੇ ਫੋਨ ਦੇ ਉੱਤੇ ਕੋਡ ਆਊਗਾ, ਕਿਉਂਕਿ ਤੁਸੀਂ ਟੂ ਵੇ ਅਥੈਂਟੀਕੇਸ਼ਨ ਲਈ ਆ। ਫਸਟ ਪਹਿਲਾ ਵੇ ਤਾਂ ਹੋ ਗਿਆ ਵੀ ਪਹਿਲਾ ਲੈਵਲ ਤਾਂ ਹੋ ਗਿਆ ਵੀ ਯੂਜ਼ਰ ਨੇ ਪਾਸਵਰਡ ਪਾਤਾ, ਪਹਿਲਾ ਲੈਵਲ ਕਰੈਕ ਹੋ ਗਿਆ, ਪਾਸਵਰਡ ਉਹਦਾ ਉੱਥੋਂ ਹੀ ਉਦੋਂ ਹੀ ਚਲ ਗਿਆ ਸੀ ਜਦੋਂ ਤੁਸੀਂ ਐਕਸੈਸ ਕੀਤੀ ਸੀ ਵੈਬਸਾਈਟ। ਦੂਜਾ ਲੈਵਲ ਹੁਣ ਹੈਗਾ ਤੁਹਾਡੇ ਫੋਨ ਦੇ ਉੱਤੇ ਓ ਟੀ ਪੀ ਆਊਗਾ, ਪਰ ਉਹਨੇ ਉਦੋਂ ਹੀ ਤੁਹਾਡੇ ਫੋਨ ਦੇ ਵਿੱਚ ਆ ਕੇ ਮਾਲਵੇਅਰ ਫਿੱਟ ਕਰਤਾ ਸੀਗਾ, ਹੁਣ ਤੁਸੀਂ ਘਰੇ ਆ ਗਏ ਆ ਤੇ ਉਹ ਮਾਲਵੇਅਰ ਨੇ ਉਹਨੂੰ ਦੱਸ ਦੇਣਾ ਓ ਟੀ ਪੀ ਆ ਗਿਆ ਸਰ, ਚੱਕ ਲਓ। ਚਲੋ ਇਹ ਤਾਂ ਹੋ ਗਿਆ ਆਪਾਂ ਵਾਇਰਲੈਸ, ਹੈ ਨਾ, ਜਿਹੜਾ ਆਪਾਂ ਚਾਰਜ ਲਾਉਂਦੇ ਹਾਂ ਜਾ ਕੇ ਉਹ। ਹਾਂ ਉਹਦੇ 'ਚ ਵੀ ਹੈਗਾ, ਉਹ ਹੈਗਾ ਫਿਰ ਜਿਵੇਂ ਜੇ ਉਹ ਜਗ੍ਹਾ ਜਿਹੜੀ ਆ ਉਹ ਜਗ੍ਹਾ ਦੇ ਵਿੱਚ ਹੀ ਕੋਈ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਆ, ਮੰਨ ਲਓ ਤੁਸੀਂ ਕਿਸੇ ਸ਼ੋਪ 'ਤੇ ਗਏ, ਹੈ ਨਾ, ਏ ਬੀ ਸੀ ਡੀ ਸ਼ੋਪ ਆ ਕੋਈ ਕੱਪੜੇ ਦੀ ਜਾਂ ਕੁਛ ਵੀ, ਤੁਸੀਂ ਉੱਥੇ ਜਾ ਕੇ ਆ ਵੀ ਮੈਂ ਪਲੱਗ ਕਰਨਾ ਚਾਰਜ, ਜਾਂ ਏਅਰਪੋਰਟ 'ਤੇ ਗਏ ਨਾ, ਉਹਨਾਂ ਨੇ ਪਹਿਲਾਂ ਹੀ ਵਾਇਰਿੰਗ ਕੀਤੀ ਹੋਈ ਆ ਉਹ ਪਿੱਛੇ ਵਾਲ ਦੇ ਵਿੱਚ ਹੀ ਨਾ, ਕਿਤੋਂ ਉਹ ਜਿਹੜਾ ਚਾਰਜਰ ਨਹੀਂ ਹੈਗਾ ਸਿੰਪਲ, ਉਹ ਹੈਗੀ ਆ ਡੇਟਾ ਕੇਬਲ। ਅੱਛਾ ਜੀ। ਜਿਹੜਾ ਚਾਰਜਰ ਹੁੰਦਾ ਉਹ ਵਨ ਵੇ ਕਮਿਊਨੀਕੇਸ਼ਨ ਲਈ ਹੁੰਦਾ, ਚਾਰਜਰ ਨੇ ਉੱਧਰੋਂ ਇਲੈਕਟ੍ਰੀਸਿਟੀ ਲਈ ਵਾਲ ਤੋਂ ਜਾਂ ਗ੍ਰਿਡ ਤੋਂ, ਅਤੇ ਉਹ ਇਲੈਕਟ੍ਰੀਸਿਟੀ ਫੋਨ 'ਚ ਪਾਸ ਔਨ ਕਰਤੀ, ਉਹ 'ਚ ਤਾਂ ਹੈ ਨਹੀਂ ਕੋਈ ਪ੍ਰੋਬਲਮ, ਸਿੰਪਲ ਇਲੈਕਟ੍ਰੀਸਿਟੀ ਪਾਸ ਔਨ ਹੋ ਗਈ, ਵਨ ਵੇ ਆ, ਉੱਧਰੋਂ ਫੋਨ ਵੱਲੋਂ ਕੁਛ ਨਹੀਂ ਜਾਊਗਾ। ਹੁਣ ਉੱਥੇ ਆ ਜਾਂਦਾ ਟੂ ਵੇ, ਉਹ ਜਿਹੜਾ ਤੁਸੀਂ ਉੱਥੇ ਅਨ ਆਥੋਰਾਈਜ਼ਡ ਕਿਤੇ ਲਾ ਲਿਆ ਵਾਲ ਦੇ ਵਿੱਚ, ਕਿਤੇ ਚਾਰਜਰ ਨਹੀਂ ਲਾਇਆ, ਉਹ ਕੇਬਲ ਹੀ ਪ੍ਰੋਵਾਈਡਿਡ ਆ। ਜੇ ਤਾਂ ਤੁਸੀਂ ਲਾਇਆ ਵਾਲ ਦੇ ਵਿੱਚ ਚਾਰਜਰ 2-pin, ਫਿਰ ਨਹੀਂ ਕੋਈ ਪ੍ਰੋਬਲਮ। ਜੇ ਤੁਸੀਂ ਉਹਨਾਂ ਦੀ ਉਹੀ ਕੇਬਲ ਲਮਕਦੀ ਆ ਚਾਰਜਿੰਗ ਲਈ, ਉਹ ਕੇਬਲ ਲਾ ਲਈ, ਅਤੇ ਤੁਸੀਂ ਕਹਿੰਦੇ ਆ ਵੀ ਨਾ ਉਹ, ਫਿਰ ਜੇ ਤਾਂ ਆਈਫੋਨ ਆ, ਆਈਫੋਨ ਦੇ ਵਿੱਚ ਤਾਂ ਆਪਸ਼ਨ ਹੈਗੀ ਆ, ਜੇ ਉਹ ਟੂ ਵੇ ਕਮਿਊਨੀਕੇਸ਼ਨ ਮੰਗਦਾ ਉੱਧਰੋਂ ਉਹਨਾਂ ਦੀ ਡਿਵਾਈਸ ਆ ਜਿਹੜੀ ਵੀ, ਫਿਰ ਆਈਫੋਨ ਤੁਹਾਨੂੰ ਇੱਕ ਕੁਐਸਚਨ ਭੇਜਦਾ ਉੱਪਰ ਨਾ, ਪੋਪ ਅਪ ਹੋ ਜਾਂਦਾ ਬਈ ਡੂ ਯੂ ਵਾਂਟ ਟੂ ਟਰੱਸਟ ਦਿਸ ਡਿਵਾਈਸ, ਉੱਥੇ ਇੱਕ ਆਪਸ਼ਨ ਹੁੰਦੀ ਆ ਟਰੱਸਟ ਦੀ, ਇੱਕ ਹੁੰਦੀ ਆ ਡੋਂਟ, ਹੈ ਨਾ, ਵੀ ਨੋ ਡਿਕਲਾਈਨ, ਅਤੇ ਜੇ ਤਾਂ ਤੁਸੀਂ ਕਰਤਾ ਟਰੱਸਟ, ਫਿਰ ਤਾਂ ਤੁਸੀਂ ਸਮਝ ਲਓ ਗਏ ਹੁਣ, ਹੁਣ ਉਹਨੇ ਸਾਰਾ ਤੁਹਾਡਾ ਡੇਟਾ ਕੱਢ ਲੈਣਾ, ਜਿੰਨਾ ਵੀ ਤੁਹਾਡੇ ਫੋਨ 'ਚ 200-300 GB ਡੇਟਾ ਹੈਗਾ ਵਾ, ਹੈ ਨਾ, ਹੁਣ ਅੱਜ ਕੱਲ੍ਹ ਇੰਨੇ ਮੈਮਰੀ ਵਾਲੇ ਫੋਨ ਆਉਂਦੇ ਆ, ਉਹ ਸਾਰਾ ਗਿਆ, ਅਤੇ ਜੇ ਤੁਸੀਂ ਕਰਤਾ ਡਿਕਲਾਈਨ, ਫਿਰ ਉਹ ਟੂ ਵੇ ਨਹੀਂ ਕਮਿਊਨੀਕੇਸ਼ਨ ਕਰੂਗਾ, ਫਿਰ ਉਹ ਸਿਰਫ ਚਾਰਜਿੰਗ ਲਊਗਾ, ਫਿਰ ਉਹ ਦੂਜੇ ਪਾਸੇ ਹਿੰਦੂ। ਸੇਮ ਜਿੱਦਾਂ ਆਪਾਂ ਲੈਪਟਾਪ ਨਾਲ ਆਪਣਾ ਫੋਨ ਕਨੈਕਟ ਕਰੀਦਾ, ਉਹ ਮੰਗਦੇ ਆ ਨਾ। ਫਿਰ ਐਸ ਇਨ ਗੂਗਲ, ਮੈਨੂੰ ਲੱਗਦਾ ਵੀ ਗੂਗਲ ਦੇ ਵਿੱਚ ਇੰਨੀ ਕੋਈ ਖਾਸ ਤਕੜੀ ਸਿਕਿਉਰਿਟੀ ਮੈਨੂੰ ਨਹੀਂ ਲੱਗਦਾ ਵੀ ਹੋਊਗੀ, ਜੇ ਹੋਊਗੀ ਵੀ ਤਾਂ ਉਹਨੂੰ ਬ੍ਰੇਕ ਕਰਨਾ ਬਹੁਤ ਔਖਾ, ਕਿਉਂਕਿ ਉਹਦੀ ਕਰਨਲ ਜਿਹੜੀ ਹੁੰਦੀ ਆ ਉਹ ਜਿੱਦਾਂ ਬੜੀ ਵਲਨਰੇਬਲ ਡਿਵਾਈਸਾਂ ਨੇ ਉਹ, ਕਿਉਂਕਿ ਓਪਨ ਸੋਰਸ ਆ ਉਹ, ਉਹਦਾ ਕੁਛ ਵੀ ਕੋਈ ਬਾਲੀ ਵਾਰਸ ਉਹਦਾ ਹੈ ਨਹੀਂ ਸਿੰਪਲ ਗੱਲ ਦੇ ਵਿੱਚ, ਉਹਦੇ ਮਾਲਵੇਅਰ ਵੀ ਈਜ਼ੀਲੀ, ਜਿਹੜਾ ਮਾਲਵੇਅਰ ਗੂਗਲ ਦਾ $1,00,000 ਦਾ ਮਾਰਕੀਟ ਦੇ ਵਿੱਚ ਵਿਕਦਾ ਹੋਊਗਾ US ਡਾਲਰ ਦਾ, ਉਹ ਜੇ ਆਈਫੋਨ ਦਾ ਲੈਣਾ ਤਾਂ ਉਹ $1,000,000 ਦੇ ਵਿੱਚ ਆ। ਅੱਛਾ। ਹਾਂ, ਉਹ $1,000,000 ਦੇ ਵਿੱਚ ਮਾਲਵੇਅਰ ਨੇ ਉਹਦੇ, ਜੇ ਵਿਕਦੇ ਥੋੜ੍ਹਾ ਫਿਰ ਵੀ ਵਿਕਦੇ, ਹੁਣ ਕੋਈ ਐਡਾ ਹੈਕਰ ਤਾਂ ਹੋਊਗਾ ਨਹੀਂ ਵੀ ਏਅਰਪੋਰਟ ਦੇ ਕਿਤੇ ਉਹ $10-20 million ਦਾ ਪ੍ਰੋਜੈਕਟ ਲਾਈ ਬੈਠਾ ਐਡਾ, ਤੁਸੀਂ ਫਿਰ ਵੀ ਸੇਫ ਹੋ ਜਾਂਦੇ ਹੋ, ਉਹ $1,00,000 ਲਾਊਗਾ, ਉਹ ਕਹੂਗਾ ਯਾਰ ਚੱਲ ਠੀਕ ਆ ਆਈਫੋਨ ਵਾਲੇ ਬਚਦੇ ਆ, ਬਚ ਲੈਣ ਦੋ, ਗੂਗਲ ਵਾਲੇ ਤਾਂ ਪੱਟਾਂਗੇ, ਗੂਗਲ ਵਾਲਿਆਂ ਤੋਂ ਲੈ ਲਾਂਗੇ ਪੈਸੇ। ਹਾਂ, ਮੈਂ ਪਬਲਿਕ ਨੈਟਵਰਕ 'ਤੇ ਵਾਪਸ ਆਉਣਾ ਨਾ, ਇੱਕ ਗੱਲ ਮੈਂ ਕਿਹਾ ਕਲੀਅਰ ਕਰ ਦਈਏ, ਜਿਹੜਾ ਹਰੇਕ ਕੋਈ ਪਬਲਿਕ ਨੈਟਵਰਕ ਮਾੜਾ ਨਹੀਂ ਹੁੰਦਾ, ਜੇ ਕਿਸੇ ਦੀ ਮਨਸ਼ਾ ਠੀਕ ਆ, ਨੈਟਵਰਕ ਸੇਫ ਆ, ਹੋ ਸਕਦਾ ਕਿ ਉਹਨਾਂ ਦਾ ਸਰਵਰ ਹੀ ਪਿੱਛੋਂ ਕਿਸੇ ਨੇ ਹੈਕ ਕਰ ਲਿਆ ਹੋਵੇ, ਬਿਲਕੁਲ ਪੋਸੀਬਲ, ਇਹ ਜ਼ਰੂਰੀ ਨਹੀਂ ਹੈਗਾ ਆਪਾਂ ਐਵੇਂ ਕਿਸੇ ਨੂੰ ਇੱਦਾਂ ਕੋਈ ਕਹਿ ਦੇਵੇ ਸਾਡਾ ਸਕੇਅਰ ਆ, ਹੈ ਨਾ, ਈਵਨ ਇਹਦਾ ਆਪਣੇ ਘਰ ਦਾ ਸਰਵਰ ਵੀ ਕੋਈ ਜਿਹੜਾ ਰਾਊਟਰ ਆ ਉਹ ਵੀ ਹੈਕ ਕਰ ਸਕਦਾ ਆ। ਇਹ ਮੈਂ ਤੁਹਾਨੂੰ ਇੱਥੇ ਬਹੁਤ ਹੀ ਸਿੰਪਲ ਜੀ ਗੱਲ ਦੱਸਦਾ, ਜਿਹੜਾ ਘਰ ਦਾ ਨੈਟਵਰਕ ਆ ਉਹ ਬ੍ਰੇਕ ਇਨ ਕਰਨਾ ਕਿੰਨਾ ਈਜ਼ੀ ਆ, ਉਹ ਤਾਂ ਬਹੁਤ ਈਜ਼ੀ ਆ, ਉਹਨੂੰ ਕਹਿੰਦੇ ਆ ਬਰੂਟ ਫੋਰਸ ਅਟੈਕ। ਹਾਂ, ਉਹ ਹੈਗਾ ਬਰੂਟ ਫੋਰਸ ਅਟੈਕ। ਬਰੂਟ ਫੋਰਸ ਅਟੈਕ ਕੀ ਹੁੰਦਾ, ਮੰਨ ਲਓ ਜਦੋਂ ਆਪਾਂ ਕਿਸੇ ਵੈਬਸਾਈਟ 'ਤੇ ਜਾਂਦੇ ਹਾਂ, ਆਪਾਂ ਪਾਉਂਦੇ ਹਾਂ ਯੂਜ਼ਰ ਨੇਮ ਪਾਸਵਰਡ ਪਾਤਾ, ਸਮ ਟਾਈਮਸ ਉਹ ਕੀ ਕਹਿੰਦਾ ਆਪਾਂ ਨੂੰ ਕੈਪਚਾ ਦੇ ਦਿੰਦਾ, ਇੱਕ ਉੱਠੇ ਸਿੱਧੇ ਜਿਹੇ ਅੱਖਰ ਹੁੰਦੇ ਆ, ਉਹ ਆਪਾਂ ਅੱਖਰ ਪਾਉਣੇ ਹੁੰਦੇ ਆ, ਹੈ ਨਾ, ਉਹ ਤੋਂ ਇਹ ਸੋਰੀ ਉਹ ਤੋਂ ਇਹ ਪਤਾ ਲੱਗਦਾ ਵੀ ਇਹ ਜਿਹੜਾ ਯੂਜ਼ਰ ਆ ਇਹ ਹਿਊਮਨ ਆ, ਹਿਊਮਨ ਦੀ ਇੱਕ ਲਿਮਿਟ ਹੁੰਦੀ ਆ। ਤੁਸੀਂ ਮੰਨ
ਬਈ ਤੁਸੀਂ ਛੱਡ ਦੇਣਾ ਤੇ ਉਹ ਤੇ ਬਰੂਟ ਫੋਰਸ ਨਹੀਂ ਅਟੈਕ ਹੋ ਸਕਦਾ ਉਹਦੇ ਤੇ ਵੀ ਅੱਗੇ ਫਿਰ ਇੱਕ ਹੈਗਾ ਮਤਲਬ ਇੱਕ ਹੁੰਦਾ ਸਨੈਰੀਓ ਉਹ ਤੇ ਵੀ ਹੋ ਸਕਦਾ ਹੁੰਦਾ ਵਾ ਪਰ ਉਹ ਫਿਰ ਵੱਡੇ ਲੈਵਲ ਦੀ ਗੇਮ ਹੋ ਜਾਂਦੀ ਆ ਫਿਰ ਉਹ ਤੇ ਬਰੂਟ ਫੋਰਸ ਜਿਹੜਾ ਆਪਾਂ ਘਰ ਦਾ ਵਾਈ ਫਾਈ ਮੋਡਮ ਹੁੰਦਾ ਆਪਣਾ ਜਿਹੜਾ ਆਪਾਂ ਰਾਊਟਰ ਕਹਿ ਦਿੰਦੇ ਹਾਂ ਮੋਡਮ ਕਹਿ ਦਿੰਦੇ ਹਾਂ ਉਹਦੇ ਉਹਦਾ ਇੱਕ ਯੂਜ਼ਰ ਨੇਮ ਪਾਸਵਰਡ ਹੁੰਦਾ ਨਾ ਜਿੱਦਾਂ ਮੰਨ ਲਓ ਇੰਡੀਆ 'ਚ ਆਪਾਂ ਟੀ ਪੀ ਲਿੰਕ ਦੇ ਯੂਜ਼ ਕਰਦੇ ਹੁੰਦੇ ਹਾਂ ਜਾਂ ਨੈੱਟ ਕਿਹੜਾ ਹੁੰਦਾ ਉਹ ਮੋਡਮ ਦੀਆਂ ਸੈਟਿੰਗਸ ਲਾਓ ਕਰ ਦਿੰਦੇ ਹਾਂ ਵੀ ਆਹ ਯੂਜ਼ਰ ਨਾ ਲਾਓ ਹੋਵੇ ਇਹ ਵਾਈ ਫਾਈ ਮੇਰਾ ਨਾ ਕਨੈਕਟ ਕਰ ਸਕੇ ਇਹ ਕਰ ਸਕੇ ਉਹ ਚ ਆਪਾਂ ਨੂੰ ਉਹਦਾ ਸਾਰਾ ਪਾਸਵਰਡ ਵੀ ਪਤਾ ਲੱਗ ਜਾਂਦਾ ਵੀ ਆਪਣੇ ਵਾਈ ਫਾਈ ਦਾ ਪਾਸਵਰਡ ਕੀ ਆ ਤੇ ਉਹ ਉੱਥੇ ਜਾ ਕੇ ਉਹ ਸਾਰੇ ਉਹ ਨਾ ਬਰੂਟ ਫੋਰਸ ਅਟੈਕ ਕਰਨਗੇ ਮਤਲਬ ਮਿਲੀਅਨਸ ਆਫ ਉਹ ਕੰਬੀਨੇਸ਼ਨਸ ਪਾਉਣਗੇ ਉੱਤੇ ਮੰਨ ਲਓ ਨਾ ਉਹਤੇ ਜਾਣ ਦੀ ਵੀ ਨਹੀਂ ਲੋੜ ਤੁਹਾਡਾ ਵਾਈ ਫਾਈ ਦਾ ਹੀ ਹੋ ਗਿਆ ਮੰਨ ਲਓ ਨਾ ਏ ਬੀ ਸੀ ਡੀ ਵਾਈ ਫਾਈ ਦਾ ਨੇਮ ਆ ਉਹਦਾ ਪਾਸਵਰਡ ਤੁਹਾਨੂੰ ਲੱਗਦਾ ਬਹੁਤ ਸੀਕ੍ਰੇਟ ਆ ਉਹਨੇ ਕਰਨਾ ਬਰੂਟ ਫੋਰਸ ਅਟੈਕ ਲਾ ਦੇਣਾ ਈਦਰ ਥਰੂ ਕੰਪਿਊਟਰ ਔਰ ਚਿਪ ਸਮਥਿੰਗ ਵਿੱਚ ਹਨਾ ਫੋਨ ਤੋਂ ਵੀ ਲੱਗ ਜਾਂਦਾ ਉਹ ਲੈਪਟੋਪ ਦੇ ਵਿੱਚ ਆਪਾਂ ਵਿੰਡੋਜ਼ ਯੂਜ਼ ਕਰਦੇ ਹਾਂ ਨਾ ਵਿੰਡੋਜ਼ ਇਹੋ ਜਿਹੇ ਕੰਮ ਨੂੰ ਥੋੜ੍ਹਾ ਘੱਟ ਡਿਸਕਰੇਜ ਕਰਦਾ ਜਾਣੀ ਇੱਕ ਹੁੰਦਾ ਕੈਲੀਲਿਊਨਿਕਸ ਕੈਲੀਲਿਊਨਿਕਸ ਇੱਕ ਉਹ ਓਪਰੇਟਿੰਗ ਸਿਸਟਮ ਆ ਉਹ ਯੂਜ਼ ਹੀ ਇਹਨਾਂ ਕੰਮਾਂ ਲਈ ਹੁੰਦਾ ਵਾ ਹਨਾ ਤੇ ਕੈਲੀਲਿਊਨਿਕਸ ਕਿਸੇ ਨੇ ਬਰੂਟ ਫੋਰਸ ਵਾਲਾ ਅਟੈਕ ਵਾਲਾ ਪਾਇਆ ਉਹਨੇ ਦੇਖ ਲਿਆ ਵੀ 10 ਵਾਈ ਫਾਈ ਸ਼ੋਅ ਹੋ ਰਹੇ ਨੇ ਇੱਕ ਵਾਈ ਫਾਈ ਉਹਨੇ ਪਿੱਕ ਕਰ ਲਿਆ ਜਿਹੜਾ ਉਹਨੇ ਅਟੈਕ ਕਰਨਾ ਉਹਨੇ ਉੱਥੇ ਬਰੂਟ ਫੋਰਸ ਅਟੈਕ ਲਾ ਕੇ ਧਰਤਾ ਹੁਣ ਉਹ ਕੈਪਚਾ ਤਾਂ ਕੋਈ ਮੰਗਦਾ ਨਹੀਂ ਉਹਦੀ ਮਸ਼ੀਨ ਨਹੀਂ ਉਹਦੇ ਕੰਪਿਊਟਰ ਨਹੀਂ ਉਹ ਤੇ ਮਿਲੀਅਨਸ ਆਫ ਕੰਬੀਨੇਸ਼ਨ ਲਾਉਣੇ ਆ ਪਾਸਵਰਡ ਦੇ ਇੱਕ ਜਾ ਕੇ ਸਕਸੈਸਫੁਲ ਹੋ ਜਾਣਾ ਵਾ ਉਹਦੇ ਕੋਲ ਤੁਹਾਡਾ ਪਾਸਵਰਡ ਆ ਗਿਆ ਹੁਣ ਉਹਨੇ ਤੁਹਾਡੇ ਡੇਟਾ ਦੇ ਤੁਹਾਡੇ ਨੈਟਵਰਕ ਦੇ ਵਿੱਚ ਐਂਟਰ ਹੋ ਗਿਆ ਉਹ ਆਪਦੀ ਡਿਵਾਈਸ ਥਰੂ ਉਹਨੇ ਐਂਟਰ ਕਰ ਲਿਆ ਹੁਣ ਉਦੋਂ ਬਾਅਦ ਉਹ ਤੁਹਾਡੇ ਨੈਟਵਰਕ ਦੇ ਵਿੱਚ ਹੀ ਆ ਗਿਆ ਤੁਹਾਡਾ ਫੈਮਿਲੀ ਮੈਂਬਰ ਹੀ ਹੋ ਗਿਆ ਇੱਕ ਤਰ੍ਹਾਂ ਨਾਲ ਹੁਣ ਉਹ ਤੁਹਾਡਾ ਨੈਟਵਰਕ ਐਕਸੈਸ ਕਰ ਸਕਦਾ ਵੀ ਇਹ ਤੋਂ ਕੀ ਜਾ ਰਿਹਾ ਕੀ ਆ ਰਿਹਾ ਕਿੰਨੀਆਂ ਇਨਫੋਰਮੇਸ਼ਨ ਇੱਧਰ ਉੱਧਰ ਹੋ ਰਹੀਆਂ ਨੇ ਇਹ ਕੁਛ ਵੀ ਸੇਫ ਹੈ ਨਹੀਂ ਉਹੀ ਯਾਰ ਇਹ ਆਪਾਂ ਨੂੰ ਵੈਬਸਾਈਟ ਤੇ ਮਿਲ ਜਾਂਦੀ ਐਮਾਜ਼ਾਨ ਤੋਂ $35 ਦਾ ਆਉਂਦਾ ਉਹ ਬਾਈ ਉਹ ਜੇ ਕਿਸੇ ਹੈਕ ਕਰਨਾ ਹੋਵੇ ਚਲੋ ਹੁਣ ਆਪਾਂ ਕਿਸੇ ਨੂੰ ਦੱਸਦੇ ਨਹੀਂ ਵੀ ਕਰੋ ਹਨਾ ਜਾਨੀ ਕਿ ਜੇ ਕਰਨਾ ਹੋਵੇ ਆਪਣੇ ਕੋਲ ਟੂਲ ਹਰੇਕ ਤਰ੍ਹਾਂ ਦੇ ਅਵੇਲੇਬਲ ਆ ਜਾਨੀ ਕਿ ਤੁਸੀਂ ਉਹਨੂੰ ਯੂਜ਼ ਕਿਵੇਂ ਕਰਨਾ ਆ ਉੱਤੇ ਡਿਪੈਂਡ ਕਰਦਾ ਜਾਨੀ ਕਿ $35 ਦੀ ਡਿਵਾਈਸ ਨਾਲ ਤੁਸੀਂ ਜਾਨੀ ਕਿ ਜੇ ਕੋਈ ਚੀਜ਼ ਬਣਦੀ ਆ ਮਤਲਬ ਕਾਰ ਬਣਦੀ ਆ ਉਹਦੇ ਪਾਰਟ ਵੀ ਬਣਦੇ ਗਾ ਉਹਨੂੰ ਠੀਕ ਕਰਨ ਦੇ ਵੀ ਉਹਨੂੰ ਪੁੱਠੇ ਸਿੱਧੇ ਕੁਛ ਕਰਨ ਦੇ ਵੀ ਕੋਈ ਵੀ ਉਹ ਇਦਾਂ ਦੇ ਪਾਰਟ ਬਣਦੇ ਆ ਮੈਂ ਤੁਹਾਨੂੰ ਦੱਸਦਾ ਮੈਂ ਬੀਟੈਕ ਕੀਤੀ ਸੀਗੀ ਕੰਪਿਊਟਰ ਸਾਇੰਸ ਦੀ ਹੈ ਨਾ ਮੈਨੂੰ ਚੱਲ ਇੰਨਾ ਸ਼ੌਂਕ ਨਹੀਂ ਸੀਗਾ ਨੈਟਵਰਕ ਕਰੈਕ ਕਰਨ ਦੇ ਵਿੱਚ ਜਾਂ ਕੁਛ ਵੀ ਸਾਡੇ ਨਾਲ ਨਾ ਇੱਕ ਮੁੰਡਾ ਹੁੰਦਾ ਸੀਗਾ ਉਹ ਸੀਗਾ ਯਾਰ ਕਿਤੇ ਸਾਊਥ ਪਾਰਟ ਦਾ ਹੀ ਸੀਗਾ ਨਾ ਮਤਲਬ ਲੁਧਿਆਣੇ ਆਇਆ ਸੀਗਾ ਉਹ ਡਿਗਰੀ ਕਰਨ ਉਹਦੇ ਕੋਲ ਨਾ ਇੱਕ ਲੈਪਟੋਪ ਦੇਸੀ ਜਿਹਾ ਮਤਲਬ ਉਹ ਕਹਿੰਦਾ ਟੁੱਟਿਆ ਜਿਹਾ ਲੈਪਟੋਪ ਰੱਖਿਆ ਹੋਇਆ ਸੀ ਇਸੇ ਕੰਮ ਲਈ ਉਹ 'ਚ ਉਹਨੇ ਵਿੰਡੋਜ਼ ਨਹੀਂ ਸੀ ਪਾਇਆ ਹੋਇਆ ਮੈਕ ਤਾਂ ਉਦੋਂ ਹੁੰਦਾ ਹੀ ਨਹੀਂ ਸੀ ਉਹਨੇ ਪਾਇਆ ਸੀ ਕੈਲੀਲਿਊਨਿਕਸ ਨਾ ਜੋ ਵੀ ਸੀਗਾ ਤੇ ਉਹਨੇ ਉਹ ਪਾਇਆ ਸੀ ਉਹ ਕਹਿੰਦਾ ਸੀ ਕਿਤੇ ਵੀ ਵਾਈ ਫਾਈ ਦਾ ਕਿਤੇ ਦਾ ਵੀ ਪਾਸਵਰਡ ਕਰੈਕ ਕਰਕੇ ਸਾਨੂੰ ਦੱਸ ਦਿੰਦਾ ਹੁੰਦਾ ਸੀ ਅਸੀਂ ਮੈਂ ਉਹਨੂੰ ਕਿਹਾ ਯਾਰ ਕਾਲਜ ਦਾ ਯਾਰ ਉਦੋਂ ਇੰਟਰਨੈਟ ਮਹਿੰਗੇ ਹੁੰਦੇ ਸੀ ਜੀਓ ਤਾਂ ਉਦੋਂ ਆਇਆ ਨਹੀਂ ਸੀ ਤੇ ਨਾ ਵੀ ਯਾਰ ਵੀ ਨੈੱਟ ਬੜਾ ਮਹਿੰਗਾ ਗਾਣੇ ਗੁਣੇ ਡਾਊਨਲੋਡ ਕਰਨੇ ਹੁੰਦੇ ਆ ਨਾ ਵੀ 2-3 GB ਮਿਲਦਾ ਹੁੰਦਾ ਸੀ ਮਹੀਨੇ ਦਾ 3-4 ਸੌ ਰੁਪਏ ਦਾ ਤੇ ਉਹ ਕਹਿੰਦਾ ਯਾਰ ਗੱਲ ਹੀ ਕੋਈ ਨੀ ਖੜ ਕਹਿੰਦਾ ਤੂੰ ਹੁਣੇ ਆਪਣੇ ਕਾਲਜ ਵਾਲਾ ਇਹਦਾ ਪਾਸਵਰਡ ਇਹ ਆ ਮੈਂ ਕਿਹਾ ਯਾਰ ਤੈਨੂੰ ਕਿੱਦਾਂ ਪਤਾ ਕਹਿੰਦਾ ਮੈਂ ਤਾਂ ਕਦੋਂ ਦਾ ਕਰੈਕ ਕਰੀ ਬੈਠਾ ਇਹ ਮੈਂ ਕਿਹਾ ਅੱਛਾ ਫਿਰ ਅਸੀਂ ਕਿਸੇ ਹੋਰ ਕਿਤੇ ਬਾਹਰ ਜਾਣਾ ਨਾ ਕਿਸੇ ਵੀ ਪਬਲਿਕ ਪਲੇਸ 'ਤੇ ਉੱਥੇ ਨੈਟਵਰਕ ਨੂੰ ਇੰਡੀਆ ਤਾਂ ਲੋਕ ਲੱਗੇ ਹੁੰਦੇ ਸੀਗੇ ਜ਼ਿਆਦਾਤਰ ਉਹਨੂੰ ਕਹਿਣਾ ਯਾਰ ਮਾੜਾ ਕੱਢੀ ਯਾਰ ਪਾਸਵਰਡ ਉਹਨੇ ਜਦੀ ਕਹਿਣਾ ਓਕੇ ਉਹਨੇ ਲਾਉਣਾ ਬਰੂਟ ਫੋਰਸ ਨਾਲ ਹੀ ਚੱਲ ਰੈਸਟੋਰੈਂਟ 'ਚ ਬਹਿ ਕੇ ਖਾਣਾ ਖਾ ਰਹੇ ਹਾਂ ਨਾਲ ਦੀ ਨਾਲ ਪਾਸਵਰਡ ਆ ਜਾਣਾ ਵੀ ਆਹ ਚੱਕ ਉਹ ਕਰ ਲਓ ਯਾਰ ਕਨੈਕਟ ਆਹ ਪਾਸਵਰਡ ਆ ਜਿੱਦਾਂ ਦਿਮਾਗ ਚੱਲਦਾ ਇਹਦੇ ਲਈ ਤਾਂ ਕੋਈ ਇਨਵੈਸਟਮੈਂਟ ਵੀ ਨਹੀਂ ਉਹ ਜਿਹੜਾ ਲਿਨਕਸ ਜਿਹੜਾ ਸੋਫਟਵੇਅਰ ਓਪਰੇਟਿੰਗ ਸਿਸਟਮ ਆ ਉਹ ਓਪਨ ਅਵੇਲੇਬਲ ਆ ਫ੍ਰੀ ਆ ਫ੍ਰੀ ਆਫ ਕੋਸਟ ਤੁਸੀਂ ਆਪਣੇ ਲੈਪਟੋਪ 'ਚ ਪਾਓ ਵਿੰਡੋ ਉਡਾ ਦਿਓ ਉਹ 'ਚ ਉਹ ਪਾ ਦਿਓ ਹੁਣ ਤਾਂ ਲੈਪਟੋਪ ਇੰਡੀਆ 'ਚ ਤਾਂ ਲੈਪਟੋਪ ਵੀ ਵੈਸੇ ਉਹ ਮਿਲਦੇ ਆ ਕਈਆਂ 'ਚ ਓਪਰੇਟਿੰਗ ਸਿਸਟਮ ਹੁੰਦਾ ਹੀ ਨਹੀਂ ਪਹਿਲਾਂ ਤੋਂ ਆਪਸ਼ਨ ਹੁੰਦੀ ਆ ਵੀ ਤੁਸੀਂ ਵਿੰਡੋਜ਼ ਲੈਣਾ ਜਾਂ ਕੋਈ ਵੀ ਨਹੀਂ ਓਪਰੇਟਿੰਗ ਸਿਸਟਮ ਆ ਖਾਲੀ ਡੱਬਾ ਦੇ ਦਿੰਦੇ ਆ ਉਹ ਲੈਪਟੋਪ ਉਹ ਤੁਸੀਂ ਓਪਰੇਟਿੰਗ ਸਿਸਟਮ ਆਪਦਾ ਜਿਹੜਾ ਮਰਜ਼ੀ ਭਰ ਲਓ ਉਹੀ ਆ ਜਿੰਨੀ ਹੁਣ ਟੈਕਨੋਲੋਜੀ ਵਧੀ ਜਾਂਦੀ ਆ ਉਨੇ ਹੀ ਉਹਨੂੰ ਜਾਣੀ ਕਿ ਆਪਾਂ ਇਨਫੋਰਮੇਸ਼ਨ ਉਹ 'ਚ ਪਾਈ ਜਾਂਦੇ ਹਾਂ ਅਤੇ ਉਹ ਗਾਂ ਦੀ ਗਾਂ ਆਪਣੀ ਫੈਲੀ ਜਾਂਦੀ ਆ ਜਿੰਨੇ ਆਪਣੇ ਫੋਨ ਵਧੀਆ ਆਈਫੋਨ ਹੋਈ ਜਾਂਦੇ ਆ ਐਂਡਰੋਇਡ ਦੇ ਉਹ ਵੀ ਜਿੰਨੀ ਉਹ 'ਚੋਂ ਇਨਫੋਰਮੇਸ਼ਨ ਜਾਂਦੀ ਆ ਉਹ ਕਿਤੇ ਨਾ ਕਿਤੇ ਯਾਰ ਸਟੋਰ ਤਾਂ ਹੁੰਦੀ ਹੋਊਗੀ ਮੰਨ ਲਓ ਮੈਂ ਆਪਣੇ ਫੋਨ 'ਚ ਕੁਝ ਫੋਟੋਆਂ ਆਪਾਂ ਇੰਸਟਾਗ੍ਰਾਮ 'ਚ ਲਾਉਂਦੇ ਹਾਂ ਨਾ ਉਹ 'ਚ ਕਰੀ ਜਾਂਦੇ ਹਾਂ ਅਪਲੋਡ ਆਪਣਾ ਆ ਆਪਾਂ ਨੂੰ ਪਤਾ ਹੈ ਕਿ ਉਹ ਆਪਣੇ ਕੋਲ ਹੀ ਆ ਵੀ ਆਪਾਂ ਹੀ ਦੇਖ ਸਕਦੇ ਯਾਰ ਉਹ ਕਿਤੇ ਨਾ ਕਿਤੇ ਤਾਂ ਜਮ੍ਹਾਂ ਹੁੰਦੀਆਂ ਹੋਊਗੀਆਂ ਜਾ ਕੇ ਹੁਣ ਮੰਨ ਲਓ ਉਹ ਜਿਵੇਂ ਆਪਣੇ ਕੁੱਲੜ ਪੀਜ਼ੇ ਵਾਲਿਆਂ ਦਾ ਉਹਨਾਂ ਦਾ ਵਿਚਾਰਾਂ ਦਾ ਹੋਇਆ ਹਨਾ ਬਹੁਤ ਮਾੜੀ ਗੱਲ ਹੋਈ ਆ ਉਹਨਾਂ ਦਾ ਤਾਂ ਚਲੋ ਕਿਸੇ ਫੈਮਿਲੀ ਮੈਂਬਰ ਨੇ ਜਾਂ ਕਿਸੇ ਵਰਕਰ ਨੇ ਕੀਤਾ ਆਪਾਂ ਨੂੰ ਨਹੀਂ ਉਹਨੂੰ ਪਤਾ ਹਨਾ ਵੀ ਕਿਵੇਂ ਕੀਤਾ ਪਰ ਹੁਣ ਜੇ ਮੰਨ ਲਓ ਕਿਸੇ ਨੇ ਵੀ ਕੋਈ ਇੱਦਾਂ ਦੀ ਵੀਡੀਓ
ਜਾਂ ਫੋਟੋ ਖਿੱਚ ਲਈ ਜਾਂ ਪਾ ਲਈ ਆਪਦੇ ਫੋਨ 'ਚ, ਹੁਣ ਉਹਦੇ ਤੱਕ ਨਹੀਂ ਹੈਗੀ ਉਹ ਲਿਮਿਟਡ। ਉਹ ਬੰਦਾ ਸੋਚੇ ਨਾ ਯਾਰ ਮੇਰੇ ਫੋਨ ਦੇ ਵਿੱਚ ਆ, ਮੇਰੇ ਕੋਲ ਆ, ਵੀ ਹੋਰ ਮੈਂ ਕਿਸੇ ਨੂੰ ਨਹੀਂ ਦੇਣੀ, ਮੈਂ ਫੋਨ ਨੂੰ ਉਹ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ, ਪਰ ਉਹ ਤਾਂ ਹੱਥ ਤਾਂ ਉਹਨੂੰ ਲੱਗ ਗਿਆ ਵੀ ਉਹ ਕਿਤੇ ਨਾ ਕਿਤੇ ਜਾ ਕੇ ਸਟੋਰ ਹੋ ਗਈ, ਚਲ ਗਈ, ਨਹੀਂ ਹੋਈ, ਨਹੀਂ ਗਈ ਕਿਤੇ। ਜਦੋਂ ਕਦੇ ਉਹ ਓਪਨ ਸੋਰਸ ਕਰੂਗਾ, ਵਾਈਫਾਈ ਕਨੈਕਟ ਕਰੂ, ਕੋਈ ਅਨਆਥੋਰਾਈਜ਼ਡ ਐਪ ਕਰੂਗਾ, ਕੋਈ ਏਦਾਂ ਦੀ ਕੋਈ ਐਕਟੀਵਿਟੀ ਉਹਦੇ ਨਾਲ ਹੋਈ, ਉਹਨੂੰ ਕਿਹੜਾ ਪਤਾ ਲੱਗਣਾ ਜਦੋਂ ਹੋ ਗਈ, ਉਹ ਤਾਂ ਸਾਰਾ ਡੇਟਾ ਉਹਦਾ ਚਲੇ ਜਾਣਾ। ਇਹਦੇ ਨਾਲ ਤਾਂ ਫੇਰ ਉਹ 33-10 ਨਹੀਂ ਵਧੀਆ ਸੀ, ਜਿਆਦੇ ਪਰਫੈਕਟ ਜਿੱਥੋਂ ਮਾਰ ਉੱਠੇ ਤੋਂ ਸੈਟਲ ਹੋ, ਭਾਵੇਂ ਟੁੱਟਦਾ ਨਹੀਂ ਉਹ, ਲੜਾਈ ਲੜੂਈ 'ਚ ਵੀ ਬਹੁਤ ਕੰਮ ਆਉਂਦੇ ਸੀ, ਭਗਾ ਕੇ ਮਾਰੋ ਕਿਸੇ ਦੇ, ਹੁਣ ਉਹਦੇ ਨਾਲ ਕੰਮ ਨਹੀਂ ਨਾ ਚੱਲਣਾ ਆਪਣੇ, ਠੀਕ ਆ। ਪਰ ਉੱਦਾਂ ਹੁਣ ਜਿਹੜੇ ਵਧੀਆ ਬਿਜ਼ਨਸਮੈਨ ਆ ਨਾ, ਉਹ ਭਾਵੇਂ ਉੱਦਾਂ ਵਧੀਆ ਫੋਨ ਰੱਖਦੇ ਹੋਣ, ਪਰ ਇੱਦਾਂ ਦੇ ਕੰਮਾਂ ਨੂੰ ਉਹ ਇੱਦਾਂ ਦੇ ਫੋਨ ਰੱਖਦੇ ਆ ਕਿਉਂਕਿ ਉਹ ਟਰੈਕ ਨਹੀਂ ਹੁੰਦੇ। ਪਹਿਲੀ ਗੱਲ ਉਹ ਡੇਟਾ ਹੀ ਨਹੀਂ ਰੱਖਦੇ ਇੱਦਾਂ ਦਾ ਕੌਨਫੀਡੈਂਸ਼ੀਅਲ। ਹੁਣ ਜੇ ਮੰਨ ਲਓ ਅੰਬਾਨੀ ਜਾਂ ਅਡਾਨੀ ਹੋਣੀ ਇੱਦਾਂ ਦੇ ਫੋਨਾਂ ਦੇ ਵਿੱਚ ਆਪਦਾ ਡੇਟਾ ਰੱਖਣ ਲੱਗ ਗਏ, ਉਹ ਤਾਂ ਬਰਬਾਦ ਹੋ ਜਾਣੇ ਨੇ। ਉਹਨਾਂ ਦਾ ਮਿਲੀਅਨਸ ਆਫ ਬਿਲੀਅਨਸ ਆਫ ਡਾਲਰਸ ਦਾ ਬਿਜ਼ਨਸ ਆ, ਕੀ ਉਹਨਾਂ ਦਾ ਉਹ ਡੇਟਾ ਇੱਦਾਂ ਨਹੀਂ ਰੱਖੂਗੇ ਆਪਦਾ। ਉਹ ਆਪਦੇ ਉਹਨਾਂ ਦੇ ਪਰਫੈਕਟ ਆਪਦੇ ਜਿਹੜੇ ਉਹਨਾਂ ਦੇ ਬਹੁਤ ਜ਼ਿਆਦਾ ਸਿਕਿਉਰ ਸਰਵਰ ਬਣਾਏ ਹੋਏ ਨੇ, ਉਹਨਾਂ 'ਤੇ ਫਾਇਰਵਾਲ ਪ੍ਰੋਟੈਕਸ਼ਨਾਂ ਲਾਈਆਂ ਹੋਈਆਂ ਨੇ, ਫਿਰ ਉਹ ਇਨਕ੍ਰਿਪਟਿਡ ਡੇਟਾ ਰੱਖਿਆ ਹੁੰਦਾ ਵਾ, ਉਹਦੇ ਫਾਇਰਵਾਲ ਦੇ ਵਿੱਚ ਆਪਾਂ ਐਂਟਰੀ ਨਹੀਂ ਹੋ ਸਕਦੇ। ਨਾਲੇ ਯੂਜ਼ਰ ਡਾਟਾ ਤਾਂ ਜਿੰਨੀਆਂ ਮਰਜ਼ੀ ਇਹ ਕੰਪਨੀਆਂ ਕਹੀ ਆਪਣੇ ਤੁਹਾਡਾ ਸਾਡੇ ਕੋਲ ਸੇਫ ਆ ਜੀ, ਸੇਫ ਆ ਜੀ, ਸੇਫ ਆ, ਹਰੇਕ ਦੇਸ਼ ਦਾ ਆਪਣਾ ਆਪਣਾ ਲਾਅ ਹੋਇਆ। ਹੁਣ ਤੁਸੀਂ USA ਦਾ ਐਗਜ਼ਾਮਪਲ ਲੈ ਲਓ, ਫੋਰ ਐਗਜ਼ਾਮਪਲ ਹੈ ਨਾ, USA 'ਚ ਅਮੈਂਡਮੈਂਟ 4 ਆ ਕਿ ਉਹ ਕਿਸੇ ਵੀ ਟੈਕ ਕੰਪਨੀ ਨੂੰ ਪੁੱਛ ਸਕਦੇ ਵੀ ਸਾਨੂੰ ਇਸ ਯੂਜ਼ਰ ਦਾ ਡਾਟਾ ਦਿਓ। ਉਹ ਭਾਵਾਂ ਜਿੱਡਾ ਮਰਜ਼ੀ ਗੂਗਲ ਵਾਲੇ ਹੋਣ, ਜਿੱਡੇ ਮਰਜ਼ੀ ਵਟਸਐਪ ਵਾਲੇ ਹੋਣ, ਉਹਨਾਂ ਨੂੰ ਦੇਣਾ ਪੈਣਾ ਆ। ਜਦੋਂ ਫਿਰ ਦੇਸ਼ 'ਤੇ ਗੱਲ ਆ ਗਈ, ਉਹਨਾਂ ਨੂੰ ਦੇਣਾ ਹੀ ਪੈਣਾ। ਈਵਨ ਤੁਸੀਂ ਚਾਈਨਾ 'ਚ ਲੈ ਲਓ, ਚਾਈਨਾ ਦੇ ਇਹ ਅਮੈਂਡਮੈਂਟ ਆ ਕਿ ਹਰੇਕ ਬੰਦਾ ਚਾਈਨਾ ਦਾ ਉਹ ਸਰਕਾਰ ਦਾ ਏਜੰਟ ਹੈ ਨਾ, ਤੇ ਉਹ ਜਾਣੀ ਕਿ ਤੁਹਾਡਾ ਡਾਟਾ ਜਾਣੀ ਕਿ ਤੁਸੀਂ ਕੁਛ ਨੀ, ਖਤਮ ਕਹਾਣੀ, ਗੁੱਡ ਬਾਏ ਡਾਟਾ, ਗੁੱਡ ਬਾਏ ਡਾਟਾ, ਡਾਟਾ ਵਾਲਾ ਹੀ ਕੰਮ ਆ ਉਹਨਾਂ ਕੋਲ। ਉਹ ਜਾਣੀ ਕਿ ਪੂਰਾ ਕੰਟਰੋਲ ਕਰ ਰਹੇ ਆ ਬੰਦਿਆਂ ਨੂੰ, ਉਹ ਜਾਣੀ ਕਿ ਤੁਹਾਡਾ ਡਾਟਾ ਤਾਂ ਉਹਨੂੰ ਪ੍ਰਾਈਵੇਸੀ ਤਾਂ ਹੈ ਨੀ ਫਿਰ ਚਾਈਨਾ ਦੇ ਵਿੱਚ, ਹਨਾ, ਸਾਰਾ ਚੱਕੀ ਬੈਠੇ ਆ ਉਹ। ਇੱਕ ਐਡਵਾਈਸ ਇਹ ਆ ਮੇਰੇ ਵੱਲੋਂ ਬਈ, ਜਿਹੜੇ ਵੀ ਯੂਜ਼ਰ ਨਾ ਕੋਈ ਵੀ ਕਿਤੇ, ਮਤਲਬ ਪਹਿਲੀ ਗੱਲ ਤਾਂ ਓਪਨ ਸੋਰਸ ਓਪਨ ਜਿਹੜਾ ਇੰਟਰਨੈਟ ਆ, ਕਿਤੋਂ ਵਾਈਫਾਈ ਕਿਤੋਂ ਵੀ ਕਨੈਕਟ ਨਾ ਕਰਨ, ਹਨਾ, ਪਹਿਲੀ ਗੱਲ ਤਾਂ ਉੱਥੇ ਬਚ ਜਾਣ ਉਹ। ਦੂਜਾ, ਉਹਨਾਂ ਨੇ ਕੋਈ ਵੀ ਆਪਦੇ ਫੋਨ ਦੇ ਵਿੱਚ ਵੈਬਸਾਈਟ ਜਾਂ ਕੁਛ ਵੀ ਬਰਾਊਜ਼ ਕਰਨਾ ਜਿਹੜਾ ਕਿ ਇਸ ਕੌਨਫੀਡੈਂਸ਼ੀਅਲ ਆ, ਮੰਨ ਲਓ ਕਿਸੇ ਬੈਂਕ ਦੀ ਵੈਬਸਾਈਟ ਆ ਕੋਈ ਇੱਦਾਂ ਦੀ, ਜਿਹਦਾ ਯੂਜ਼ਰ ਨੇਮ ਪਾਸਵਰਡ ਤੁਸੀਂ ਚਾਹੁੰਦੇ ਹੋ ਵੀ ਉਹ ਨਾ ਕਿਤੇ ਮਤਲਬ ਲੀਕ ਹੋਵੇ, ਉਹਨੂੰ ਤੁਸੀਂ ਨਾ ਆਪਦੇ ਜਿਹੜਾ ਪ੍ਰਾਈਵੇਟ ਬਰਾਊਜ਼ਰ ਹੁੰਦਾ ਉਹਦੇ 'ਚ ਓਪਨ ਕਰੋ, ਜਿਹੜਾ ਆਪਣੇ ਫੋਨ ਦੇ ਵਿੱਚ, ਜਿੱਦਾਂ ਸਫਾਰੀ ਦੇ ਵਿੱਚ ਆਪਾਂ ਜਾਂਦੇ ਹਾਂ, ਆਪਣੇ ਕੋਲ ਆਈਫੋਨਾਂ ਦੇ ਵਿੱਚ ਸਫਾਰੀ ਆ, ਤੇ ਦੂਜਿਆਂ 'ਚ ਗੂਗਲ ਕਰੋਮ ਮੇਰਾ ਖਿਆਲ ਯੂਜ਼ ਕਰਦੇ ਆ ਨਾ, ਗੂਗਲ ਐਂਟੀਕੋਬ ਕੀ ਹੁੰਦਾ ਯਾਰ, ਮੈਂ ਤਾਂ ਹੁਣੀ ਖੋਲੇ ਲੈਂਦੇ ਆ, ਪ੍ਰਾਈਵੇਟ ਬਰਾਊਜ਼ਰ ਟੈਬ ਹੁੰਦੀ ਆ ਉਹ, ਡਿਫਰੈਂਟ ਖੁੱਲ ਜਾਂਦਾ ਉਹ 'ਚ, ਹਾਂ, ਤੇ ਉਹਦੇ 'ਚ ਇੰਸਟਾਗ੍ਰਾਮ ਦਾ, ਉਦੋਂ ਬਾਅਦ ਉਹ ਬਰਾਊਜ਼ਰ ਨੂੰ ਕਰ ਦਿਓ ਬੰਦ, ਟੈਬ ਨੂੰ ਕਰ ਦਿਓ ਬੰਦ, ਉਦੋਂ ਬਾਅਦ ਆਪਦਾ ਐਪ ਬੰਦ ਕਰ ਦਿਓ, ਉਦੋਂ ਬਾਅਦ ਦੁਬਾਰਾ ਐਪ ਤੇ ਜਾਇਓ, ਦੁਬਾਰਾ ਉਹੀ ਵੈਬਸਾਈਟ ਖੋਲਿਓ, ਤੁਹਾਨੂੰ ਦੁਬਾਰਾ ਲੌਗਇਨ ਕਰਨ ਦੀ ਲੋੜ ਨਹੀਂ ਪੈਣੀ, ਕਿਉਂਕਿ ਉਹਨੇ ਆਲਰੇਡੀ ਤੁਹਾਡੀ ਲੌਗਇਨ ਡਿਟੇਲਸ ਸਟੋਰ ਕਰ ਲਈਆਂ ਹੋਈਆਂ ਨੇ। ਉਹ 'ਚ ਹੁੰਦੀ ਆ ਕੁਕੀਜ਼ ਐਂਡ ਕੈਸ਼ ਮੈਮਰੀ ਹੁੰਦੀ ਆ ਨਾ ਫੋਨ ਦੀ, ਉਹਦੇ ਵਿੱਚ ਸਟੋਰਡ ਹੁੰਦਾ ਵੀ ਇਹਨੇ ਪਹਿਲਾਂ ਇਹ ਪੇਜ ਐਕਸੈਸ ਕੀਤਾ ਸੀ ਤੇ ਉਹ ਲੌਗਇਨ ਕਰ ਚੁੱਕਿਆ, ਤਾਂ ਦੁਬਾਰਾ ਲੌਗਇਨ ਨਹੀਂ ਮੰਗਣਾ। ਜੇ ਤੁਸੀਂ ਪ੍ਰਾਈਵੇਟ ਟੈਬ ਦੇ ਵਿੱਚ ਜਾਓਗੇ, ਹਾਂ, ਹਨਾ, ਇਹ ਇਨਕੋਗਨੀਟੋ ਦੇ ਵਿੱਚ ਜਾਓਗੇ, ਤਾਂ ਉਹਦੇ ਵਿੱਚ ਕੀ ਆ, ਤੁਸੀਂ ਲੌਗਇਨ ਕਰ ਲਿਓ, ਉਦੋਂ ਬਾਅਦ ਉਹਨੂੰ ਟੈਬ ਨੂੰ ਬੰਦ ਕਰ ਦਿਓ ਤੇ ਐਪ ਨੂੰ ਬੰਦ ਕਰ ਦਿਓ, ਦੁਬਾਰਾ ਉਸ ਐਪ ਦੇ ਵਿੱਚ ਜਾ ਕੇ ਵੈਬਸਾਈਟ ਲੌਗਇਨ ਕਰੋ, ਤੁਹਾਨੂੰ ਦੁਬਾਰਾ ਲੌਗਇਨ ਪਾਸਵਰਡ ਮੰਗੂਗਾ। ਕਿਉਂ? ਕਿਉਂਕਿ ਉਹ ਇਨਕੋਗਨੀਟੋ ਮੋਡ ਦੇ ਵਿੱਚ ਜਿਹੜੀਆਂ ਵੀ ਵੈਬਸਾਈਟ ਤੁਸੀਂ ਖੋਲੀਆਂ, ਨਾ ਉਹਦੀ ਕੋਈ ਕੁਕੀਜ਼ ਮੈਮਰੀ ਰੱਖੂਗਾ, ਨਾ ਕੋਈ ਕੈਸ਼ ਮੈਮਰੀ ਰੱਖੂਗਾ, ਕਿਸੇ ਐਪ ਨਾਲ ਸ਼ੇਅਰ ਵੀ ਜ਼ਿਆਦਾ ਹੱਦ ਤੱਕ ਵੀ ਉਹ ਬਚਾ ਲੂਗਾ, ਐ ਤਾਂ ਨੀ ਵੀ ਪ੍ਰੋਪਰ 100% ਥੋੜੀ ਬਚਾ ਲੂਗਾ, ਫੇਰ ਵੀ ਕਿਤੇ ਨਾ ਕਿਤੇ ਹੱਦ ਤੱਕ ਤੁਹਾਡਾ ਡੇਟਾ ਸਟੋਰ ਨਹੀਂ ਕਰੂਗਾ। ਪਹਿਲੀ ਗੱਲ ਉਹਨੂੰ ਅਲਾਓ ਨਾ ਕਰੋ, ਪਹਿਲਾਂ ਜੇ ਤੁਸੀਂ ਕੋਈ ਇਹੋ ਜਿਹੀ ਐਪ ਕਰਦੇ ਹੋ, ਮੰਨ ਲਓ ਹੁਣ ਸਨੈਪਚੈਟ ਕੀਤੀ ਆ, ਉਹਨੇ ਤਾਂ ਕੈਮਰਾ ਮੰਗਣਾ ਤੁਹਾਨੂੰ ਲੋੜ ਆ ਨਾ, ਤੁਸੀਂ ਫੋਟੋਆਂ ਖਿੱਚਣੀਆਂ ਨੇ, ਚੱਲ ਤੁਸੀਂ ਉਹਨੂੰ ਕੈਮਰਾ ਐਕਸੈਸ ਦੇ ਤਾ, ਕਿਤੇ ਨਾ ਕਿਤੇ ਜਸਟੀਫਾਈ ਲਵੇ ਵੀ ਹਾਂ ਵੀ ਉਹ ਦੇਣਾ ਬਣਦਾ ਸੀਗਾ ਹਨਾ, ਤੁਸੀਂ ਉਹਨੂੰ ਮਾਈਕ ਦਾ ਵੀ ਦੇਤਾ, ਮਾਈਕਰੋਫੋਨ ਦਾ ਵੀ ਐਕਸੈਸ ਦੇਤਾ, ਤੁਸੀਂ ਆਡੀਓ ਵੀ ਰਿਕਾਰਡ ਕਰਨੀ ਆ, ਓਕੇ ਫਾਈਨ, ਹੈ ਨਾ, ਤੁਸੀਂ ਉਹ ਵੀ ਦੇਤਾ, ਤੁਸੀਂ ਉਹਨੂੰ ਲੋਕੇਸ਼ਨ ਦਾ ਵੀ ਦੇਤਾ,
ਇਹ ਸਾਰੀਆਂ ਹੈਗੀਆਂ ਨੇ ਇਹ ਜੇ ਆਪਾਂ ਫੋਨ ਦੇ ਵਿੱਚ ਕੱਢ ਕੇ ਦੇਖੀਏ ਐਪ ਦੇ ਵਿੱਚ ਪਰਟੀਕੁਲਰਲੀ ਸੈਟਿੰਗ ਦੇ ਵਿੱਚ ਉਹ ਸਾਰੀ ਦੱਸਦਾ ਵੀ ਇਹ ਪਰਮਿਸ਼ਨ ਤੁਸੀਂ ਇਹਨੂੰ ਦਿੱਤੀ ਆ ਹੁਣ ਉਹ ਲੋਕੇਸ਼ਨ ਦਾ ਦੇਤਾ ਮੰਨ ਲਓ ਤੁਸੀਂ ਟੋਰਾਂਟੋ ਖੜ੍ਹੇ ਹੋ ਤੁਸੀਂ ਸੀਐਨ ਟਾਵਰ ਦੀ ਵੀਡੀਓ ਬਣਾ ਤੁਸੀਂ ਚਾਹੁੰਦੇ ਹੋ ਵੀ ਉਹ 'ਤੇ ਲਿਖਿਆ ਆਵੇ ਸੀਐਨ ਟਾਵਰ ਤੁਸੀਂ ਲੋਕੇਸ਼ਨ ਐਕਸੈਸ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਦੇ ਦੀ ਫਾਈਨ ਵੀ ਗੁੱਡ ਐਂਡ ਵੈਲ ਹੈ ਨਾ ਪਰ ਜਿਹੜੀ ਤੁਸੀਂ ਗਾਣੇ ਡਾਊਨਲੋਡ ਕਰਨ ਨੂੰ ਐਪ ਰੱਖੀ ਆ ਜਾਂ ਤੁਸੀਂ ਕੋਈ ਹੋਰ ਏਦਾਂ ਦਾ ਕੰਮ ਕਰਨ ਨੂੰ ਰੱਖੀ ਆ ਜਿਹਦੇ ਤੁਹਾਡੇ ਕੈਮਰੇ ਦੀ ਲੋੜ ਨਹੀਂ ਉਹਦਾ ਗੱਲ ਦਿੰਦੇ ਆ ਹੁਣ ਤੁਹਾਡਾ ਬਰਾਊਜ਼ਰ ਆ ਬਰਾਊਜ਼ਰ ਦੇ ਵਿੱਚ ਆਪਾਂ ਕੈਮਰਾ ਕਦੋਂ ਯੂਜ਼ ਕਰਦੇ ਹਾਂ ਮੰਨ ਲਓ ਕਿਸੇ ਨੇ ਜ਼ੂਮ ਮੀਟਿੰਗ ਕਰਨੀ ਹੈ ਜਾਂ ਕਿਸੇ ਨੇ ਹੈ ਨਾ ਕੋਈ ਏਦਾਂ ਦੀ ਮੀਟਿੰਗ ਕਰਨੀ ਹੈ ਤਾਂ ਕੈਮਰਾ ਐਕਸੈਸ ਉਹਨੂੰ ਦੇਣਾ ਬਣਦਾ ਅਦਰਵਾਈਜ਼ ਬਰਾਊਜ਼ਰ ਨੇ ਤਾਂ ਕੈਮਰਾ ਯੂਜ਼ ਹੀ ਨਹੀਂ ਕਰਨਾ ਕਰਨਾ ਨਹੀਂ ਹੈਗਾ ਹੈ ਨਾ ਬਰਾਊਜ਼ਰ ਨੂੰ ਆਪਾਂ ਕੈਮਰਾ ਐਕਸੈਸ ਕਿਉਂ ਦਿੰਦੇ ਹਾਂ ਬਰਾਊਜ਼ਰ ਨੂੰ ਆਪਾਂ ਮਾਈਕਰੋਫੋਨ ਦਾ ਐਕਸੈਸ ਕਿਉਂ ਦਿੰਦੇ ਹਾਂ ਜਦ ਆਪਾਂ ਮੀਟਿੰਗ ਨਹੀਂ ਕੋਈ ਕਰਨੀ ਉੱਤੇ ਉੱਦਾਂ ਵੀ ਵੱਧ ਤੋਂ ਵੱਧ ਜਦਾਂ ਜ਼ਿਆਦਾਤਰ ਆਪਣੇ ਫੋਨ 'ਚ ਜਿਹੜੀ ਆਪਾਂ ਬਾਈਬਲ ਐਪ ਡਾਊਨਲੋਡ ਕਰ ਲਈ ਦੀ ਆਪਾਂ ਨੂੰ ਭੁੱਲ ਵੀ ਜਾਂਦੀਆਂ ਆ ਉਹ ਡਿਲੀਟ ਕਰ ਦੇਣੀਆਂ ਚਾਹੀਦੀਆਂ ਰੱਖਣੀਆਂ ਨਹੀਂ ਚਾਹੀਦੀਆਂ ਹਾਂ ਪਹਿਲੀ ਗੱਲ ਫਾਲਤੂ ਐਪਸ ਰੱਖਣੀਆਂ ਚਾਹੀਦੀਆਂ ਚਾਹੀਦੀਆਂ ਅਤੇ ਦੂਜੀ ਗੱਲ ਜੇ ਰੱਖੀਆਂ ਵੀ ਆ ਤਾਂ ਉਹਨਾਂ ਨੂੰ ਐਕਸੈਸ ਵੀ ਨਾ ਦਿਓ ਪਹਿਲੀ ਗੱਲ ਤਾਂ ਜਿਹੜੀਆਂ ਸਹੀ ਐਪਸ ਉਹਨਾਂ ਨੂੰ ਪਰਮਿਸ਼ਨਸ ਦਿਓ ਜਿਹੜੀਆਂ ਜਦੋਂ ਲੋੜ ਆ ਦੇ ਲਓ ਉਦੋਂ ਅਤੇ ਇੱਕ ਹੋਰ ਵੀ ਜਿੱਦਾਂ ਆਪਾਂ ਚੱਲ ਐਮਾਜੋਨ ਦੀ ਗੱਲ ਕਰਦੇ ਹਾਂ ਆਪਾਂ ਜਦੋਂ ਹੁਣ ਆਪਾਂ ਬੋਲਦੇ ਰਹਿੰਦੇ ਹਾਂ ਜਿੱਦਾਂ ਮੈਂ ਹੁਣ ਸ਼ੂਆਂ ਦੀ ਗੱਲ ਕਰਦਾ ਐਡੀਡਸ ਜਾਂ ਨਾਈਕੀ ਕਹੀ ਜਾਂਦਾ ਉਹ ਯਾਰ ਥੋੜੇ ਕੁ ਟਾਈਮ ਬਾਅਦ ਫਿਰ ਉਹੀ ਐਡ ਆਉਣ ਲੱਗ ਪੈਂਦੀਆਂ ਆਪਾਂ ਨੂੰ ਕਿ ਉਹ ਆਪਾਂ ਨੂੰ ਲਿਸਨ ਕਰਦੇ ਬਿਲਕੁਲ ਉਹੀ ਐਪ ਕਰਦੇ ਹੀ ਆ ਹੁਣ ਐਮਾਜੋਨ ਵੀ ਪੁੱਛੂਗਾ ਵੀ ਅਸੀਂ ਤੁਹਾਡਾ ਮਾਈਕ ਕਰ ਲਈਏ ਅਸੀਂ ਸਾਡੀ ਜੀ ਉਹ ਫੋਟੋਆਂ ਕਰ ਲਈਏ ਅਸੀਂ ਸਾਡੀ ਕਾਲ ਉਹ ਕਰ ਲਈਏ ਹੈ ਨਾ ਆਸਕ ਐਪ ਟੂ ਟਰੈਕ ਸਾਡੀ ਉਹ ਲੈ ਲਈਏ ਹੈ ਨਾ ਉਹਨੀ ਤਾਂ ਓਬਵੀਅਸਲੀ ਸੁਣਨਗੇ ਉਹ ਸੁਣਨਗੇ ਤਾਂ ਉਹ ਵੀ ਤਾਂ ਆਪਾਂ ਨੂੰ ਗਾਂ ਐਡਾਂ ਆਉਂਦੀਆਂ ਰਹਿੰਦੀਆਂ ਉਹ ਤਾਂ ਮੈਨੂੰ ਇਹ ਮੈਂ ਸੋਰੀ ਥੋੜ੍ਹੀ ਗੱਲ ਕੱਟਦਾ ਮੈਨੂੰ ਇਹ ਨਹੀਂ ਸਮਝ ਲੱਗਦਾ ਵੀ ਜਿਹੜੀ ਐਪ ਆ ਉਹ ਇਹ ਪਰਮਿਸ਼ਨ ਮੰਗਦੀ ਹੀ ਕਿਉਂ ਆ ਵੀ ਅਲਾਓ ਐਪ ਟੂ ਟਰੈਕ ਟਰੈਕ ਉਹਨੇ ਸਾਨੂੰ ਟਰੈਕ ਕਰਕੇ ਕਰਨਾ ਕੀ ਉਹ ਉਹਦਾ 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 ਮਤਲਬ ਇਹ ਆ ਵੀ ਉਹ ਅਦਰ ਐਪਸ ਨੂੰ ਐਕਸੈਸ ਮੰਗਦੀ ਆ ਮੰਨ ਲਓ ਇੱਕ ਐਪ ਆ ਹੈ ਨਾ ਇੰਸਟਾਗ੍ਰਾਮ ਦੂਜੀ ਐਪ ਆ ਫੇਸਬੁੱਕ ਇਹਦੇ ਚਲੋ ਆਪਾਂ ਵੱਡੀਆਂ ਐਪ ਦੀ ਗੱਲ ਕਰਦੇ ਅੰਡਰਸਟੈਂਡ ਕਰਨਾ ਈਜ਼ੀ ਹੋ ਜਾਂਦਾ ਹੁਣ ਮੇਰੀ ਇੰਸਟਾਗ੍ਰਾਮ ਫੇਸਬੁੱਕ ਦਾ ਐਕਸੈਸ ਕਿਉਂ ਮੰਗਦੀ ਆ ਮੇਰੇ ਤੋਂ ਜਾਂ ਮੇਰੀ ਇੰਸਟਾਗ੍ਰਾਮ ਇਹ ਐਕਸੈਸ ਕਿਉਂ ਮੰਗਦੀ ਆ ਵੀ ਮੈਂ ਯੂਟਿਊਬ 'ਤੇ ਜਾ ਕੇ ਕੀ ਕਰ ਰਿਹਾ ਵਾਂ ਜਾਂ ਮੈਂ ਐਮਾਜ਼ੋਨ 'ਤੇ ਜਾ ਕੇ ਕੀ ਕਰ ਰਿਹਾ ਵਾਂ ਉਹ ਪਹਿਲੀ ਮੈਂ ਕਦੇ ਵੀ ਕਿਸੇ ਐਪ ਨੂੰ ਅਲਾਓ ਐਪ ਟਰੈਕਿੰਗ ਦੇ ਵਿੱਚ ਨਹੀਂ ਕਰਦਾ ਹੁੰਦਾ ਕਈ ਵਾਰ ਗਲਤੀ ਨਾਲ ਦੇ ਹੋ ਜਾਂਦਾ ਐਕਸੈਸ ਉਹ ਇੱਕਦਮ ਪੌਪਅਪ ਜਿਹਾ ਆਉਂਦਾ ਆਪਾਂ ਤੋਂ ਇੱਕਦਮ ਓਕੇ ਕਰ ਹੁੰਦਾ ਆਪਾਂ ਪੜ੍ਹਦੇ ਵੀ ਨਹੀਂ ਪਰ ਉੱਥੇ ਆਪਾਂ ਉਹਨੂੰ ਦੇਤਾ ਐਕਸੈਸ ਵੀ ਯਾਰ ਤੂੰ ਨਾ ਹੁਣ ਮੇਰੀ ਬੈਂਕ ਦੀ ਐਪ ਦਾ ਵੀ ਕਰੀ ਸਾਰਾ ਕੁਝ ਲੈ ਲਈ ਕਿਉਂ ਹੁਣ ਇਹ ਡਿਫਰੈਂਟ ਤਾਂ ਹੈ ਨਹੀਂ ਵੀ ਬੈਂਕ ਦਾ ਨਾ ਕਰ ਇੰਸਟਾਗ੍ਰਾਮ ਦਾ ਕਰ ਲਾ ਜਾਂ ਐਮਾਜ਼ੋਨ ਦਾ ਕਰ ਲਾ ਉਹਨੂੰ ਤਾਂ ਹੁਣ ਸਾਰੀਆਂ ਐਪਸ ਦੀ ਪਰਮਿਸ਼ਨ ਮਿਲ ਗਈ ਨਾ ਪਰਮਿਸ਼ਨ ਮਿਲ ਗਈ ਹੈ ਨਾ ਅਤੇ ਉਹ ਕਿਉਂ ਮੰਗਦੀਆਂ ਨੇ ਉਹ ਪਹਿਲੀ ਗੱਲ ਸਿੱਧਾ ਹੀ ਡਿਕਲਾਈਨ ਕਰੋ ਮੈਂ ਨਹੀਂ ਦੇਣਾ ਚਾਹੁੰਦਾ ਤੈਨੂੰ ਪਰਮਿਸ਼ਨ ਤੈਨੂੰ ਕਿਹੜੇ ਕੰਮ ਲਈ ਮੈਂ ਡਾਊਨਲੋਡ ਕੀਤਾ ਉਹੀ ਕੰਮ ਮੈਂ ਤੈਨੂੰ ਕਰਾਉਣਾ ਨਾ ਤੂੰ ਕਿਸੇ ਹੋਰ ਐਪ 'ਚ ਜਾਣਾ ਨਾ ਮੇਰਾ ਕੈਮਰਾ ਯੂਜ਼ ਕਰਨਾ ਨਾ ਮੇਰਾ ਮਾਈਕਰੋਫੋਨ ਯੂਜ਼ ਕਰਨਾ ਕੁਛ ਨਹੀਂ ਮੈਂ ਤੈਨੂੰ ਕਰਨ ਦੇਣਾ ਯੂਜ਼ ਬਸ ਇਹੀ ਕੰਮ ਤੇਰੇ ਤੋਂ ਕਰਾਉਣਾ ਪਰ ਉਹ ਬੰਦਾ ਮੈਂ ਨਹੀਂ ਕਹਿੰਦਾ ਕੋਈ ਬੰਦਾ ਹੋਊਗਾ ਧਿਆਨ ਦਿੰਦਾ ਹੋਊਗਾ ਜਿਹਨੂੰ ਜ਼ਿਆਦਾ ਨੌਲੇਜ ਹੋਊਗੀ ਪਰ ਕੋਈ ਨਹੀਂ ਦਿੰਦਾ ਅਲਾਓ ਕਰਕੇ ਅਗਲਾ ਪਰੇ ਕਰਕੇ ਹੋ ਜਾਂਦਾ ਉਹੀ ਗੱਲ ਆ ਨਾ ਆਪਾਂ ਜਿੱਦਾਂ ਜਿਹੜਾ ਯੂਜ਼ਰ ਆ ਐਂਡ ਯੂਜ਼ਰ ਆ ਉਹ ਸਾਰੇ ਇੰਨੇ ਐਜੂਕੇਟਡ ਨਹੀਂ ਹੈਗੇ ਚਲੋ ਠੀਕ ਹੈ ਐਜੂਕੇਸ਼ਨ ਲੈਵਲ ਬਹੁਤ ਹੁਣ ਇੱਕ ਬੰਦਾ ਪਾਇਲਟ ਆ ਹੈ ਨਾ ਮੰਨ ਲਓ ਇੱਕ ਬੰਦਾ ਡਾਕਟਰ ਆ ਉਹਨੂੰ ਟੈਕ ਦਾ ਥੋੜ੍ਹੀ ਇੰਨਾ ਗਿਆਨ ਆ ਟੈਕ ਦੇ ਬਾਰੇ ਥੋੜ੍ਹੀ ਉਹਨੂੰ ਪਤਾ ਵੀ ਮੇਰੇ ਫੋਨ ਦੇ ਵਿੱਚ ਕਿੰਨੇ ਕੀ ਕੁਛ ਮਾਲਵੇਅਰ ਆ ਸਕਦਾ ਕੀ ਕੁਛ ਆ ਮੈਂ ਕਿੰਨਾ ਵਲਨਰੇਬਲ ਹਾਂ ਉਹ ਤਾਂ ਆਪਦੇ ਪ੍ਰੋਫੈਸ਼ਨ ਦੇ ਵਿੱਚ ਪਰਫੈਕਟ ਆ ਜਿਹੜਾ ਪ੍ਰੋਫੈਸ਼ਨ ਉਹਦਾ ਹੁਣ ਡਾਕਟਰ ਆ ਪ੍ਰੋਫੈਸ਼ਨਲ ਸਕਸੈਸਫੁਲ ਕੋਈ ਵੱਡਾ ਡਾਕਟਰ ਆ ਆਪਦੇ ਪ੍ਰੋਫੈਸ਼ਨ 'ਚ ਉਹਦੇ ਕੋਲ ਪੂਰੀ ਮਹਾਰਤ ਆ ਪਰ ਉਹਨੂੰ ਟੈਕ ਦਾ ਨੌਲੇਜ ਨਹੀਂ ਹੈਗਾ ਜਿਵੇਂ ਹੁਣ ਅਜੇ ਕਿਸੇ ਨੂੰ ਟੈਕ ਦੀ ਨੌਲੇਜ ਉਹਨੂੰ ਡਾਕਟਰ ਦੇ ਪ੍ਰੋਫੈਸ਼ਨ ਦਾ ਨਹੀਂ ਪਤਾ ਫਿਰ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਵਲਨਰੇਬਲ ਆ ਉਹਨੂੰ ਮਤਲਬ ਡੇਟਾ ਉਹਦਾ ਐਟ ਰਿਸਕ ਹੀ ਆ ਉਹੀ ਆ ਇੱਕ VPN ਸਰਵਿਸਿਸ ਆਉਂਦੀਆਂ ਅਲੱਗ ਅਲੱਗ ਐਪਾਂ ਉਹ ਕਹਿੰਦੇ ਆ ਟਰਸਟਡ ਆ ਮੈਂ ਵੀ ਉੱਦਾਂ ਯੂਜ਼ ਕਰਦਾ ਹਾਂ ਪਰ ਕੀ ਲੱਗਦਾ ਉਹਨਾਂ ਦਾ ਕੀ ਖਿਆਲ ਆ ਵੀ ਕੋਈ ਹੈਗਾ ਉਹਨਾਂ ਦਾ ਫਾਇਦਾ ਮੈਂ ਸਰਫ ਸ਼ਾਰਕ ਕਰਦਾ ਹਾਂ ਯੂਜ਼ ਮੈਂ ਕਿਸੇ ਨੂੰ ਰੈਕਮੈਂਡ ਨਹੀਂ ਕਰਦਾ ਵੀ ਕਰੋ ਪਰ ਮੈਂ ਕਰਦਾ ਜਾਣੀ ਕਿ ਉਹ ਕਹਿੰਦੇ ਆ ਵੀ ਡਾਟਾ ਡੂਟਾ ਤੁਹਾਡਾ ਕਿਤੇ ਜਾਣ ਨਹੀਂ ਦਿੰਦੀ ਹੈ ਨਾ ਪਤਾ ਨਹੀਂ ਕੀ ਆ ਉਹ ਪਹਿਲੇ ਤਾਂ ਉਹਨੂੰ ਚਲਾਉਣ ਲਈ ਕਈ ਵੇਲੇ ਬਰਾਊਜ਼ਰ ਖੋਲੋ ਉਹੀ ਪੁੱਛ ਆਰ ਯੂ ਹਿਊਮਨ ਉਹ ਬੰਦਾ ਤਪ ਜਾਂਦਾ ਯਾਰ ਮੈਂ ਬੰਦਾ ਹੀ ਆ ਹੈ ਨਾ ਮੈਂ ਤਾਂ ਐਪ ਉਹ ਕਰ ਲਿਆ VPN ਮੈਜੋਰਟੀ ਆਫ ਟਾਈਮ ਦੇ ਯੂਜ਼ ਆਉਂਦੀ ਆ ਮੰਨ ਲਓ ਆਪਾਂ ਬੈਠੇ ਹਾਂ ਕੈਨੇਡਾ 'ਚ ਨਾ ਆਪਾਂ ਡੇਟਾ ਐਕਸੈਸ ਕਰਨਾ ਚਾਈਨਾ ਦਾ ਜਾਂ ਕਿਸੇ ਦੀ ਕੋਈ ਚਾਈਨਾ ਦੀ ਵੈਬਸਾਈਟ ਜਾਂ ਫਿਰ ਇੰਡੀਆ ਦੀ ਕੋਈ ਵੈਬਸਾਈਟ ਯੂਜ਼ ਕਰਨੀ ਆ ਉੱਥੇ ਆਉਂਦੀ ਆ VPN ਯੂਜ਼ 'ਚ ਆਉਂਦੀ ਆ VPN ਕੀ ਆ ਕਿ ਉਹਨੇ ਉਸ ਵੈਬਸਾਈਟ ਨੂੰ ਇਹ ਫੀਲ ਕਰਾਉਣਾ ਕਿ ਆਪਾਂ ਉਹ 'ਚ ਆਪਾਂ ਕੰਟਰੀ ਵੀ ਚੂਜ਼ ਕਰ ਸਕਦੇ ਹਾਂ ਦੇਖਿਆ ਹੁੰਦਾ ਹਾਂ ਉਹ ਤੁਹਾਨੂੰ ਇੱਥੋਂ ਲੈ ਕੇ ਜਾਊਗੀ ਇੰਡੀਆ ਦੇ ਸਰਵਰ 'ਤੇ
ਜਿਹੜੀ ਕੋਈ ਤੁਸੀਂ ਵੈਬਸਾਈਟ ਏ ਬੀ ਸੀ ਡੀ ਯੂਜ਼ ਕਰ ਰਹੇ ਹੋ ਉਹ ਵੈਬਸਾਈਟ ਨੂੰ ਇਹ ਫੀਲ ਹੋਣਾ ਕਿ ਤੁਸੀਂ ਇੰਡੀਆ ਦਾ ਯੂਜ਼ਰ ਹੋ ਯੂਜ਼ਰ ਇਹ ਚੀਜ਼ਾਂ ਲੋਕ ਯੂਜ਼ ਕਰਦੇ ਆ ਬਹੁਤ ਜ਼ਿਆਦਾ ਯੂਜ਼ ਕਰਦੇ ਆ ਵੀ ਜਿੱਦਾਂ ਨੈੱਟਫਲਿਕਸ 'ਤੇ ਯੂਜ਼ ਕਰਦੇ ਨੇ ਬਿਲਕੁਲ ਹੈ ਨਾ ਕਿ ਇੰਡੀਆ ਦਾ ਜਿਹੜਾ ਨੈੱਟਫਲਿਕਸ ਦਾ ਵਰਜ਼ਨ ਆ ਉਹ ਸਸਤਾ ਵਾ ਇੱਥੇ ਤਾਂ ਮਹਿੰਗਾ ਵਾ ਉਹ ਕੀ ਕਰਦੇ ਆ ਫੋਨ ਦੇ ਵਿੱਚ ਇੱਕ ਥਰਡ ਪਾਰਟੀ ਵੀ ਪੀ ਐਨ ਡਾਊਨਲੋਡ ਕਰ ਲੈਂਦੇ ਆ ਹਾਲਾਂਕਿ ਅੱਜ ਤਾਂ ਸਾਰੇ ਅੱਜ ਕੱਲ੍ਹ ਸਾਰੇ ਵੀ ਪੀ ਐਨ ਪੇਡ ਹੀ ਨੇ ਪਹਿਲਾਂ ਹੁੰਦਾ ਸੀਗਾ ਵੀ ਪੀ ਐਨ ਫ੍ਰੀ ਹੁੰਦੇ ਸੀਗੇ ਜਦੋਂ ਕੋਈ ਵੀ ਜੀ ਨਵੀਂ ਨਵੀਂ ਜੀਓ ਨੇ ਫ੍ਰੀ ਦਿੱਤਾ ਸੀ ਪਹਿਲਾਂ ਵੀ ਪੀ ਐਨ ਫ੍ਰੀ ਹੁੰਦੇ ਸੀ ਮੈਂ ਵੀ ਯੂਜ਼ ਕੀਤੇ ਆ ਤੇ ਮੈਂ ਉੱਥੋਂ ਕੈਨੇਡਾ ਦੀਆਂ ਸੀਰੀਜ਼ ਦੇਖਦਾ ਹੁੰਦਾ ਸੀ ਬਹਿ ਕੇ ਇੰਡੀਆ ਤੋਂ ਉਹ ਵੀ ਪੀ ਐਨ ਕਰ ਲੈਣਾ ਉਹ 'ਚ ਲੋਕੇਸ਼ਨ ਸਿਲੈਕਟ ਕਰ ਲੈਣੀ ਹੁਣ ਇੰਡੀਆ ਦੀਆਂ ਕਾਫ਼ੀ ਗਵਰਨਮੈਂਟ ਵੈਬਸਾਈਟਸ ਨੇ ਜੇ ਤੁਸੀਂ ਦੇਖੋਗੇ ਪਰਿਵਾਹਨ ਹੋ ਗਿਆ ਜਿੱਦਾਂ ਲਾਇਸੈਂਸ ਦੀ ਕੋਈ ਡਿਟੇਲ ਕੱਢਣੀ ਆ ਗੱਡੀ ਦੀ ਆਰ ਸੀ ਨੰਬਰ ਪਲੇਟ ਦੀ ਡਿਟੇਲ ਕੱਢਣੀ ਆ ਉਹ ਕੰਟਰੀ ਸਪੈਸੀਫਿਕ ਨੇ ਉਸ ਕੰਟਰੀ ਦੇ ਸਰਵਰ ਤੋਂ ਟ੍ਰੈਫਿਕ ਜਾਊਗਾ ਤਾਂ ਹੀ ਉਹਨਾਂ ਨੇ ਅੱਗੇ ਉਹਨੂੰ ਡੇਟਾ ਉਹਦੇ ਨਾਲ ਕਰਨਾ ਵਾ ਅਦਰਵਾਈਜ਼ ਉਹਨਾਂ ਨੇ ਅਦਰ ਕੰਟਰੀ ਦੇ ਸਰਵਰ ਤੋਂ ਡੇਟਾ ਨਹੀਂ ਕਰਨਾ ਫਿਰ ਤੁਸੀਂ ਵੀ ਪੀ ਐਨ ਨਾਲ ਉਹ ਕਰ ਸਕਦੇ ਹੋ ਪਰ ਇਹ ਸੇਫ ਨਹੀਂ ਹੈਗਾ ਕਿਉਂਕਿ ਉਹ ਕਿਹੜਾ ਐਂਡ ਟੂ ਐਂਡ ਇਨਕ੍ਰਿਪਟਿਡ ਆ ਉਹੀ ਚੱਕਰ ਆ ਇਨਕ੍ਰਿਪਟਿਡ ਨਹੀਂ ਹੈਗਾ ਉਹ ਇੱਕ ਵੀ ਪੀ ਐਨ ਆ ਇੱਕ ਉਹ ਤੁਸੀਂ ਵਿੱਚ ਵਿਚੋਲਾ ਪਾ ਲਿਆ ਪਹਿਲਾਂ ਤਾਂ ਤੁਸੀਂ ਏ ਤੇ ਬੀ ਪਰਸਨ ਨੇ ਸਿੱਧੀ ਆਪਸ 'ਚ ਗੱਲ ਕਰਨੀ ਸੀ ਹੁਣ ਤੁਸੀਂ ਏ ਟੂ ਸੀ ਕਰ ਰਹੇ ਹੋ ਪਰ ਬੀ ਵਿੱਚ ਵਿਚੋਲਾ ਵਾ ਤੁਸੀਂ ਏ ਨੂੰ ਬੀ ਨੂੰ ਦੱਸਿਆ ਵੀ ਬੀ ਮੈਂ ਆਹ ਕੰਮ ਕਰਨਾ ਬੀ ਤੋਂ ਸੀ ਨੂੰ ਚਲ ਗਿਆ ਉਹ ਤਾਂ ਸਗੋਂ ਤੁਹਾਡਾ ਡੇਟਾ ਹੋਰ ਵਲਨਰੇਬਲ ਹੋ ਗਿਆ ਹੁਣ ਤਾਂ ਤੁਹਾਡੀ ਵਿੱਚ ਵੀ ਪੀ ਐਨ ਸਰਵਿਸ ਪ੍ਰੋਵਾਈਡਰ ਕੋਲ ਵੀ ਇਨਫੋਰਮੇਸ਼ਨ ਚਲ ਗਈ ਆ ਥਾਲੀ ਜਗ੍ਹਾ ਚਲ ਗਈ ਆ ਮੈਂ ਇਹ ਪੜ੍ਹਦਾ ਸੀ ਤੇ ਸੁਣਦਾ ਸੀ ਮੈਂ ਇਹ ਕੀਤਾ ਸੀਗਾ ਇਹ ਆਪਾਂ ਜੀਓ ਦਾ ਜੀਓ ਹਾਂ ਜੀਓ ਦੇ ਉਹ ਫ੍ਰੀ ਮੈਚ ਮੂਚ ਕਹਿੰਦੇ ਦਿਖਾ ਲੈਣੇ ਆ ਇੰਡੀਆ ਮੈਂ ਉਹ ਮੈਂ ਉਹ ਨਹੀਂ ਹੋਈ ਮੈਂ ਕਿਹਾ ਚੱਲ ਵੀ ਪੀ ਐਨ ਜਿਹੀ ਦਾ ਪੰਗਾ ਲੈ ਲੈਂਦੇ ਆ ਮੈਂ ਉਹ ਲੈ ਲਿਆ ਨਾ ਮੈਚ ਇੰਡੀਆ ਦੇ ਚੱਲਦੇ ਫ੍ਰੀ ਚੱਲਦੇ ਪਰ ਉਹ ਫਿਰ ਮੈਂ ਇੱਕ ਦਿਨ ਚੰਗੀ ਰਿਸਰਚ ਕੀਤੀ ਫਿਰ ਉਹਦੇ ਵਿੱਚ ਵੀ ਮੈਨੂੰ ਇਹੀ ਪਤਾ ਲੱਗਿਆ ਵੀ ਐਕਚੁਅਲ ਦੇ ਵਿੱਚ ਜਿੱਥੇ ਸਾਡੀ ਇਨਫੋਰਮੇਸ਼ਨ ਇੱਕ ਜਗ੍ਹਾ ਵਲਨਰੇਬਲ ਸੀ ਹੈ ਨਾ ਇੱਕ ਜਗ੍ਹਾ ਸਾਡੀ ਚੋਰੀ ਹੋ ਸਕਦੀ ਸੀ ਹੁਣ ਦੂਜੀ ਜਗ੍ਹਾ ਵੀ ਹੋ ਸਕਦੀ ਆ ਹੁਣ ਇਹਦੀ ਐਗਜ਼ਾਮਪਲ ਇੱਕ ਹੈਗੀ ਆ ਮੰਨ ਲਓ ਆਪਾਂ US ਟੂ US ਕੋਈ ਵੀ ਚੀਜ਼ ਮੰਗਾਉਂਦੇ ਆ ਕਿਸੇ ਵੈਬਸਾਈਟ ਤੋਂ ਆਰਡਰ ਕਰਦੇ ਆ ਹੈ ਨਾ ਤੇ ਉਹ ਆਰਡਰ US ਟੂ US ਸ਼ਿਪ ਕਰ ਦੇਣੀ ਉਹਨੇ ਫ੍ਰੀ ਆਫ ਕਾਸਟ ਜਾਂ ਜੋ ਵੀ ਉਹਨਾਂ ਦੀ ਕਾਸਟ ਆ ਨੋਮੀਨਲ ਜੇ ਆਪਾਂ ਉਹਨੂੰ ਕੈਨੇਡਾ 'ਚ ਆਰਡਰ ਕਰਾਂਗੇ ਤਾਂ ਉੱਤੇ ਪੈਣੀ ਕਸਟਮ ਡਿਊਟੀ ਹੈ ਨਾ ਉਹ ਕਸਟਮ ਪੇ ਹੋ ਕੇ ਆਉਣੀ ਆ ਵੀ ਉਹ ਪਹਿਲੀ ਗੱਲ ਕਹੀ ਤਾਂ ਉਹ ਵੈਬਸਾਈਟ ਜਿਹੜੀਆਂ ਉੱਥੇ ਸ਼ੋਪਿੰਗ ਵਾਲੀਆਂ ਉਹ ਪ੍ਰੋਵਾਈਡ ਹੀ ਨਹੀਂ ਕਰਦੀਆਂ ਸਰਵਿਸ ਵਿਦ ਇਨ ਕੰਟਰੀ ਦਿੰਦੀਆਂ ਨੇ ਫਿਰ ਇੱਕ ਇੱਦਾਂ ਦੀਆਂ ਥਰਡ ਪਾਰਟੀ ਕੰਪਨੀਆਂ ਖੁੱਲੀਆਂ ਹੋਈਆਂ ਨੇ ਜਿਹੜੀਆਂ ਕਹਿੰਦੀਆਂ ਅੱਛਾ ਵੀ ਤੁਸੀਂ ਆਰਡਰ ਕਰੋ US ਤੋਂ ਹੀ US ਦਾ ਹੀ ਤੁਹਾਨੂੰ ਐਡਰੈਸ ਪ੍ਰੋਵਾਈਡ ਕਰਾਂਗੇ ਅਸੀਂ ਤੁਸੀਂ ਸਾਡੇ ਐਡਰੈਸ ਤੇ ਵੇਅਰ ਹਾਊਸ 'ਚ ਮੰਗਾਉਣੀ ਆ ਉਹ ਚੀਜ਼ ਸਾਨੂੰ ਆਪਦਾ ਤੁਸੀਂ ਕੈਨੇਡੀਅਨ ਐਡਰੈਸ ਦੱਸ ਦੇਣਾ ਵਾ ਅਸੀਂ $10-20 ਜਿੰਨੀ ਵੀ ਸਾਡੀ ਫੀਸ ਆ ਉਹ ਲੈ ਕੇ ਤੁਹਾਡਾ ਸਮਾਨ ਇੱਥੋਂ ਟਰੱਕ ਭਰ ਕੇ ਉਹ 'ਚ ਤੁਹਾਡਾ ਨਾਲ ਹੀ ਤੁਹਾਡਾ ਲੋਡ ਕਰ ਦੇਣਾ ਸਮਾਨ ਤੇ ਤੁਹਾਡਾ ਅਸੀਂ ਕੈਨੇਡਾ 'ਚ ਕਸਟਮ ਤੋਂ ਬਿਨਾਂ ਕਢਾ ਦਾਂਗੇ ਥਰਡ ਪਾਰਟੀ ਜਿਵੇਂ ਉਹ $100 ਦੀ ਚੀਜ਼ ਆ ਉਹਨਾਂ ਨੇ ਉਹਦੀ ਡਿਕਲੇਅਰ ਕਰ ਦੇਣੀ ਵੈਲਿਊ $10 ਹੁਣ ਇੰਨੀ ਕੁ ਵੈਲਿਊ 'ਤੇ ਤਾਂ ਕਸਟਮ ਲੱਗਣੀ ਨਹੀਂ ਉਹ ਤੁਹਾਡੀ ਬਿਨਾਂ ਕਸਟਮ ਪੇ ਕਰੇ ਤਾਂ ਉਹ ਚੀਜ਼ ਆ ਜਾਣੀ ਹੁਣ ਵਿੱਚ ਵਿਚੋਲਾ ਪਾ ਲਿਆ ਤੁਸੀਂ ਚੀਜ਼ ਪ੍ਰੋਵਾਈਡ ਕਰਨ ਨੂੰ ਇਨਫੋਰਮੇਸ਼ਨ ਰੋਂਗ ਕਰਕੇ ਵੀ ਉੱਥੋਂ ਇਨਫੋਰਮੇਸ਼ਨ ਸਹੀ ਆਈ ਉਦੋਂ ਬਾਅਦ ਰੋਂਗ ਇਨਫੋਰਮੇਸ਼ਨ ਤੁਹਾਡੇ ਤੱਕ ਪ੍ਰੋਡਕਟ ਡਿਲੀਵਰ ਹੋ ਗਿਆ ਸੇਮ ਚੀਜ਼ ਵੀ ਪੀ ਐਨ ਵਿੱਚ ਤੁਸੀਂ ਇੰਡੀਆ ਦਾ ਉਹ ਏਜੰਟ ਪਾ ਲਿਆ ਨਾ ਉਹ ਇੰਡੀਆ ਦੇ ਮੈਚ ਤੁਹਾਨੂੰ ਦਿਖਾ ਰਿਹਾ ਇੰਡੀਆ ਦੇ ਉਹ ਬਣ ਕੇ ਪਰ ਤੁਸੀਂ ਉਹ ਤੋਂ ਮਤਲਬ ਉਹ ਕਰ ਰਹੇ ਹੋ ਇੱਧਰ ਲੈ ਰਹੇ ਹੋ ਡੇਟਾ ਕੈਨੇਡਾ ਦੇ ਵਿੱਚ ਉਹ ਜਾਣੀ ਕਿ ਮੈਂ ਜਾਣੀ ਕਿ ਸਮਰਾਈਜ਼ ਇਹੀ ਕੀਤਾ ਸੀ ਵੀ ਪੀ ਐਨ ਦਾ ਵੀ ਜੇ ਤੁਸੀਂ ਵੈਬਸਾਈਟਾਂ ਚਲਾਉਣੀਆਂ ਹੈ ਨਾ ਆਪਣਾ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਟਰੈਕ ਕਰ ਰਿਹਾ ਗਵਰਨਮੈਂਟ ਟਰੈਕ ਕਰ ਰਹੀ ਹੈ ਵੀ ਕਿੱਥੋਂ ਆ ਤੁਸੀਂ ਆਪਣਾ ਆਈ ਪੀ ਐਡਰੈਸ ਪੁੱਠਾ ਸਿੱਧਾ ਪਾ ਕੇ ਉਹ ਕਰ ਲਓ ਊਂ ਤਾਂ ਤੁਹਾਡਾ ਡਾਟਾ ਉੱਦਾਂ ਵੀ ਵਲਨਰੇਬਲ ਹੈਗਾ ਆ ਉਹ ਕਿਤੇ ਕੋਈ ਬੜਾ ਸੇਫ ਨਹੀਂ ਹੈਗਾ ਬਿਲਕੁਲ ਯਾਰ ਜੇ ਤੁਹਾਨੂੰ ਐਪ ਬਣਾ ਕੇ ਦੇਤੀ ਹੈ ਕਿ ਆਹ ਚਲਾਓ ਲਓ ਨਹੀਂ ਯਾਰ ਇੰਸਟਾਗ੍ਰਾਮ ਚਲਾਓ ਫੇਸਬੁੱਕ ਚਲਾਓ ਜਿਹਨੀ ਬਣਾ ਕੇ ਦੇਤੀ ਹੈ ਤੁਹਾਨੂੰ ਯਾਰ ਕੀ ਉਹ ਹੈ ਨਾ ਫ੍ਰੀ ਫ੍ਰੀ ਚਲਾਉਂਦੇ ਤੁਸੀਂ ਕੀ ਉਹ ਤੁਹਾਡਾ ਉਹ ਜਿਹਨੀ ਚੀਜ਼ ਬਣਾਈ ਆ ਤੁਹਾਡਾ ਡਾਟਾ ਨਹੀਂ ਉਹ ਰੱਖ ਸਕਦੇ ਕੋਲ ਆਪਣੇ ਹੈ ਨਾ ਇੱਕ ਆਪਣੇ ਆਈਫੋਨ ਦੇ ਵਿੱਚ iOS ਦੀ ਆਪਸ਼ਨ ਹੈਗੀ ਆ ਜਦੋਂ ਆਪਾਂ ਵਾਈਫਾਈ ਦੇ ਆਪਾਂ ਸੈਟਿੰਗਸ 'ਚ ਜਾਂਦੇ ਆ ਨਾ ਉੱਥੇ ਹੈਗੀ ਆ ਕੁਛ ਇੱਦਾਂ ਕਰਕੇ ਰੈਂਡਮ ਆਈ ਪੀਜ਼ ਉਹ ਯੂਜ਼ ਕਰਦੀ ਆ ਆਈਫੋਨ ਹੈ ਨਾ IP addresses change ਕਰਦਾ ਰਹਿੰਦਾ ਆਪਦੇ ਹਾਂ ਰੈਂਡਮ IP addresses change ਕਰਦਾ ਰਹਿੰਦਾ ਵੀ ਤੁਹਾਡਾ ਅਸਲੀ IP address ਨਾ ਜਾਵੇ ਕਿਤੇ ਚੇਂਜ ਕਰਦਾ ਰਹੂਗਾ ਜਦੋਂ ਉਹਨੇ ਕੋਈ ਵੀ ਐਕਸੈਸ ਕਰਨੇ ਨੈਟਵਰਕ ਤੋਂ ਇੱਕ IP ਫਿਰ ਦੂਜਾ IP ਤੀਜਾ IP ਏਦਾਂ ਐਵੇਂ ਉਹ ਚ ਉਹਦਾ ਵੀ ਹੈਗਾ ਵਾ ਆਪਣਾ ਈਮੇਲ ਆਈਡੀ ਲਈ ਹਾਈਡ ਮਾਈ ਈਮੇਲ ਜੇ ਤੁਸੀਂ ਉਹ ਸਰਵਿਸ ਲਓਗੇ ਨਾ ਆਈਕਲਾਉਡ ਪੇਡ $2 ਉਹਦੀ ਕੋਸਟ ਆ ਪਰ ਮੰਥ ਜੇ ਤੁਸੀਂ ਉਹ ਸਰਵਿਸ ਲਓਗੇ ਜਦੋਂ ਆਪਾਂ ਥਰਡ ਪਾਰਟੀ ਵੈਬਸਾਈਟ ਤੇ ਜਾਂਦੇ ਹਾਂ ਆਪਾਂ ਨੂੰ ਈਮੇਲ ਆਈਡੀ ਮੰਗਦੇ ਨਾ ਜੇ ਆਪਾਂ ਉਹਦੇ ਆਪਦੀ ਅਸਲੀ ਆਈਡੀ ਦੇ ਦਿੰਦੇ ਹਾਂ ਉਹ ਜਾਂਦਾ ਜ਼ਿਆਦਾ ਹੋ ਜਾਂਦਾ ਆਪਾਂ ਨੂੰ ਫਿਰ ਐਡਸ ਬਹੁਤ ਆਉਣ ਲੱਗ ਜਾਂਦੀਆਂ ਜਾਂ ਹੋਰ ਕੁਝ ਉੱਥੇ ਇੱਕ ਆਪਸ਼ਨ ਹੁੰਦੀ ਆ ਹਾਈਡ ਮਾਈ ਈਮੇਲ ਹਾਈਡ ਮਾਈ ਈਮੇਲ ਤੇ ਆਪਾਂ ਕਲਿੱਕ ਕਰਾਂਗੇ ਤੇ ਉਹਨੇ ਨਾ ਆਈਕਲਾਊਡ ਨੇ ਇੱਕ ਉੱਦਾਂ ਹੀ ਡੰਮੀ ਈਮੇਲ ਆਈਡੀ ਕ੍ਰੀਏਟ ਕਰਕੇ ਦੇ ਦੇਣੀ ਆ ਉੱਥੇ
ਮਤਲਬ ਏ ਬੀ ਸੀ ਡੀ 1 2 3 4 5 6 7 ਜੋ ਵੀ ਬਣਾ ਕੇ ਉਹਤੇ ਐਟ ਦਾ ਰੇਟ icloud.com ਹੈ ਨਾ ਬਣਾ ਕੇ ਦੇਤੀ ਉਹਨੂੰ, ਪਰ ਉਹ ਆਊਗੀ ਤੁਹਾਡੇ ਕੋਲ ਈਮੇਲ ਤੁਹਾਡੀ ਅਸਲੀ ਈਮੇਲ ਆਈ ਡੀ ਦੇ, ਉਹਦੇ ਕੋਲ ਉੱਧਰ ਕੰਪਨੀ ਕੋਲ ਨਹੀਂ ਤੁਹਾਡੀ ਈਮੇਲ ਆਈ ਡੀ ਗਈ, ਪਰ ਉਹ ਰੀਡਾਇਰੈਕਟ ਹੋ ਕੇ ਆਊਗੀ ਉਸ ਡੰਮੀ ਈਮੇਲ ਤੋਂ ਤੁਹਾਡੀ ਈਮੇਲ ਤੇ ਆਜੂਗੀ, ਪਰ ਤੁਸੀਂ ਕਿਸੇ ਵੀ ਟਾਈਮ ਉਹਨੂੰ ਬੰਦ ਕਰ ਸਕਦੇ ਹੋ ਵੀ ਹੁਣ ਮੈਂ ਨਹੀਂ ਇਹ ਈਮੇਲ ਆਈ ਡੀ ਤੋਂ ਲੈਣੀਆਂ ਚਾਹੁੰਦਾ ਈਮੇਲ। ਚਲੋ ਹੁਣ ਆਪਾਂ ਮੈਂ ਕਹਿੰਦਾ ਕ੍ਰੈਡਿਟ ਕਾਰਡ ਥੈਫਟ ਤੇ ਆਈਏ, ਹੈ ਨਾ ਉਹ ਵੀ ਬਹੁਤ ਹੋ ਰਿਹਾ ਅੱਜ ਕੱਲ੍ਹ, ਹੈ ਨਾ ਕਿੰਨੇ ਕਿੰਨੇ ਤਰ੍ਹਾਂ ਦੇ ਹੋ ਰਿਹਾ, ਕੀ ਹਿਸਾਬ ਦਾ ਹੋ ਰਿਹਾ, ਇੱਧਰ ਆਪਾਂ ਡੂੰਘੇ ਜ਼ਿਆਦਾ ਚੱਲ ਗਏ, ਇਨਫੋਰਮੇਸ਼ਨ ਹੈ ਹੀ ਬਹੁਤ ਲਵਲੀ ਹੈ, ਮੈਨੂੰ ਲੱਗਦਾ ਵੀ 2-4% ਵੀ ਆਪਾਂ ਕਵਰ ਕੀਤੀ ਨਹੀਂ ਹੋਣੀ। ਨਹੀਂ ਨਹੀਂ ਉਹੀ ਤਾਂ ਗੱਲ ਹੈ, ਹੁਣ ਇਹ ਉਹਦਾ ਟੋਪਿਕ ਅਲੱਗ ਵੀ ਹੋ ਸਕਦਾ ਸੀ, ਪਰ ਮੈਨੂੰ ਇਹ ਸੀ ਥੋੜ੍ਹੇ ਆਪਣੇ ਹੈ ਨਾ ਇੰਟਰਕਨੈਕਟਡ ਹੋਣ ਜਿੰਨਾ ਵੀ ਆ, ਹੈ ਨਾ। ਹਾਂਜੀ ਹਾਂਜੀ, ਅਤੇ ਹੁਣ ਕ੍ਰੈਡਿਟ ਕਾਰਡਾਂ ਦੀ ਗੱਲ ਕਰੀਏ ਵੀ ਕੀ ਕੁਛ ਚੱਲ ਰਿਹਾ, ਹੈ ਨਾ। ਤੇ ਮੈਂ ਦੇਖ ਰਿਹਾ ਸੀ ਕ੍ਰੈਡਿਟ ਕਾਰਡ ਤਾਂ ਉਹੀ ਹੈਕ ਕਰਨ ਦੇ 2-3 ਤਰੀਕੇ ਹੀ ਆ, ਇੱਕ ਤਾਂ ਫਿਸ਼ਿੰਗ ਕਰਦੇ ਆ, ਹਨਾ, ਤੁਹਾਨੂੰ ਟੈਕਸਟ ਭੇਜ ਕੇ, ਇੱਕ ਹੋ ਗਿਆ ਮਾਲਵੇਅਰ ਜਿਹੜਾ ਕੀਤਾ ਸੀ, ਹੈ ਨਾ, ਇੱਕ ਹੋ ਗਿਆ ਜਿਹੜਾ ਸਰਵਰ ਹੈਕ ਕਰ ਲੈਣ ਜਾਂ ਟੱਚ ਜਿਹੜੇ ਆਪਣੇ ਹੁੰਦੇ ਆ ਸਕੈਨ ਕਰੀਦਾ ਆ। ਹਾਂ, ਉਹੀ ਜਿਹੜਾ ਆਪਾਂ ਮੇਰੇ ਨਾਲ ਹੋਇਆ ਜੀ ਖੁਦ ਵੀ, ਗੱਡੀ ਦੇ ਵਿੱਚ 3 ਸਾਲ ਪਹਿਲਾਂ ਦੀ ਗੱਲ ਆ, ਮੇਰਾ ਵਾਲਟ ਗੱਡੀ ਦੇ ਵਿੱਚ ਰਹਿ ਗਿਆ ਸੀ, ਤੇ ਉਹ ਤੋਂ ਬਾਅਦ ਟਰੰਟੀ ਸੀਗਾ ਇੱਥੇ, ਤੇ ਉਹ ਤੋਂ ਬਾਅਦ 3-4 ਦਿਨਾਂ ਬਾਅਦ ਮੈਂ ਆਪਣਾ ਅਕਾਊਂਟ ਚੈੱਕ ਕੀਤਾ, ਉਹ 'ਚ $74 ਨਿਕਲੇ ਹੋ ਸੀ, ਨਾਲ ਲਿਖਿਆ ਸੀ ਡੋਰ ਡੈਸ਼, ਪਰ ਮੈਂ ਡੋਰ ਡੈਸ਼ ਯੂਜ ਨਹੀਂ ਕਰਦਾ ਸੀ, ਤੇ ਨਾ ਮੈਂ ਕੋਈ ਉਹਨਾਂ ਤੋਂ ਉੱਦਾਂ ਕਦੇ ਕੁਛ ਲਿਆ ਹੀ ਸੀਗਾ, ਹੈ ਨਾ, ਨਾ ਹੀ ਮੇਰੇ ਫੋਨ 'ਚ ਐਪ ਸੀਗੀ। ਤੇ ਮੈਂ ਇਹ ਮੈਨੂੰ ਪਤਾ ਕਿੱਦਾਂ ਲੱਗਾ, ਉਹਨਾਂ ਨੂੰ ਕਾਲ ਕਰਕੇ ਕਿ ਤੁਹਾਡਾ ਆਹ ਵਾਲਾ ਕਾਰਡ ਡੈਬਿਟ ਯੂਜ ਹੋਇਆ ਆ ਤੇ ਇਸ ਦਿਨ ਨੂੰ ਯੂਜ ਹੋਇਆ, ਤੁਸੀਂ ਪੇ ਕੀਤਾ, ਮੈਂ ਕਿਹਾ ਮੈਂ ਤਾਂ ਕੀਤਾ ਹੀ ਨਹੀਂ ਹੈਗਾ, ਵੀ ਉਹ ਦੇਖ ਲਾ ਮੇਰੀ ਗੱਡੀ 'ਚ ਪਿਆ ਉਹ ਟਰੈਕ ਉਹ ਰੀਡ ਕਰ ਲਿਆ ਉਹਨੇ ਪੇ ਇਹਨਾਂ ਸਿਸਟਮ 'ਤੇ। ਹਾਂ, ਉਹ ਕਹਿੰਦੇ ਆ ਟੱਚ ਪੇਮੈਂਟ ਇੰਟਰਸੈਪਟਰ, ਹੈ ਨਾ, ਉਹ ਬੇਸਿਕਲੀ ਜਿਵੇਂ ਆਪਣਾ ਟੈਪ ਕਰ ਦੇਈਦਾ ਆਪਾਂ, ਹੈ ਨਾ, ਤੁਸੀਂ ਵੀ ਦੱਸਿਆ ਸੀ ਪਹਿਲੇ, ਹੈ ਨਾ, ਵੀ ਉਹ ਕੋਡ ਹੁੰਦਾ ਆ, ਹੈ ਨਾ, ਉਹ ਬੇਸਿਕਲੀ ਹੁਣ ਕੀ ਹੋਣ ਲੱਗ ਪਿਆ, ਕਈ ਕਨਵੀਨੀਅੰਸ ਸਟੋਰਾਂ 'ਤੇ ਜਾਂ ਜਿਹੜੇ ਉੱਦਾਂ ਕਦੇ ਹੈਗੇ ਆ ਸਕੈਮ ਸਕੂਮ ਕਰਨ ਵਾਲੇ, ਹੈ ਨਾ, ਉਹ ਆਪਣੀ ਜਿਹੜੀਆਂ ਮਸ਼ੀਨਾਂ ਹੁੰਦੀਆਂ ਆ ਉਹਨਾਂ ਦੇ ਉੱਤੇ ਉਹ ਚਾੜ ਦਿੰਦੇ ਆ, ਕਵਰ ਜਿਹਾ ਚੜ ਜਾਂਦਾ ਆ, ਠੀਕ ਹੈ, ਜਦੋਂ ਟੱਚ ਕਰਦੇ ਤੁਹਾਡੀ ਪੇਮੈਂਟ ਗੋ ਥਰੂ ਹੋ ਜਾਂਦੀ ਆ, ਪਰ ਤੁਹਾਡੇ ਫ੍ਰੀ ਜਿਹੜਾ ਕਾਰਡ ਦਾ ਉਹ ਕੋਡ ਹੁੰਦਾ, ਫ੍ਰੀਕੁਐਂਸੀ ਹੁੰਦੀ ਆ, ਉਹ ਕਾਪੀ ਹੋ ਜਾਂਦੀ ਆ। ਓਕੇ, ਇਹਨੂੰ ਕਹਿੰਦੇ ਆ NFC, ਨੀਅਰ ਫੀਲਡ ਕਮਿਊਨੀਕੇਸ਼ਨ। ਹਾਂ ਹਾਂ ਹਾਂ, ਇਹ ਹੁੰਦੀ ਆ ਵੀ ਮਤਲਬ ਜਿੱਦਾਂ ਆਪਾਂ ਜਦੋਂ ਕਦੇ ਟੈਪ ਵੀ ਕਰਦੇ ਹਾਂ ਨਾ ਕਾਰਡ, ਕਦੇ ਦੇਖਿਓ ਮਸ਼ੀਨ ਦੇ ਇੱਕ ਸਪੈਸੀਫਿਕ ਏਰੀਏ 'ਤੇ ਟੈਪ ਕਰਾਂਗੇ ਤਾਂ ਹੀ ਪੇਮੈਂਟ ਹੋਊਗੀ, ਉੱਪਰ ਥੱਲੇ ਕਰਦੀ ਤਾਂ ਉਹ ਕਹੀ ਜਾਂਦਾ ਵੀ ਕਰੋ ਟੈਪ ਕਰੋ, ਹਲੇ ਹੋਇਆ ਨਹੀਂ ਟੈਪ, ਹੈ ਨਾ, ਅਤੇ ਉਹ ਸਿਰਫ ਮਤਲਬ ਵਿਦਇਨ ਇੰਚ ਔਰ ਮਤਲਬ ਹਾਫ ਐਨ ਇੰਚ, ਹੈ ਨਾ, ਇੰਨੀ ਕੁ ਏਰੀਏ ਦੇ ਵਿੱਚ ਉਹ ਜਾਵੇ ਤਾਂ ਪੇਮੈਂਟ ਹੋਣੀ ਆ, ਨੀਅਰ ਫੀਲਡ ਕਮਿਊਨੀਕੇਸ਼ਨ, ਹੈ ਨਾ। ਅਤੇ ਉਹ ਕੀ ਆ, ਉਹਨਾਂ ਕੋਲ ਹੈਕਰਸ ਕੋਲ ਕੀ ਆ, ਉਹਨਾਂ ਕੋਲ ਡਿਵਾਈਸਿਸ ਨੇ ਜਿਹੜੀਆਂ ਉਹ ਜਿਹੜਾ ਰੇਡੀ ਉਹਦਾ ਹੈਗਾ ਨਾ ਏਰੀਆ, ਉਹ 1 ਮੀਟਰ ਤੱਕ ਤੁਹਾਨੂੰ ਵਧਾ ਲੈਂਦੇ, ਲੈ ਲੈਂਦੇ ਆ ਉਹ ਪੇਮੈਂਟ, 1 ਮੀਟਰ ਤੱਕ ਦਾ ਏਰੀਆ ਬਣਾ ਲੈਂਦੇ ਆ ਉਹਨੂੰ, ਜਿਹੜਾ ਸੈਂਟੀਮੀਟਰ ਦਾ ਹੋਣਾ ਚਾਹੀਦਾ ਕੁਛ, ਉਹ ਡਿਵਾਈਸਿਸ ਲੈ ਕੇ ਉਹ ਕਰਾਊਡ ਏਰੀਏ ਦੇ ਵਿੱਚ ਘੁੰਮਦੇ ਰਹਿੰਦੇ ਆ, ਜਿਹਦੇ ਜਿਹਦੇ ਆ ਗਏ, ਮੰਨ ਲਓ ਤੁਹਾਡੇ ਕੋਲ ਦੀ ਲੰਘੇ, ਹੈ ਨਾ, ਇੱਦਾਂ ਤੁਸੀਂ ਆ ਰਹੇ ਹੋ, ਉਦੋਂ ਉਹ ਆ ਰਿਹਾ ਨਾ ਬੰਦਾ, ਇੱਦਾਂ ਤੁਸੀਂ ਪਾਸ ਆਨ ਹੋਏ ਅਤੇ ਉਹਨੇ ਤੁਹਾਡਾ ਡੇਟਾ ਲੈ ਲਿਆ, ਹੁਣ ਤੁਹਾਡੀ ਆਰ ਐਫ ਆਈ ਡੀ ਚਲੇ ਗਈ NFC ਦਾ ਜਿਹੜੇ ਡਿਟੇਲ ਸੀਗੀ, ਹੁਣ ਉਹ ਕਿਤੇ ਵੀ NFC 'ਤੇ ਜਾ ਕੇ ਪੇਮੈਂਟ ਕਰ ਸਕਦਾ। ਇੱਕ ਹੋਰ ਵੀ ਹੈ ਨਾ ਚੱਲੇ, ਜਿੱਦਾਂ ਆਪਾਂ ਵਾਲਟ ਆ ਜਿਹੜਾ ਆਪਾਂ ਪਿਛਲੀ ਜੇਬ 'ਚ ਪਾਉਂਦੇ ਹਾਂ ਨਾ, ਜਿਹੜੀ ਜਿੱਦਾਂ ਤੁਸੀਂ ਮਸ਼ੀਨ ਦੀ ਗੱਲ ਕਰਦੇ ਹੋ, ਕਈ ਬੰਦੇ ਮਸ਼ੀਨ ਹੱਥ 'ਚ ਲੈ ਕੇ ਵੀ ਘੁੰਮਦੇ ਆ, ਵੀ ਤੁਰੇ ਜਾਂਦੇ ਤੁਹਾਡੀ ਜੇਬ ਦੇ ਨਾਲ ਟੈਪ ਹੋ ਜਾਂਦੇ, ਉਹ ਲੈਵਲ ਦੇ ਚੋਰ ਨੇ, ਉਹ ਵੀ ਚੱਲਦਾ ਮਸ਼ੀਨ, ਉਹ ਹੋ ਸਕਦਾ ਧਿਆਨ ਰੱਖਿਆ ਕਰੀਏ ਮਸ਼ੀਨ ਦਾ, ਨਹੀਂ ਨਹੀਂ ਇਹ ਹੁੰਦਾ ਆ, ਤੈਨੂੰ ਪਤਾ ਹੋ ਰਿਹਾ ਇਹ ਪਿੱਛੇ ਜੇ ਚੋਰ ਮਿਲਣਗੇ ਇੰਡੀਆ ਰੇਲਵੇ ਸਟੇਸ਼ਨ ਤੇ, ਉਹ ਬਸ $50 ਜਾਂ $100 ਫੇ ਉਹ ਤੁਹਾਡੇ ਉਹ ਜਿਹੜਾ ਵੀ ਕਾਰਡ ਹੁੰਦਾ ਉਹ ਚੱਲ ਜਾਂਦਾ। ਇਹਦੇ ਤੋਂ ਬਚਣ ਦੇ 2 ਤਰੀਕੇ ਹੈਗੇ ਨੇ, ਇਹਦੇ ਤੋਂ ਪਹਿਲਾ ਜਿਹੜਾ ਸਭ ਤੋਂ ਸੇਫੈਸਟ ਮੈਥਡ ਹੈਗਾ ਵਾ ਉਹ ਤਾਂ ਹੈਗਾ ਵਾ ਵੀ ਤੁਸੀਂ ਆਪਦੇ ਕਾਰਡ ਨੂੰ RFID ਬਲੋਕਰ ਵਾਲਟ ਦੇ ਵਿੱਚ ਰੱਖੋ। ਅੱਜ ਕੱਲ ਮਾਰਕੀਟ ਦੇ ਵਿੱਚ ਐਵੇਂ ਨਹੀਂ ਵੀ ਦੇਸੀ ਕਿਸੇ ਦੁਕਾਨ ਤੋਂ ਜਾ ਕੇ ਲੈ ਲਓ, ਉਹਦੇ ਲਿਖਿਆ ਹੋਵੇ RFID ਬਲੋਕਰ, ਉਹਦੇ ਵਿੱਚ ਕੱਪੜਾ ਜਿਹਾ ਲੱਗਾ ਹੁੰਦਾ ਨਾ ਸਪੈਸ਼ਲ ਕੁਛ ਇਦਾਂ ਹੀ ਹੁੰਦਾ। ਹਾਂ, ਉਹਦੇ 'ਚ ਇੱਕ ਮੈਟਲ ਦੀ ਸ਼ੀਟ ਜੀ ਲਾ ਦਿੰਦੇ ਅੰਦਰਲੇ ਪਾਸੇ, ਜਿੱਦਾਂ ਲੈਦਰ ਦਾ ਵਾਲਟ ਆ, ਅੰਦਰ ਇੱਧਰ ਲੈਦਰ ਆ ਇੱਧਰ ਕੱਪੜਾ ਵਾ, ਵਿਚਾਲੇ ਉਹਨਾਂ ਨੇ ਮੈਟਲ ਜਿਹੜੀ ਸ਼ੀਟ ਹਲਕੀ ਜਿਹੀ ਕੋਈ ਵਾਲਟ ਪੇਪਰ ਵਰਗੀ ਜਾਂ ਕੁਛ ਵੀ ਉਹ ਹੁੰਦਾ ਵਾ RFID ਬਲੋਕਰ ਨਾ, ਉਹ ਪਾ ਦੇਣਾ, ਉਹ ਫਿਰ ਉਹ ਚਾਹੇ ਮੀਟਰ ਤਾਂ ਆ ਜਾਣ ਚਾਹੇ ਤੁਹਾਡੀ ਮਸ਼ੀਨ ਨਾਲ ਨਹੀਂ ਚੱਲਣਾ। ਨਹੀਂ, ਵਧੀਆ ਗੱਲ ਆ, ਚਾਹੀਦਾ ਆ, ਉਹ ਮਿਲ ਜਾਂਦੇ ਆ RFID ਬਲੋਕਰ, ਕਾਰਡਾਂ ਦੇ ਕਵਰ ਵੀ ਆ ਗਏ ਅੱਜ ਕੱਲ੍ਹ, ਮੰਨ ਲਓ ਤੁਸੀਂ ਵਾਲਟ ਨੀ ਤੁਸੀਂ ਚੇਂਜ ਕਰਨਾ ਚਾਹੁੰਦੇ ਆਪਦਾ, ਹੈ ਨਾ, ਤੇ ਤੁਸੀਂ ਉਹ ਕਾਰਡ ਨੂੰ ਕਵਰ ਦੇ ਵਿੱਚ ਪਾ ਦਿਓ। ਓਕੇ, ਹੁਣ ਤੁਹਾਡਾ ਹੋ ਗਿਆ, ਹੁਣ ਤੁਸੀਂ ਚਾਹੇ ਮਸ਼ੀਨ ਤੇ ਆ ਕੇ ਟੈਪ ਕਰੀਏ, ਉਹ ਨਹੀਂ ਟੈਪ ਹੋਣਾ। ਤੁਹਾਡੇ ਕੋਲ ਫਾਸਟ ਕਾਰਡ ਹੈਗਾ ਹੈ ਨਾ? ਨਹੀਂ, ਫਾਸਟ ਕਾਰਡ ਉਹਦੇ ਵਿੱਚ ਪਾ ਕੇ ਉਹਨੇ ਸਲੀਵ ਚ ਦਿੱਤਾ, ਉਹਦੇ ਵਿੱਚ ਪਾ ਕੇ ਦਿੱਤਾ। ਨਹੀਂ, ਮੇਰਾ ਉਹ ਹੋਇਆ ਨਹੀਂ ਹਲੇ,
ਨਹੀਂ ਪੁਰਾਣਾ ਪੁਰਾਣੇ ਦੇ ਨਾਲ ਸਾਨੂੰ ਸਲੀਵ ਜੀ ਮਿਲੀ ਸੀ ਹਾਂ ਪਿਓ ਮਸੂਰ ਉਹ ਤਾਂ ਕੰਮ ਨਹੀਂ ਕੀਤੀ ਸੀ ਯਾਰ ਠੀਕ ਆ ਉਹ ਫ੍ਰੀ ਚ ਦਿੱਤੀ ਸੀ ਹੁਣ ਅੱਜ ਕੱਲ ਆਪਣੇ ਕੋਲ ਕਾਰਡ ਹੀ ਇੰਨੇ ਹੁੰਦੇ ਆ ਹਾਂ ਉਹ ਮੈਂ ਕਿੰਨੇ ਕ ਪਾ ਲੂੰਗਾ ਉਹ ਚ ਵੀ ਸੋ ਬੈਟਰ ਆ ਕਿ ਤੁਸੀਂ ਵਾਲਟ ਹੀ ਵਧੀਆ ਵਾਲਟ ਵਧੀਆ ਆ ਆਰ ਐਫ ਆਈ ਡੀ ਬਲੌਕਰ ਵਾਲਟ ਲੈ ਲਓ ਉਹਦੇ ਚ ਕਾਰਡ ਪਾਓ ਓਹਦੀ ਲਿਮਿਟ ਘੱਟ ਰੱਖੋ ਆਪਣੇ ਇੱਥੇ ਨੀ ਹੈਗਾ ਇਹ ਆਪਸ਼ਨ ਹੈ ਨਾ ਇੰਡੀਆ ਚ ਜਿੰਨੇ ਵੀ ਕ੍ਰੈਡਿਟ ਕਾਰਡਸ ਨੇ ਮੈਜੋਰਿਟੀ ਮੈਂ ਜਿੰਨੇ ਯੂਜ਼ ਕੀਤੇ ਨੇ ਆਈ ਆਈ ਸੀ ਆਈ ਹੋ ਗਿਆ ਐਚ ਡੀ ਐਫ ਸੀ ਹੋ ਗਿਆ ਐਸ ਬੀ ਆਈ ਹੋ ਗਿਆ ਸਾਰੇ ਇਹ ਸਰਵਿਸ ਪ੍ਰੋਵਾਈਡ ਕਰਦੇ ਆ ਤੁਸੀਂ ਜਾ ਕੇ ਟ੍ਰਾਂਜੈਕਸ਼ਨ ਦੀ ਟਾਈਪ ਦੇ ਉੱਤੇ ਲਿਮਿਟ ਲਾ ਸਕਦੇ ਹੋ ਵੀ ਇਹ ਤੋਂ ਵੱਧ ਨਾ ਮੰਨ ਲਓ ਜਿਹੜਾ ਮੇਰਾ ਟੈਪ ਆ ਉਹ 1000 ਰੁਪਏ ਤੱਕ ਹੋਵੇ ਜਿਹੜਾ ਟੈਪ ਵਰਕ ਕਰਦਾ ਆਰ ਐਫ ਆਈ ਡੀ ਐਨ ਐਫ ਸੀ ਐਨ ਐਫ ਸੀ 1000 ਰੁਪਏ ਤੱਕ ਜਾਂ 10,000 ਜਿੰਨੀ ਵੀ ਤੁਹਾਡੀ ਯੂਜੇਜ ਹੋ ਸਕਦੀ ਆ ਇੰਨੀ ਅਮਾਊਂਟ ਤੱਕ ਹੋਵੇ ਅਤੇ ਜਿਹੜੀ ਪਰ ਡੇ ਦੀ ਉਹ ਕੋਸਟ ਉਹ ਹੈਗੀ ਆ ਟ੍ਰਾਂਜੈਕਸ਼ਨ ਲਿਮਿਟ ਹੈ ਨਾ ਅਤੇ ਜਿਹੜਾ ਮੇਰਾ ਜਦੋਂ ਮੈਂ ਇਨਸਰਟ ਕਰਕੇ ਕੋਡ ਪਾਉਣਾ ਵਾ ਉਹ 50,000 ਜਾਂ ਲੱਖ ਤੱਕ ਹੋਵੇ ਇੱਕ ਦਿਨ ਦੀ ਲਿਮਿਟ ਇੱਦਾਂ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਦੀ ਲਿਮਿਟ ਇੰਨੀ ਹੋਵੇ ਜੇ ਮੈਂ ਕੋਈ ਇੰਟਰਨੈਸ਼ਨਲੀ ਬਾਏ ਕਰਦਾ ਕਿਸੇ ਵੈਬਸਾਈਟ ਤੋਂ ਨੈਸ਼ਨਲ ਵੈਬਸਾਈਟ ਤੋਂ ਬਾਏ ਕਰਨ ਦੀ ਲਿਮਿਟ ਇੰਨੀ ਹੋਵੇ ਇੰਟਰਨੈਸ਼ਨਲ ਪੀ ਓ ਐਸ ਪੁਆਇੰਟ ਆਫ ਸੇਲ ਦੇ ਉੱਤੇ ਜਦੋਂ ਕਾਰਡ ਟੈਪ ਕਰਦੇ ਹਾਂ ਇਨਸਰਟ ਕਰਦੇ ਉਹਦੀ ਇੰਨੀ ਨੈਸ਼ਨਲ ਉਹ ਹਰ ਆਪਾਂ ਅਲੱਗ ਅਲੱਗ ਚੀਜ਼ 'ਤੇ ਅਲੱਗ ਅਲੱਗ ਲਿਮਿਟ ਲਾ ਸਕਦੇ ਹਾਂ ਕਿੰਨਾ ਸੇਫ ਆ ਉਹ ਮੰਨ ਲਓ ਤੁਸੀਂ 1,000 ਰੁਪਏ ਦਾ ਹੀ ਲਾਇਆ ਟੈਪ ਮੰਨ ਲਓ ਤੁਹਾਡੇ ਕੋਲ ਆਰ ਐਫ ਆਈ ਡੀ ਬਲੋਕਰ ਬਲੂਕਰ ਕੁਛ ਨਹੀਂ ਹੈਗਾ ਤੁਹਾਡੇ ਕੋਲ ਦੇਸੀ ਜਿਹਾ ਵਾਲਟ ਆ ਅਤੇ ਉਹ ਉਹਨਾਂ ਦਾ ਟੈਪ ਹੋ ਗਿਆ ਹੁਣ ਉਹ ਜਿਹੜਾ ਉਹ ਹੈਗਾ ਵਾ ਚੋਰ ਉਹ ਤੁਹਾਡਾ 1,000 ਹੀ ਕਿਹੜਾ 1,000 ਹੀ ਬਾਕੀ ਵੱਜ ਗਿਆ ਆ ਬਾਕੀ ਵੱਜ ਗਏ ਆ ਤੁਹਾਨੂੰ ਲੱਗ ਗਿਆ ਪਤਾ ਮੈਸੇਜ ਆ ਜਾਣਾ ਵੀ 1,000 ਹੋ ਗਿਆ ਤੁਸੀਂ ਜਦੇ ਹੀ ਉਹਨੂੰ ਬਲੋਕ ਕਰ ਦੇਣਾ ਬਲੋਕ ਕਰ ਦੇਣਾ ਮੰਨ ਲਓ ਕਦੇ ਵੀ ਤੁਹਾਡੇ ਨਾਲ ਇਹ ਘਟਨਾ ਹੁੰਦੀ ਆ ਜਦੇ ਆਪਦਾ ਕਾਰਡ ਬਲੋਕ ਕਰ ਦਿਓ ਆਪਦੀ ਬੈਂਕ ਨੂੰ ਇਨਫੋਰਮ ਕਰ ਦਿਓ ਤਾਂ ਕਿ ਉਹ ਤੁਹਾਨੂੰ ਨਵਾਂ ਕਾਰਡ ਕਰੇ ਭੇਜ ਸਕਣ ਇਹੀ ਆ ਨਾ ਇੱਕ ਫਿਸ਼ਿੰਗ ਵੀ ਬਹੁਤ ਚੱਲਦੀ ਹੈ ਨਾ ਉਦੇ ਟੈਕਸਟ ਆ ਜਾਂਦਾ ਯੂਅਰ ਪੇਮੈਂਟ ਇਜ਼ ਡਿਊ ਪਲੀਜ਼ ਪੇ ਹੈ ਨਾ ਆ ਜਾਂਦਾ ਬੰਦਾ ਕਲਿੱਕ ਕਰਦਾ ਅਤੇ ਮੂਹਰੇ ਪੇਮੈਂਟ ਕਰ ਦਿੰਦਾ ਹੁੰਦੀ ਤਾਂ $5-7 ਦੀ ਆ ਪਰ ਤੁਹਾਡੀ ਡਿਟੇਲ ਉਹਨਾਂ ਕੋਲ ਚੱਲ ਜਾਂਦੀ ਹੈ ਚੱਲ ਪੇਮੈਂਟ ਦੀ ਤਾਂ ਠੀਕ ਆ ਪੇਮੈਂਟ ਵਾਲੀ ਤਾਂ ਬੰਦਾ ਨਹੀਂ ਖੋਲਦਾ ਕਿ ਮੈਂ ਪੇਮੈਂਟ ਕਰਨੀ ਆ ਵੀ ਮੈਂ ਨਹੀਂ ਕਰਨੀ ਜਿਹੜੇ ਉਹ ਕਹਿ ਦਿੰਦੇ ਤੁਹਾਡੇ ਰਿਫੰਡ ਆਏ ਆ ਪਿੱਛੇ ਜਿਹਾ ਹੁਣ ਸੀ ਆਰ ਬੀ ਜਿਹੜੇ ਆਪਣੇ $2,000 ਉਦੋਂ ਦਿੱਤੇ ਸੀ ਕੋਵਿਡ ਚ ਉਹਨਾਂ ਦੇ ਬਹੁਤ ਮੈਸੇਜ ਆਏ ਆ ਬਈ ਸੀ ਆਰ ਇਜ਼ ਆਫਟਰ ਯੂ ਰਿਟਰਨ ਯੂਅਰ ਜੇ ਉਹ ਹਨਾ ਬਈ $2,000 ਤੇ ਉਹ ਤੁਸੀਂ ਬਚਣਾ ਵਾ ਜੇ ਤੁਸੀਂ ਇਫ ਯੂ ਵਾਂਟ ਟੂ ਬੀ ਸੇਵ ਯੂਅਰ ਸੈਲਫ ਕਲਿੱਕ ਦਾ ਲਿੰਕ ਟੂ ਟਾਕ ਟੂ ਟੂ ਕਨੈਕਟ ਟੂ ਸੀ ਆਰ ਏ ਬੰਦਾ ਕਹਿੰਦਾ ਛੇਤੀ ਛੇਤੀ ਕਨੈਕਟ ਕਰੋ ਉਹ ਫਿਰ ਉਹਨਾਂ ਨੇ ਆਪਣੇ ਕੁਕੀਜ਼ ਕੈਸ਼ ਮੈਮਰੀ ਆਪਣੀ ਜਿਹੜੀ ਲੈ ਲੈਣੀ ਆ ਜੋ ਵੀ ਮਾਲਵੇਅਰ ਆ ਅਟੈਕ ਹੋ ਜਾਣਾ ਤੁਹਾਡੇ ਫੋਨ ਦੇ ਉੱਤੇ ਇਹ ਤਾਂ ਜਦ ਮੈਨੂੰ ਪਤਾ ਕੀ ਲੱਗਦਾ ਹੁੰਦਾ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨਾ ਉਹ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਇਨਫੋਰਮੇਸ਼ਨ ਆ ਕਿਤੇ ਨਾ ਕਿਤੇ ਉਹ ਬਾਹਰ ਦਿੰਦੀਆਂ ਆ ਮੈਂ ਤੁਹਾਨੂੰ ਇਹਦੀ ਰੀਸੈਂਟ ਐਗਜ਼ਾਮਪਲ ਦੱਸ ਦਿੰਦਾ ਮੈਂ ਇੰਡੀਆ ਤੋਂ ਮੰਗਵਾਇਆ ਸੀ ਪਾਰਸਲ ਹੈ ਨਾ ਜਲਸੇ ਜੁਲਸੇ ਜਿਹਾ ਮੰਗਾਇਆ ਸੀ ਡੱਬੀਆਂ ਵਾਲੇ ਪਰਨੇ ਪੁਰਨੇ ਹੈ ਨਾ ਠੀਕ ਆ ਤੇ ਉਹ ਡੀ ਐਚ ਐਲ ਥਰੂ ਆਇਆ ਹੈ ਨਾ ਹੁਣ ਅੱਗੇ ਪਿੱਛੇ ਮੈਨੂੰ ਕਦੇ ਨਹੀਂ ਮੈਸੇਜ ਆਇਆ ਹੈ ਨਾ ਮੈਂ ਵੇਟ ਕਰ ਰਿਹਾ ਸੀ ਵੀ ਡੀ ਐਚ ਐਲ ਦਾ ਮੈਸੇਜ ਆਵੇ ਮੈਨੂੰ ਕਸਟਮ ਪੇ ਕਰਨੇ ਆ ਮੈਂ ਹੈ ਨਾ ਉਹ ਭਰਾਵਾ ਹੋਰ ਹੀ 5-7 ਮੈਸੇਜ ਹੇ ਯੂਅਰ ਪੇਮੈਂਟ ਇਜ਼ ਡਿਊ ਪਲੀਜ਼ ਉਹ ਮੈਨੂੰ ਪਤਾ ਸੀ ਮੈਂ ਕਿਹਾ ਮੈਂ ਤਾਂ ਡੀ ਐਚ ਐਲ ਦੀ ਵੈਬਸਾਈਟ 'ਤੇ ਜਾ ਕੇ ਕਰੂੰਗਾ ਜਦੋਂ ਉਹ ਕਹਿਣਗੇ ਹੈ ਨਾ ਉਹ ਜਾਣੀ ਕਿ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਾਂ ਤਾਂ ਜਦੋਂ ਇੰਡੀਆ ਤੋਂ ਭੇਜਦੇ ਆ ਉੱਥੇ ਲੀਕ ਹੋ ਜਾਂਦੀ ਆ ਇਨਫੋਰਮੇਸ਼ਨ ਮੇਰਾ ਫੋਨ ਨੰਬਰ ਉਹ ਨਾਲੇ ਡਿੱਗਣ ਲੱਗ ਪਏ ਮੈਸੇਜ ਹਜੇ ਉੱਧਰ ਦਿੱਲੀ ਤੋਂ ਤੁਰਿਆ ਹੀ ਆ ਤੇ ਕਸਟਮ ਦੇ ਮੈਸੇਜ ਆਉਣ ਲੱਗ ਪਏ ਵੀ ਆਪਣਾ ਕਸਟਮ ਪੇ ਤੈਨੂੰ ਮੈਸੇਜ ਆਉਂਦੇ ਰਹੇ ਮੈਨੂੰ ਕਾਲ ਆਉਂਦੀਆਂ ਰਹਿੰਦੀਆਂ ਕਿ ਤੇਰਾ ਪਾਰਸਲ ਆਇਆ ਹਾਂ ਉਹ ਮੈਨੂੰ ਲੱਗਦਾ ਮੰਗਾਇਆ ਹੀ ਨਹੀਂ ਕੁਝ ਵੀ ਆਇਆ ਕਿੱਥੋਂ ਹਾਂ ਉਹ ਆਪਣੀ ਇਨਫੋਰਮੇਸ਼ਨ ਚੋਰੀ ਹੁੰਦੀ ਮੈਨੂੰ ਲੱਗਦਾ ਜਦੋਂ ਇੰਡੀਆ ਤੋਂ ਤੁਰਦਾ ਪਾਰਸਲ ਕਿਤੇ ਨਾ ਕਿਤੇ ਜਾਣੀ ਕਿ ਉਹ ਇਨਫੋਰਮੇਸ਼ਨ ਚੱਲ ਜਾਂਦੀ ਆ ਹਾਂ ਕਿਤੇ ਨਾ ਕਿਤੇ ਆਪਣੀ ਉਹ ਇੰਡੀਆ ਦੇ ਚੋਰੀ ਚੋਰੀ ਹੋ ਜਾਂਦੀ ਆ ਇੱਦਾਂ ਦਾ ਹੈ ਨਹੀਂ ਡੀ ਐਚ ਐਲ ਵਾਲੇ ਜਾ ਕੇ ਵਿੱਚ ਆਪਣੀ ਇਨਫੋਰਮੇਸ਼ਨ ਵਿੱਚ ਹੀ ਜਾਂਦੇ ਆ ਨਹੀਂ ਦਰਅਸਲ ਇਹ ਆ ਹੁਣ ਦੇਖੋ ਮੰਨ ਲਓ ਜੇ ਆਪਾਂ ਡੀ ਐਚ ਐਲ ਈਦਰ ਇੰਡੀਆ ਔਰ ਕੈਨੇਡਾ ਜਿੱਥੇ ਵੀ ਆਪਾਂ ਯੂਜ਼ ਕਰਦੇ ਹਾਂ ਆਪਾਂ ਸਿੱਧਾ ਡੀ ਐਚ ਐਲ ਨਾਲ ਤਾਂ ਡੀਲ ਨਹੀਂ ਕਰ ਰਹੇ ਜਾਂ ਡੀ ਐਚ ਐਲ ਦੇ ਸੀ ਓ ਨਾਲ ਤਾਂ ਡੀਲ ਨਹੀਂ ਕਰ ਰਹੇ ਵਿੱਚ ਤਾਂ ਬੰਦੇ ਹੀ ਨੇ ਹਿਊਮਨਸ ਨੇ ਹਿਊਮਨ ਨੂੰ ਤਾਂ ਆਲਵੇਜ਼ ਗਰੀਡ ਹੁੰਦੀ ਆ ਮਨੀ ਦੀ ਹਨਾ ਹੁਣ ਇੱਕ ਬੰਦਾ ਵਾ ਉਹ ਕਿਸੇ ਵੇਅਰ ਹਾਊਸ 'ਚ ਕੰਮ ਕਰਦਾ ਡੀ ਐਚ ਐਲ ਦੇ ਉਹਦੇ ਕੋਲ ਸਾਰਾ ਡੇਟਾ ਵਾ ਕਸਟਮਰ ਦਾ ਐਡਰੈਸ ਕਸਟਮਰ ਦਾ ਨੰਬਰ ਕਿੱਥੇ ਪੈਕੇਜ ਜਾ ਰਿਹਾ ਕਿੱਥੋਂ ਪੈਕੇਜ ਆ ਰਿਹਾ ਉਹਨੇ ਪ੍ਰਿੰਟ ਕਰਕੇ ਲੇਬਲ ਲਾਉਣਾ ਨਾ ਉੱਤੇ ਬਾਕਸ ਦੇ ਉੱਤੇ ਹੁਣ ਉਹਨੇ ਸਾਰੇ ਦਿਨ ਕੰਮ ਕੀਤਾ ਸ਼ਾਮ ਨੂੰ ਉਹਦੀ ਤਨਖਾਹ ਹੈਗੀ ਆ ਮੰਨ ਲਓ ਸੈਲਰੀ ਹੈਗੀ ਆ ਇੱਕ ਦਿਨ ਦੀ 500 ਜਾਂ 700,000 ਜਿੰਨੀ ਵੀ ਆ ਇੰਡੀਆ ਦੀ ਗੱਲ ਕਰੀਏ ਇੱਥੇ ਲਾ ਲਓ $150 $200 ਜਿੰਨੀ ਵੀ ਆ ਸ਼ਾਮ ਨੂੰ ਉਹਨੂੰ ਕੋਈ ਕਹੇ ਆਹ ਚੱਕ 1,000 ਰੁਪਈਆ ਐਕਸਟਰਾ
ਸਾਰਾ ਡੇਟਾ ਦੇ ਦੇ, ਰੋਜ਼ ਦਾ ਡੇਟਾ ਇੱਧਰ ਦੇ ਦਿਆ ਕਰੀ 1000 ਰੁਪਏ ਐਕਸਟਰਾ, ਉਹਨੇ ਕਹਿਣਾ ਲੈ ਜੀ ਗਿਆ ਬਾਤਾਂ, ਮੇਰਾ ਕੀ ਜਾਂਦਾ ਵਾ, ਆਪਾਂ ਲਿਸਟ ਬਣਾ ਕੇ ਇਹਨਾਂ ਨੂੰ ਦੇ ਦਿਆ ਕਰਨੀ ਸ਼ਾਮ ਨੂੰ। ਡੀਐਚਐਲ ਨੇ ਕੁਛ ਨੀ ਕੀਤਾ ਨਾ ਇੰਡੀਆ ਦੇ, ਪਰ ਵਿੱਚੋਂ ਹਿਊਮਨ ਨੇ ਦੇਤੀ ਲੀਕ ਕਰਤੀ। ਹਾਂ ਉਹੀ ਜਿੱਦਾਂ ਹੁਣ ਆਹ ਕਾਲਾਂ ਬਿੱਲ ਮਾਫ ਕਰਾ ਲਓ ਤੁਸੀਂ, ਇਹ ਆਉਂਦੀਆਂ ਡੱਕ ਕਲੀਨ ਕਰਾ ਲਓ, ਵੀ ਸਾਡੇ ਨੰਬਰ ਕਿੱਦਾਂ ਗਾਂਹ ਦੀ ਗਾਂਹ ਚੱਲ ਜਾਂਦੇ ਆ, ਇਵੇਂ ਆਪਣੀ ਇਨਫੋਰਮੇਸ਼ਨ ਲੀਕ ਹੁੰਦੀ ਆ। ਹੁਣ ਜਿੱਦਾਂ ਜੇ ਆਪਾਂ ਚਲੋ ਮਾੜਾ ਨਹੀਂ ਕਹਿੰਦੇ ਇੰਡੀਆ ਜਿਹੜੇ ਬੈਠੇ ਆ, ਪਰ ਇਹ ਮੋਸਟਲੀ ਜਿਹੜੀਆਂ ਇੱਥੇ ਵੀ ਕੰਪਨੀਆਂ ਕਾਲਾਂ ਆਉਂਦੀਆਂ ਆਪਾਂ ਨੂੰ, ਉਹ ਇੰਡੀਆ ਤੋਂ ਹੀ ਆਉਂਦੀਆਂ, ਆਪਾਂ ਨੂੰ ਐਕਸੈਂਟ ਤੋਂ ਪਤਾ ਲੱਗ ਜਾਂਦਾ ਕੌਣ ਆ ਕਿੱਦਾਂ ਆ, ਹਨਾ। ਹੁਣ ਤਾਂ ਉੱਦਾਂ ਛੋੜੀਆਂ ਦੂਜੇ ਬਾਰਡਰੋਂ ਪਾਰ ਵੀ ਆਉਣ ਲੱਗ ਪਈਆਂ ਗੱਲਾਂ, ਚੀਪ ਲੇਬਰ ਦਾ $200 ਬਾਹਰ ਮਿਲੀ ਜਾਂਦਾ, ਮੈਂ ਕਿਉਂ ਗਾਲਾਂ ਖਾਵਾਂ, ਉਹਨੇ ਕਹਿਣਾ ਨਹੀਂ ਯਾਰ ਮੈਂ ਨੀ ਕਰਨਾ, ਤੇ ਇੱਥੇ ਉਹਨਾਂ ਨੂੰ $300-$500 ਉਹਨੂੰ ਪਰ ਡੇ ਦੇਣੇ ਪੈਣਗੇ ਸਕੈਮਰ ਨੂੰ ਬਣਾਉਣ ਲਈ ਫੇਕ ਕਾਲਾਂ ਕਰਨ ਨੂੰ। ਤੇ ਫਿਰ ਉਹਨੂੰ ਜਿਹੜਾ ਉਹ ਆ ਵੀ ਸਿਸਟਮ ਵੀ ਬਣਾਉਣਾ ਪੈਣਾ, ਕੋਈ ਆਫਿਸ ਉਫਿਸ ਦੇਣਾ ਪੈਣਾ ਉਹਨਾਂ ਨੂੰ ਲੈ ਕੇ, ਖਰਚੇ ਵਧ ਜਾਣੇ ਆ। ਉਹੀ ਕੰਮ ਕੋਈ ਵਰਚੁਅਲੀ ਇੰਡੀਆ ਤੋਂ ਕਰੀ ਜਾਵੇ, ਉਹਨੇ 500,000-2,000 ਪਰ ਡੇ ਦੇ ਵਿੱਚ ਕਰ ਦੇਣਾ, $20-$30 ਲੱਗਣੇ ਉਹਦੇ ਸਾਰੇ, ਉਹਨੇ ਟੀਮ ਬਣਾ ਦੇਣੀ ਪੂਰੀ $200-$300 ਦੇ ਵਿੱਚ। ਮੇਰੇ ਫਰੈਂਡ ਨਾ ਇੱਦਾਂ ਦੋ ਕੁ ਨਾ ਹੋਇਆ ਏਦਾਂ, ਚੱਲ ਆਪਾਂ ਇੱਕ ਦੱਸ ਦਿੰਦੇ ਹਾਂ। ਉਹ ਜਿੱਦਾਂ ਹੁਣ ਮਤਲਬ ਮੇਰਾ ਫੇਸਬੁੱਕ ਅਕਾਊਂਟ ਆ ਨਾ, ਤੇ ਉਹਦੇ ਵਿੱਚ ਅਗਲਿਆਂ ਨੇ ਦੇਖ ਲੈਣਾ ਇਹਦੇ ਕਲੋਜ਼ ਫਰੈਂਡ ਕਿਹੜੇ ਆ, ਠੀਕ ਆ, ਤੇ ਉੱਪਰ ਆਪਣਾ ਨਾਮ ਲਿਖਿਆ ਹੁੰਦਾ ਆ ਨਾ। ਤੇ ਹੁਣ ਮੰਨ ਲਓ ਵੀ ਉਹਨੇ ਕੀ ਕਰਨਾ ਆ, ਜਾਂਚ ਕਰ ਲਈ, ਹੁਣ ਉਹਨੇ ਤੁਹਾਡਾ ਨਾਮ ਯੂਜ਼ ਕਰਕੇ, ਜਿੱਦਾਂ ਮੇਰਾ ਨਾਮ ਯੂਜ਼ ਕਰਕੇ ਮੇਰੇ ਕਿਸੇ ਫਰੈਂਡ ਨੂੰ ਕਰਨੀ ਆ, ਵੀ ਵੀ ਮੈਨੂੰ ਪੈਸੇ ਚਾਹੀਦੇ ਆ, ਵੀ ਮੈਂ ਇੱਥੇ ਸਟੱਕ ਹੋਇਆ ਜਾਂ ਮੈਨੂੰ ਲੋੜ ਆ, ਹਨਾ, ਇੱਦਾਂ ਕਰਨੀ। ਹੁਣ ਇੱਦਾਂ ਦੇਖ, ਹੁਣ ਮਤਲਬ ਆਪਾਂ ਉਹਦਾ ਨਾਂ ਨਹੀਂ ਲੈਂਦੇ, ਆਪਾਂ ਤਿੰਨ ਜਾਣੇ, ਜਿੱਦਾਂ ਹੁਣ ਫੈਮਿਲੀ ਦਾ ਨਾਂ ਨਹੀਂ ਪੂਰਾ ਵੱਡਾ ਬਣਾ ਕੇ ਲਿਖ ਲੈਂਦੇ, ਹਨਾ, ਉਹਨੇ ਇੱਦਾਂ ਲਿਖਿਆ ਸੀਗਾ। ਹੁਣ ਉਹਦਾ ਨਾਮ ਤਾਂ ਉਹ ਛੋਟਾ ਸੀਗਾ, ਹਨਾ, ਜਿੱਦਾਂ ਹੁਣ ਕਹਿੰਦੇ ਆਪਾਂ ਤਿੰਨ ਜਾਣੇ ਬੈਠੇ, ਅਮਨ ਮੰਨ ਪ੍ਰਿੰਸ, ਇੱਦਾਂ ਮੈਂ ਲਿਖ ਦਿੰਦਾ ਵੀ ਆਪਣਾ ਫੈਮਿਲੀ, ਆਪਾਂ ਕਹਿ ਦਿੰਦੇ ਫੈਮਿਲੀ ਆ, ਅਮਨ ਮੰਨ ਪ੍ਰਿੰਸ, ਹਨਾ, ਮੈਂ ਫੇਸਬੁੱਕ 'ਤੇ ਲਿਖਿਆ ਆ। ਹੁਣ ਉਹਨੇ ਦੇਖ ਕਿੱਦਾਂ ਕਾਲ ਕੀਤੀ, ਉਹਦਾ ਉਹਨੇ ਦੇਖ ਲਿਆ ਕਲੋਜ਼ ਫਰੈਂਡ ਕਿਹੜਾ ਆ, ਹੁਣ ਉਹਦੇ ਕਲੋਜ਼ ਫਰੈਂਡ ਨੂੰ ਉਹਨੇ ਮੈਸੇਜ ਮਾਰਿਆ, ਹਨਾ, ਅਤੇ ਮੈਂ ਕਹਿੰਦਾ ਅਮਨ ਮੰਨ ਪ੍ਰਿੰਸ ਬੋਲ ਆ ਵੀ ਮੈਨੂੰ ਇੱਦਾਂ ਇੱਦਾਂ ਆ ਵੀ ਮੈਂ ਸਟੱਕ ਹੋ ਗਿਆ, ਵੀ ਪੈਸੇ ਚਾਹੀਦੇ ਆ, ਹਨਾ, ਵੀ ਪੈਸੇ ਇੱਦਾਂ ਆ ਵੀ ਮੇਰਾ ਬੰਦਾ ਹੈਗਾ, ਉਹ ਦੇਖ ਵੀ ਲੈਂਦੇ ਆ ਕਿ ਬਾਹਰ ਆ ਤੁਸੀਂ, ਹਨਾ, ਵੀ ਮੇਰਾ ਬੰਦਾ ਇੱਥੇ ਇੰਡੀਆ ਆ, ਵੀ ਉਹਨੂੰ ਕਾਲ ਕਰ ਲੈਂਦਾ ਵੀ ਤੂੰ ਉਹਨੂੰ ਪੈਸੇ ਦੇ ਦੇ, ਹਨਾ, ਵੀ ਹੁਣ ਜਿਹਨੇ ਕਾਲ ਜਾਣੀ ਉਹਨੂੰ ਪਤਾ ਹੀ ਹੈ ਯਾਰ ਕਿ ਮੈਂ ਉਹਦਾ ਨਾਮ ਕੀ ਆ, ਵੀ ਉਹਨੇ ਫੈਮਿਲੀ ਦਾ ਨਾਮ ਹੀ ਉਹਦਾ ਬੋਲਤਾ, ਵੀ ਸਿੱਧਾ ਪਤਾ ਲੱਗਦਾ ਵੀ, ਹਨਾ, ਬੰਦਾ ਝੂਠਿਆ, ਵੀ ਇੱਦਾਂ ਦੇ ਕੰਮ ਵੀ ਬਹੁਤ ਚੱਲਦੇ ਆ। ਹੁਣ ਇਹ ਹੁੰਦਾ ਵਾ ਜਿੱਦਾਂ ਆਪਣੇ ਹੁਣ ਨਾ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ ਜਾਂ ਹੋਰ ਵੀ ਸਾਰੇ ਸੋਸ਼ਲ ਮੀਡੀਆ 'ਤੇ ਰਿਕੁਐਸਟਾਂ ਬਹੁਤ ਆਉਂਦੀਆਂ ਨੇ, ਮਤਲਬ ਉਈ ਕੋਈ ਕੁੜੀਆਂ ਦੀਆਂ ਆਈਡੀਆਂ ਬਣਾ ਕੇ, ਕੁੜੀਆਂ ਦੀਆਂ ਜ਼ਿਆਦਾ ਆਉਂਦੀਆਂ ਨੇ, ਕੁੜੀਆਂ ਦੀਆਂ ਰਿਕੁਐਸਟਾਂ ਆਈ ਜਾਂਦੀਆਂ, ਹੈ ਨਾ, ਬੰਦਾ ਕਹਿੰਦਾ ਯਾਰ ਪਤਾ ਨਹੀਂ ਕੌਣ ਆ, ਪਤਾ ਨਹੀਂ ਜਾਣਦੀ ਆ, ਪਤਾ ਨਹੀਂ ਪ੍ਰੋਫਾਈਲ ਨੂੰ ਲੌਕ ਕੀਤਾ ਹੁੰਦਾ, ਬੰਦਾ ਉਈ ਵੀ ਉਹ ਹੋ ਜਾਂਦਾ ਵੀ ਦਿਆਲੂ ਜਿਹਾ ਹੋ ਜਾਂਦਾ ਵੀ ਯਾਰ ਵੀ ਪਤਾ ਨਹੀਂ ਕੋਈ ਜਾਣਦੀ ਹੋਣੀ, ਐਡ ਕਰ ਲਓ, ਬੰਦਾ ਉਹਨੂੰ ਐਡ ਕਰ ਲੈਂਦਾ। ਫਿਰ ਆਪਾਂ ਜੀ ਆਪਣੇ ਅਕਾਊਂਟ ਦਾ ਓਪਨ ਕੀਤਾ ਪਿਆ, ਸਾਰੀ ਫਰੈਂਡ ਲਿਸਟ ਓਪਨ ਆ, ਸਾਰਾ ਪੋਸਟਾਂ ਕਿਹੜਾ ਕਿਹੜਾ ਕਮੈਂਟ ਕਰਦਾ, ਹੁਣ ਉਹਨੂੰ ਸਾਰਾ ਕੁਝ ਮਿਲ ਗਿਆ, ਉਹਨੇ ਉਹ ਬਣ ਕੇ ਫੋਨ ਕਰਕੇ ਤੁਹਾਨੂੰ ਕੁਛ ਕਹਿ ਦੇਣਾ, ਹਨਾ, ਵੀ ਉਸ ਹਿਸਾਬ ਦਾ। ਇੱਕ ਹੋਰ ਬਹੁਤ ਹੁੰਦਾ ਹੁਣ ਅੱਜ ਕੱਲ੍ਹ ਕੁੜੀਆਂ ਫੇਕ ਆਈ ਡੀ ਬਣਾ ਕੇ ਜਾਂ ਕੁਛ ਵੀ, ਹਨਾ, ਕੋਈ ਹੈਕਰ ਹੀ ਹੁੰਦੇ ਆ, ਸਾਰੇ ਸਕੈਮਰ ਬੈਠੇ ਹੁੰਦੇ ਆ, ਅਤੇ ਉਹਨਾਂ ਰਿਕੁਐਸਟ ਭੇਜਦੇ ਆ, ਬੰਦਾ ਅਸੈਪਟ ਕਰ, ਉਦੋਂ ਬਾਅਦ ਕਹਿੰਦਾ ਹੇ ਆਈ ਵਾਂਟ ਟੂ ਨੂਡ ਚੈਟ ਵਿਦ ਯੂ। ਉਹ ਹੁਣ ਤੇ ਮੰਨ ਲਓ ਆਪਾਂ ਤਾਂ ਚਲ ਹੁਣ ਕੰਮਾਂ 'ਚ ਬਿਜ਼ੀ ਹੋਈਦਾ ਨਾ, ਦਿਮਾਗ ਉਹ ਇੰਨਾ ਗਲਤ ਵੇ ਨਾਲ ਚੱਲਦਾ ਹੀ ਨਹੀਂ। ਹੁਣ ਜਿਹੜਾ ਬੰਦਾ ਬੈਠਾ ਮੋੜ 'ਤੇ, ਹਨਾ, ਇੰਡੀਆ ਸਾਰੇ ਮੋੜਾਂ ਮੋੜਾਂ 'ਤੇ ਬੈਠਾ, ਉਹਨੇ ਦੂਜੇ ਤੋਂ ਹੁਣ ਉਹ ਆ ਦੇਖੋ ਆਹ ਗੋਰੀ ਦਾ ਮੈਸੇਜ ਆ ਗਿਆ, ਕਹਿੰਦੀ ਨੂਡ ਵੀਡੀਓ ਕਾਲ ਕਰਨੀ ਆ, ਲੈ ਕਰ ਲਓ, ਉਹਨੇ ਘਰੇ ਜਾ ਕੇ ਲਾ ਵੀ ਲੈਣੀ ਆ, ਮੰਨ ਲਓ 10 ਨੂੰ ਆਇਆ, ਇੱਕ ਨੇ ਉਹ 'ਚ ਲਾ ਲਈ, ਹੁਣ ਉਹਨੇ ਆਪਦੀ ਨੂਡ ਵੀਡੀਓ ਕਾਲ ਕਰ ਲਈ, ਉਧਰੋਂ ਕੁੜੀਆਂ ਤਾਂ ਬੇਸ਼ਰਮ ਉਧਰ ਹੁਣ ਕਾਲ ਕਰਨ ਲੱਗੀ ਹੁੰਦੀਆਂ, ਉਹਨੇ ਵੀਡੀਓ ਕਾਲ ਕਰ ਲਈ, ਬਾਅਦ 'ਚ ਉਹਨੇ ਕਰ ਲਈ ਰਿਕਾਰਡ, ਨਾਲੇ ਹੁਣ ਉਹਦੇ ਕੋਲ ਤੁਹਾਡਾ ਫਰੈਂਡ ਲਿਸਟ ਵੀ ਆ ਗਈ, ਸਾਰਿਆਂ ਨੂੰ ਉਹਨੇ ਰਿਕੁਐਸਟ ਦੇਣੀ ਆ, ਮੁੜ ਕੇ ਤੁਹਾਨੂੰ ਉਹਨੇ ਕਰਨਾ ਬਲੈਕਮੇਲ ਵੀ, ਫਲਾਣੇ ਦੱਸੂ, ਉਹਨੂੰ ਪਤਾ ਤੇ ਇਹਦੀ ਮੰਮੀ ਕੌਣ ਆ, ਇਹਦੀ ਭੈਣ ਕੌਣ ਆ, ਡੈਡੀ ਕੌਣ ਆ, ਮੈਂ ਉੱਤੇ ਪੋਸਟ ਕਰ, ਇਹ ਯਾਰ ਇੱਦਾਂ ਮੈਨੂੰ ਗਾਂਹ ਦੀ ਗਾਂਹ ਜਾਣਦਾ ਉਹ ਬੰਦੇ ਨਾਲ ਹੋਇਆ ਇੱਦਾਂ, ਉਹਨਾਂ ਹੋਇਆ ਇੱਦਾਂ ਵੀ ਕਾਲ ਆਈ ਆ ਵੀ ਸਿੱਧੀ ਉਹਨੇ ਕੱਟ ਦਿੱਤੀ ਆ, ਪਰ ਥੋੜੇ ਕੁ ਟਾਈਮ ਦੀ ਰਿਕਾਰਡਿੰਗ ਹੋ ਗਈ ਆ ਉਹਦੇ ਫੇਸ ਦੀ ਤੇ ਉਹਦੀ ਉੱਧਰ ਹੋ ਗਈ ਆ, ਵੀ ਉਹ ਫਿਰ ਬੰਦਾ ਯਾਰ ਵੀ ਕਿਸੇ ਨੇ ਜਿਹਨੇ ਦੇਖਣ ਵਾਲੇ ਨੇ ਹੁਣ ਉਹ ਕਹਿਣਾ ਵੀ ਉਹਦਾ ਕਸੂਰੀਆ ਕੀ ਆ, ਉਹ ਤਾਂ ਵੀ ਬੰਦਾ ਰਗੜਿਆ ਗਿਆ,
ਮੈਨੂੰ ਮੈਸੇਜ ਹੈ ਨਾ ਜਦੋਂ ਪੋਡਕਾਸਟ ਜੇ ਸ਼ੁਰੂ ਕੀਤੇ ਆਪਾਂ 6 ਮਹੀਨੇ ਹੋਏ ਕੀਤਿਆਂ ਨੂੰ ਤੇ ਮੈਨੂੰ ਆ ਜਾਂਦੇ ਮੈਸੇਜ ਨਾ ਨਾ ਕੁੜੀਆਂ ਦਾ ਨਾ ਫੋਲੋਅਰ ਵੀ ਇਹਨਾਂ ਦੇ 100-125 ਨਾ 100-125 ਤੁਹਾਨੂੰ ਫੋਲੋ ਪ੍ਰੋਫਾਈਲ ਲੋਕ ਇੰਸਟਾਗ੍ਰਾਮ 'ਤੇ ਨਾ ਇਹ ਤੁਹਾਡੇ ਪੋਡਕਾਸਟ ਬਹੁਤ ਵਧੀਆ ਹੁੰਦੇ ਆ ਓਕੇ ਥੈਂਕ ਯੂ ਹੈ ਨਾ ਓਕੇ ਇੱਕ ਹੈਲਪ ਕਰ ਦਿਓ ਹਾਂਜੀ ਦੱਸੋ ਆ ਤੁਸੀਂ ਗੋ ਫੰਡ ਸ਼ੇਅਰ ਕਰ ਦੂੰਗੇ ਹਾਂ ਕਰ ਦੂੰਗਾ ਤੁਸੀਂ ਪਲੀਜ਼ ਮੈਨੂੰ ਇੱਦਾਂ ਜਾਣੀ ਕਿ ਗੱਲਾਂ ਹੀ ਆ ਮਾਰ ਕੇ ਤੁਸੀਂ ਪਲੀਜ਼ ਕੋਈ ਫੰਡ ਸ਼ੇਅਰ ਕਰ ਸਕਦੇ ਆ ਦੇ ਸਕਦੇ ਆ ਜੇ ਇੱਦਾਂ ਕਰਨਾ ਜਾਣੀ ਕਿ ਪੈਸੇ ਮੰਗਣ ਤੱਕ ਆ ਜਾਂਦੇ ਆ ਭਰਾਵਾ ਗੋ ਫੰਡ ਮੀ ਦਾ ਉਹ ਜਾਣੀ ਕਿ ਉਹਨੇ ਇੰਨੀ ਕੁ ਪ੍ਰੋਫਾਈਲ ਹੈ ਨਾ ਜਿਹੜੀ ਪ੍ਰੋਫਾਈਲ ਇੰਨੀ ਕੁ ਜੈਨੂਅਨ ਬਣਾਈ ਹੁੰਦੀ ਨਾ ਬੰਦਾ ਜੈਨੂਅਨ ਜਿਹੀ ਲੱਗਦੀ ਆ ਇੱਕ ਹੁਣ ਗੋ ਫੰਡ ਮੀ ਦਾ ਸਕੈਮ ਕਿੰਨਾ ਚੱਲ ਰਿਹਾ ਹਾਂ ਦੇਖ ਲਓ ਕੁੜੀ ਕੋਈ ਮੈਂ ਪਿੱਛੇ ਜੇ ਗੋ ਫੰਡ ਮੀ ਦਾ ਦੇਖਿਆ ਹੈ ਨਾ ਕਿਸੇ ਆਪਣੇ ਮੀਡੀਆ ਚੈਨਲ ਨੇ ਕਵਰ ਕੀਤਾ ਹੋਇਆ ਸੀਗਾ ਕੁੜੀ ਨੂੰ ਮਰੀ ਹੋਈ ਨੂੰ 6 ਮਹੀਨੇ ਸਾਲ ਹੋ ਗਿਆ ਕੁੜੀ ਡੈਡ ਆ ਕੁੜੀ ਦੀ ਬੋਡੀ ਦਾ ਅੰਤਿਮ ਸੰਸਕਾਰ ਵੀ ਹੋ ਚੁੱਕਿਆ ਵਾ ਇੰਡੀਆ ਭੇਜਣੀ ਸੀ ਜਾਂ ਇੱਥੇ ਹੋ ਗਿਆ ਉਹਦਾ ਗੋ ਫੰਡ ਵੀ ਚੱਲੀ ਜਾਂਦਾ $40,000 ਇਕੱਠਾ ਹੋਇਆ ਪਿਆ ਉਹ ਤਾਂ ਬਹੁਤ ਚੱਲਦਾ ਭਰਾਵਾ ਉਹ ਨਕਲੀ ਗੋ ਫੰਡ ਵੀ ਬਣਾਈ ਜਾਂਦੇ ਆ ਇਹ ਇਹ ਭਰਾਵਾ ਮੈਨੂੰ ਪਤਾ ਕੀ ਹੋ ਕੁੜੀ ਦਾ ਆਇਆ ਮੈਨੂੰ ਮੈਸੇਜ ਆ ਕਹਿੰਦੀ ਗੋ ਫੰਡ ਵੀ ਸ਼ੇਅਰ ਕਰ ਦਿਓ ਹਨਾ ਮੈਂ ਕਿਹਾ ਮੈਂ ਨਹੀਂ ਕਰਨਾ ਸਕੈਮ ਬਹੁਤ ਹੁੰਦੇ ਕਹਿੰਦੀ ਮੈਂ ਤੁਹਾਨੂੰ ਪ੍ਰੂਫ ਭੇਜ ਦਿੰਦੀ ਹਾਂ ਹਨਾ ਤੇ ਉਹਨੇ ਮੈਨੂੰ ਪ੍ਰੂਫ ਭੇਜ ਤੇ ਮੇਰਾ ਜਿਹੜਾ ਜੀ ਆ ਨਾ ਕਰੇ ਵੀ ਸ਼ੇਅਰ ਕਰਨ ਨੂੰ ਮੈਂ ਕਿਹਾ ਯਾਰ ਛੱਡ ਹਨਾ ਕਾਹਨੂੰ ਉਹ ਵਿਚਾਰੀ ਉਸੇ ਤੇ ਸੀਗਾ ਉਹ ਜੈਨੂਅਨ ਕੇਸ ਉਹ ਵਿਚਾਰੀ ਰੋਵੇ ਹਨਾ ਬਾਅਦ ਚੋਂ ਚਲੋ ਆਪਣੇ ਕੋਈ ਇਨਫਲੂਐਂਸਰ ਹੋਰ ਭਰਾ ਸੀਗਾ ਇੱਥੇ ਟੋਰਾਂਟੋ ਤੋਂ ਉਹਨੇ ਸ਼ੇਅਰ ਕੀਤੀ ਸੀ ਫਿਰ ਉਹਨੂੰ ਮੈਂ ਮੈਸੇਜ ਕੀਤਾ ਮੈਂ ਕਿਹਾ ਬਾਈ ਇਹ ਜੈਨੂਅਨ ਆ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਹਾਂ ਬਾਈ ਜੈਨੂਅਨ ਆ ਜਾਣ ਪਛਾਣ ਚੋਂ ਆ ਜੇ ਤੇਰੇ ਕੋਲ ਹੋ ਸਕਦਾ ਤੂੰ ਕਰ ਦੇ ਚਲੋ ਮੈਂ ਕਰਤਾ ਜਾਣੀ ਕਿ ਜਿਹਨਾਂ ਨੂੰ ਲੋੜ ਆ ਅਸਲ ਦੇ ਵਿੱਚ ਉਹ ਆਹ ਸਕੈਮ ਦੇ ਚੱਕਰਾਂ 'ਚ ਉਹ ਵੀ ਰਹਿ ਜਾਂਦੇ ਆ ਹਨਾ ਉਹੀ ਗੱਲ ਆ ਨਾ ਹੁਣ ਮੈਂ ਤਾਂ ਕਰਨੀ ਸੀ ਕਿ ਮੈਨੂੰ ਮੈਂ ਕਿਹਾ ਯਾਰ ਸਕੈਮ ਅੱਗੇ ਵੀ ਬਥੇਰੇ ਆਹ ਆਈ ਜਾਂਦੇ ਵੀ ਗੋ ਫੰਡ ਵੀ ਸ਼ੇਅਰ ਕਰਦੇ ਨਕਲੀ ਹਨਾ ਤੇ ਜਾਣੀ ਕਿ ਜਿਹਨਾਂ ਨੂੰ ਅਸਲ ਦੇ ਵਿੱਚ ਲੋੜ ਆ ਉਹ ਵੀ ਵਿਚਾਰੇ ਫਿਰ ਇੱਦਾਂ ਗੱਲੋਂ ਨਿਕਲ ਜਾਂਦੇ ਆ ਜਿੱਦਾਂ ਨਾ ਹੁਣ ਜਿਹੜੇ ਸਕੈਮ ਹੁੰਦੇ ਆ ਮੋਡੀਫਾਈ ਹੋ ਗਏ ਆ ਜਿੱਦਾਂ ਟੈਕਨੋਲੋਜੀ ਦੇ ਨਾਲ ਚੇਂਜ ਹੋ ਗਿਆ ਤੈਨੂੰ ਪਤਾ ਇਹ ਦਿਮਾਗ ਲੋਕਾਂ ਦੇ ਪਹਿਲਾਂ ਤੋਂ ਚੱਲਦੇ ਸ਼ੁਰੂ ਤੋਂ ਇੰਡੀਆ ਤੋਂ ਲੋਕੀ ਯਾਰ ਜਦੋਂ ਆ ਅੱਲੇ ਤਾਂ ਫੋਨ ਆਉਣ ਬਹੁਤ ਵਧੀਆ ਹੋ ਗਿਆ ਜਦੋਂ ਨੋਰਮਲ ਫੋਨ ਸੀਗੇ ਪੇ ਕਾਲ ਕਰਨ ਨੂੰ ਆਪਾਂ ਪੈਸੇ ਪਵਾਈਦੇ ਸੀ ਹੁੰਦੇ ਕੁੜੀ ਮੁੰਡੇ ਕੁੜੀਆਂ ਦੀ ਆਵਾਜ਼ ਕੱਢ ਕੇ ਮੁੰਡਿਆਂ ਤੋਂ ਪੈਸੇ ਪਵਾਈ ਜਾਂਦੇ ਹੁੰਦੇ ਮੈਂ ਕਿੰਨਾਂ ਨੂੰ ਯਾਰ ਜਾਣਦਾ ਉਹ ਆਵਾਜ਼ ਕੁੜੀ ਦੀ ਕੱਢ ਲੈਂਦੇ ਸੀ ਨਹੀਂ ਨਹੀਂ ਉਹ ਫੋਨ ਵੀ ਆ ਗਏ ਸੀ ਚਾਈਨਾ ਦੇ ਲੰਬਾ ਫੇਰ ਚਲਾਈ ਜਾਂਦੇ ਉਹਨਾਂ ਨਾਲ ਨਾਲੇ ਪੈਸੇ ਪਵਾਈ ਜਾਂਦੇ ਆ ਵੀ ਦਿਮਾਗ ਤਾਂ ਸ਼ੁਰੂ ਤੋਂ ਹੀ ਕੰਮ ਕਰਦੇ ਆ ਵੀ ਉਹ ਉਸ ਹਿਸਾਬ ਨਾਲ ਗਾਂਹ ਚੇਂਜ ਹੋਈ ਜਾਂਦੇ ਆ ਉਹੀ ਆ ਯਾਰ ਸਕੈਮ ਸਕੂਮ ਤੋਂ ਚੱਲ ਜੇ ਹੁਣ ਹੁਣ ਗੱਡੀਆਂ ਦਾ ਲਾ ਲਓ ਮੈਂ ਕਹਿੰਦਾ ਇਹ ਤਾਂ ਗੱਡੀਆਂ ਦੀ ਵੀ ਗੱਲ ਕਰ ਲੈਂਦੇ ਹਾਂ ਹਾਂ ਤੁਸੀਂ ਦੱਸਿਆ ਨਾ ਮੈਨੂੰ ਆਪਦੀ ਸਟੋਰੀ ਇੱਕ ਯਾਦ ਆ ਗਈ ਸਟੋਰੀ ਸੁਣ ਲੈ ਪਹਿਲੇ ਸਟੋਰੀ ਸੁਣ ਲਈ ਨਹੀਂ ਹੋਇਆ ਹੁਣ ਇੱਕ ਤਾਂ ਹੋਇਆ ਸਾਡੇ ਨਾਲ ਹੀ ਲਾ ਕੇ ਚੱਲਣ ਆ ਗਿਆ ਮੇਰੇ ਨਾਲ ਹੀ ਹੋਇਆ ਇੱਕ ਹੁੰਦਾ ਇਹ ਗੱਲ ਆ ਵੀ ਇਹ ਵੀ ਹੁਣ ਸਕੈਮਰ ਦੀ ਅਲੱਗ ਅਲੱਗ ਸਿਸਟਮ ਬਣਿਆ ਹੋਇਆ ਨਾ ਇੱਕ ਤਾਂ ਹੁੰਦੇ ਸੀ ਉਦੋਂ ਸਕੈਮਰ ਕੁੜੀ ਦੀ ਆਵਾਜ਼ ਕੱਢਣ ਵਾਲੇ ਉਹ ਹੈਗੇ ਟੈਲੈਂਟਡ ਸਕੈਮਰ ਇੰਡੀਵਿਜੂਅਲੀ ਉਹ ਸੈਟਅਪ ਕੀਤਾ ਉਹਨੇ ਆਪਦਾ ਘਰੇ ਬਹਿ ਕੇ ਸ਼ਾਮ ਨੂੰ ਸਾਰਿਆਂ ਨੂੰ ਫੋਨ ਲਾਉਣੇ ਆ ਕੁੜੀ ਦੀ ਆਵਾਜ਼ ਕੱਢ ਕੇ ਦੂਜਾ ਸਕੈਮਰ ਹੈਗਾ ਵਾ ਫੋਨ ਦੀ ਆਵਾਜ਼ ਚੇਂਜ ਕਰਨ ਵਾਲਾ ਉਹਨੇ ਇਨਵੈਸਟਮੈਂਟ ਕੀਤੀ ਇਨੀਸ਼ੀਅਲ ਫੋਨ ਬਾਏ ਕੀਤਾ ਤੇ ਫੋਨ ਦੇ ਵਿੱਚ ਉਹ ਆਪਸ਼ਨ ਲਈ ਵੀ ਉਹ ਵੌਇਸ ਚੇਂਜਰ ਹੋਵੇ ਉਹ ਚ ਬੋਲਦਾ ਕੁੜੀ ਦੀ ਆਵਾਜ਼ ਕਮੈਂਟ ਰੋਕਿਓ ਚੱਲ ਯਾਰ ਕੁੜੀ ਦੀ ਆਵਾਜ਼ ਪਰ ਫੀਲ ਵੀ ਕੁੜੀ ਵਾਂਗੂ ਕਰਕੇ ਗੱਲ ਕਰਨਾ ਗੱਲ ਤਾਂ ਉਹ ਔਖੀ ਆ ਇਹ ਮੈਂ ਦੱਸਦਾ ਸੀ ਇੱਕ ਤੀਜੇ ਲੈਵਲ ਦਾ ਸਕੈਮਰ ਆ ਉਹ ਹੈਗਾ ਵੀ ਉਹ ਸਕੈਮਰ ਆ ਉਹਦੀ ਗਰਲਫ੍ਰੈਂਡ ਹੈਗੀ ਆ ਉਹ ਆਪਦੀ ਗਰਲਫ੍ਰੈਂਡ ਤੋਂ ਫੋਨ ਕਰਾਉਣੇ ਸਾਰਿਆਂ ਨੂੰ ਛੋਟੀ ਕਲਾਸ ਦੀ ਕਿਸੇ ਦੀ ਉਹਨੇ ਉਹਨੂੰ ਫੋਨ ਦੇ ਦਿਆ ਕਰਨਾ ਸ਼ਾਮ ਨੂੰ ਉਹਦੇ ਕੋਲ ਬਹਿ ਕੇ ਸਾਰਿਆਂ ਨੂੰ ਫੋਨ ਕਰਾ ਦਿਆ ਕਰਨੇ ਮੁੰਡਿਆਂ ਨੂੰ ਅਸੀਂ ਫੜ ਲਿਆ ਉਹ ਭਰਾਵਾ ਸਾਡੇ ਨਾਲ ਦੇ ਮੁੰਡੇ ਨਾਲ ਹੋਇਆ ਨਹੀਂ ਭਰਾਵਾ ਤੁਸੀਂ ਨਾ ਕਦੇ ਵੀ ਜਿੱਦਾਂ ਦੇਖ ਲਾ ਜਿਹੜੇ ਬੰਦੇ ਆ ਇਨਸਾਨ ਉਹਨਾਂ ਸਾਰੇ ਹੀ ਆ ਜਦੋਂ ਉਹ ਉਹਨਾਂ ਨੂੰ ਕਾਲ ਆਉਂਦੀ ਹੈ ਜਦੋਂ ਕਿ ਬੰਦੇ ਦੀ ਆਵਾਜ਼ ਆਉਂਦੀ ਹੈ ਨਾ ਉਹਨਾਂ ਦਾ ਰਿਐਕਸ਼ਨ ਆ ਜਿਹੜਾ ਡਿਫਰੈਂਟ ਹੁੰਦਾ ਹੈ ਨਾ ਜਦੋਂ ਉਹਨਾਂ ਨੂੰ ਕੁੜੀ ਦੀ ਮੋਹਰੇ ਆਵਾਜ਼ ਆ ਗਈ ਉਹਨਾਂ ਨੂੰ ਟੋਟਲੀ ਚੇਂਜ ਹੋ ਜਾਂਦੇ ਤੇ ਥੱਲੇ ਡਿੱਗ ਜਾਂਦੇ ਆ ਨੀਵੀਂ ਜਿਹੀ ਆਵਾਜ਼ ਪਾ ਕੇ ਫੀਲ ਕਰਕੇ ਹੈ ਨਾ ਏਦਾਂ ਹੁੰਦੀ ਆ ਤੈਨੂੰ ਪਤਾ ਆਰਜ ਜਿਹੜਾ ਨਾਵੇ ਤੇ ਆ ਨਾ ਜਿਹੜਾ ਰੇਡੀਓ ਮਿਰਚੀ ਤੇ ਉਹ ਤਾਂ ਰਿਕਾਰਡਿੰਗ ਕਰਕੇ ਪਾਉਂਦੇ ਹੁੰਦੇ ਆ ਉਹ ਤੇ ਯਾਰ ਪਤਾ ਲੱਗਦਾ
ਜਦੋਂ ਕੁੜੀ ਦੀ ਆਵਾਜ਼ ਬੋਲਦੇ ਉਹ ਪਹਿਲਾਂ ਭੜਕਿਓ ਜੇ ਬੋਲਣਗੇ ਸੁਣ ਕੇ ਤਾਂ ਥੱਲੇ ਡਿੱਗ ਜਾਂਦੇ ਆ, ਜਦੋਂ ਫਿਰ ਦੁਬਾਰਾ ਉਹ ਬੋਲਦਾ ਫਿਰ ਗਾਲਾਂ ਕੱਢਦੇ ਆ, ਪੱਕ ਪੱਕ ਦੀਪਕ ਹੈ, ਪੱਕ ਪੱਕ ਦੀਪਕ ਹੋ ਗਿਆ, ਨਵੇਦ ਹੋ ਗਿਆ, ਨਵੇਦ ਹੋ ਗਿਆ, ਵਧੀਆ ਸ਼ੁਕਰ ਲੱਗਦਾ ਉਹ ਯਾਰ। ਇਹ ਤਾਂ ਗੱਲ ਹੈ, ਗੱਡੀਆਂ ਦੇ ਸਾਡੇ ਗੱਲ ਰਹਿ ਗਈ, ਮੈਂ ਕਰੇ ਲਈਏ ਉਦਾਂ ਟਾਈਮ ਕੋਈ ਨਾ ਚੱਲਣ ਦੇ ਲੰਬਾ ਗੱਡੀਆਂ ਦੇ। ਆਪਾਂ ਨਾਲ ਆਪਾਂ ਟੌਪਿਕ ਸਿਰਫ ਟੱਚ ਹੀ ਕਰ ਰਹੇ ਹਾਂ ਵੀ ਆਪਾਂ ਡੀਪ ਨਹੀਂ ਜਾ ਰਹੇ, ਕੋਈ ਹੁਣ ਆਪਦੀ ਇਨਪੁੱਟ ਦਊਗਾ ਵੀ ਤੁਸੀਂ ਆਹ ਨਹੀਂ ਕਿਹਾ, ਆਹ ਨਹੀਂ ਕੀਤਾ, ਆਹ ਕਵਰ ਨਹੀਂ ਕੀਤਾ, ਵੀ ਆਪਾਂ ਇੰਨਾ ਟਾਈਮ ਨਹੀਂ ਹੈਗਾ ਆਪਣੇ ਕੋਲ ਵੀ ਟਾਈਮ ਦੀ ਘਾਟ ਕਰਕੇ ਆਪਾਂ ਸਿਰਫ ਉਹ ਪ੍ਰੋਪਰ ਟੱਚ ਕਰ ਰਹੇ ਹਾਂ ਵੀ ਤੁਹਾਡਾ ਓਵਰਆਲ ਜਿਹਾ ਪਤਾ ਲੱਗ ਜਾਵੇ ਹਾਂ ਕੀ ਸਕੀਮ ਆ। ਬਾਕੀ ਇਹਦਾ ਨੂੰ ਕੋਈ ਵਧੀਆ ਲੱਗੀ ਗੱਲ, ਉਹਦੇ ਵਿੱਚ ਸੈਪਰੇਟ ਇੱਕ ਘੰਟੇ ਸੈਪਰੇਟ ਬਣਾਵਾਂਗੇ ਆਪਾਂ ਤਾਂ ਗੱਲਾਂ ਮਾਰਨੀਆਂ, ਗੱਲਾਂ ਸਾਤੋਂ ਜਿੰਨੀਆਂ ਮਰਜ਼ੀ ਸੁਣ ਲਓ। ਗੱਡੀਆਂ ਦੇ ਆਈਏ ਬਾਈ, ਗੱਡੀਆਂ ਦਾ ਜਾਣੀ ਕਿ ਹਰੇਕ ਮਹੀਨੇ ਆਪਣੇ ਟੋਰਾਂਟੋ ਜੀ ਟੀ ਏ ਦੇ ਵਿੱਚ ਇੰਨੀਆਂ ਕੁ ਚੋਰੀ ਹੁੰਦੀਆਂ ਨਾ ਵੀ ਲੋਕਾਂ ਨੇ ਅੱਕਿਓ ਨੇ ਬੈਰੀਅਰ ਲਵਾ ਲਿਆ ਆਪਣੇ ਘਰਾਂ ਦੇ ਬੈਕਯਾਰਡ ਪਟਾ ਕੇ, ਵੀ ਸਾਡੇ ਬੈਰੀਅਰ ਹੀ ਲਵਾ ਦੋ, ਇਹੋ ਜਿਹੇ ਤਰੀਕੇ ਸਕੈਮਰਾਂ ਨੇ ਕੱਢ ਲਿਆ ਗੱਡੀਆਂ ਚੋਰੀ ਕਰਨ ਦੇ। ਪਰ ਗੱਡੀਆਂ ਹੁੰਦੀਆਂ ਜਿੱਦਾਂ ਜਿਹਨਾਂ ਦੀ ਜ਼ਿਆਦਾ ਡਿਮਾਂਡ ਆ ਚੋਰੀ ਉਹੀ ਹੁੰਦੀਆਂ, ਜਿੱਦਾਂ ਟੋਇਟਾ ਹੋ ਗਈ। ਅਸਲ 'ਚ ਨਾ ਅਲੱਗ ਅਲੱਗ ਮਾਰਕੀਟ 'ਤੇ ਡਿਪੈਂਡ ਕਰਦਾ, ਹੁਣ ਇੱਕ ਤਾਂ ਗੱਡੀਆਂ ਚੋਰੀ ਹੋ ਕੇ ਜਾਂਦੀਆਂ ਨਾਈਜੀਰੀਆ ਇੱਧਰਲੇ ਹੈ ਨਾ ਸਾਊਥ ਅਫਰੀਕਾ ਦੇ ਵਿੱਚ, ਇੱਕ ਹੁਣ ਨਵਾਂ ਰੂਟ ਖੁੱਲ੍ਹਿਆ, ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਕਹਿੰਦਾ ਦੁਬਈ ਜਾ ਰਹੇ ਆ ਰੈਮਜੇ ਟੀ ਆਰ ਐਕਸ, ਠੀਕ ਆ, ਉੱਥੇ ਤਾਂ ਹੈ ਨਹੀਂ ਅਫਰੀਕਾ 'ਚ ਉਹਨਾਂ ਦੀ ਮਾਰਕੀਟ ਹੈ ਨਹੀਂ, ਉਹ ਜਾ ਰਹੇ ਆ ਦੁਬਈ, ਸਾਊਦੀ ਅਰਬ, ਪਾਕਿਸਤਾਨ ਦੇ ਵਿੱਚ ਵੀ ਜਾ ਰਹੇ ਨੇ, ਪਾਕਿਸਤਾਨ 'ਚ ਟੀ ਆਰ ਐਕਸ ਇੱਥੋਂ ਦੁਬਈ ਚਲ ਗਿਆ, ਦੁਬਈ 'ਚ ਉਹਦੀ ਜਿੰਨੀ ਲੋੜ ਹੈਗੀ ਉੱਥੇ ਪੂਰਤੀ ਹੋ ਗਈ, ਚੀਜ਼ ਬਾਹਲੀ ਜਾ ਰਹੀ ਆ, ਉਹਨਾਂ ਨੇ ਕਹਾ ਪਾਕਿਸਤਾਨ ਚਲ ਗਈ। ਆਹ ਜਿਹੜਾ ਮੈਂ ਤੁਹਾਨੂੰ ਦੱਸਦਾ ਜਿਹੜਾ ਆਪਣਾ ਹੈਗਾ ਟੀ ਆਰ ਐਕਸ ਰੈਮ ਦਾ ਹਨਾ, ਉਹ ਪਾਕਿਸਤਾਨ ਦੇ ਵਿੱਚ 10 ਕਰੋੜ ਦਾ, ਮਲਟੀਪਲਾਈ ਕਰਕੇ ਉਹ ਇੰਡੀਆ ਦੇ ਰਹਿ ਗਿਆ 2-3 ਕਰੋੜ ਦਾ, ਤੇ ਮਤਲਬ ਇੰਨਾ ਮਹਿੰਗਾ ਉੱਥੇ, ਕਿਉਂਕਿ ਹੁਣ ਉਹ ਬਲੈਕ ਮਾਰਕੀਟ ਆ ਪਾਕਿਸਤਾਨ ਦਾ, ਆਪਾਂ ਨੂੰ ਪਤਾ ਹੀ ਆ ਉੱਥੇ ਹੈ ਨੀ ਹੈ ਇੰਪੋਰਟ ਐਕਸਪੋਰਟ ਇੰਨਾ, ਤੇ ਉਹ ਦੇਖ ਲਓ ਉੱਥੇ 10 ਕਰੋੜ ਦਾ ਪਾਇਆ ਹੋਇਆ ਸੀ ਉਹਨੇ। ਸੋ ਮੈਂ ਥੋੜ੍ਹੀ ਗੱਡੀਆਂ ਦੇ ਉੱਤੇ ਰਿਸਰਚ ਕਰ ਰਿਹਾ ਸੀ, ਕਿਉਂ ਆਪਣੇ ਹਨਾ ਰੀਸੈਂਟਲੀ ਬਹੁਤ ਵੀਡੀਓ ਸਾਹਮਣੇ ਆਉਂਦੀਆਂ ਆ ਵੀ ਚੋਰ ਆਏ ਆਉਂਦਿਆਂ ਨੇ ਹਨਾ ਉਹ ਚਾਬੀ ਉਹਨਾਂ ਕੋਲ ਸੀਗੀ ਦਬਾ ਦਬਾ ਕੇ ਖੋਲ੍ਹ ਕੇ ਲੈ ਗਏ ਹਨਾ, ਸੋ ਮੈਨੂੰ ਥੋੜ੍ਹੀ ਹਨਾ ਕਰਿਓਸਿਟੀ ਜਾਗੀ, ਮੈਂ ਕਿਹਾ ਦੇਖੀਏ ਤਾਂ ਇਹ ਕੀ ਆ। ਸੋ ਮੈਂ ਡੀਪ ਡਿੱਗ ਜਦੋਂ ਕੀਤਾ ਤਾਂ ਮੈਨੂੰ ਇਹ ਪਤਾ ਲੱਗਾ ਕਿ $50 ਦਾ ਆਉਂਦਾ ਇੰਟਰਸੈਪਟਰ, ਉਹ ਲੈ ਗਏ ਸਾਡੀ ਜਿਹੜੀ ਗੱਡੀ ਉਹਨੇ ਚੋਰੀ ਕਰਨੀ ਆ, ਉਹ ਦੇਖਦੇ ਆ ਤੁਹਾਡਾ ਟਾਈਮ ਚੱਕਦੇ ਆ ਉਹ ਕਿੱਥੇ ਆ ਤੁਸੀਂ, ਜਦੋਂ ਤੁਸੀਂ ਗੱਡੀ ਅਨਲੋਕ ਲੋਕ ਕਰਨੀ ਆ, ਜਦੋਂ ਅਸੀਂ ਬਟਨ ਦੱਬਣਾ ਤੁਹਾਡੀ ਫ੍ਰੀਕੁਐਂਸੀ ਚਾਬੀ 'ਚੋਂ ਨਿਕਲ ਕੇ ਗੱਡੀ ਦੇ ਵਿੱਚ ਜਾਣੀ ਆ, ਉਹਨਾਂ ਕੋਲ ਹੁੰਦਾ ਇੰਟਰਸੈਪਟਰ ਜਿਹੜਾ ਤੁਹਾਡੀ ਫ੍ਰੀਕੁਐਂਸੀ ਚੱਕ ਲੈਂਦਾ ਆ, ਸੋ ਉਹਦੀ ਫ੍ਰੀਕੁਐਂਸੀ ਚੱਕ ਲਈ ਤੁਸੀਂ ਚਲੇ ਗਏ ਅੰਦਰ, ਰਾਤ ਨੂੰ ਨਹੀਂ ਆਉਣਾ ਉਹਨੀ ਉਹ ਫ੍ਰੀਕੁਐਂਸੀ ਇੰਟਰਸੈਪਟਰ ਦੇ ਉੱਤੇ ਉਹਨੀ ਰਿਪੀਟ 'ਤੇ ਲਾ ਦੇਣੀ ਆ, ਰਿਪੀਟਰ ਉਹਦਾ ਹੋ ਗਿਆ ਇੱਕ ਤਰ੍ਹਾਂ ਰਿਪੀਟਰ ਹੋ ਗਿਆ ਉਹ ਹੈ ਨਾ, ਉਹਨੀ ਆ ਕੇ ਕਰਨਾ ਦੱਬਣਾ ਤੁਹਾਡੀ ਚਾਬੀ ਲੋਕ ਖੋਲ੍ਹਿਆ ਗੱਡੀ ਦਾ ਸਟਾਰਟ ਕੀਤੀ ਉਹ ਵੀ ਫ੍ਰੀਕੁਐਂਸੀ ਹੈਗੀ ਆ, ਗਏ ਉਹ ਗਏ ਉਹ ਗਏ ਉਹ ਜਦੋਂ ਆਉਂਦੀਆਂ ਆਪਣੇ ਕੋਲ ਵੀਡੀਓਆਂ ਬਣੀਆਂ ਹਨਾ ਕੈਮਰਿਆਂ ਦੀਆਂ, ਉਹ 'ਚੋਂ ਪਤਾ ਲੱਗਦਾ ਯਾਰ ਇਹ ਕਿਸੇ ਜਾਣ ਕੇ ਤਾਂ ਨਹੀਂ ਕਰਾ ਲਏ ਚੋਰੀ ਇਹਨੇ ਬੰਦੇ ਨੇ, ਇਹ ਜਾਣ ਕੇ ਕਰਾਈ ਆ ਵੀ ਚਾਬੀ ਕਿਤੇ ਬਾਹਰ ਭੁੱਲ ਸਿੰਪਲ ਜੇ ਹੋ ਗਈ, ਹਾਂ ਵੀ ਇਹ ਤਾਂ ਬਹੁਤ ਸਿੰਪਲ ਹੋ ਗਏ, 30 ਸੈਕਿੰਡ ਲੱਗੇ ਚੋਰੀ, 30 ਸੈਕਿੰਡ ਚੋਰੀ ਕਰਕੇ ਲੈ ਗਿਆ ਵੀ ਟੈਕਨੋਲੋਜੀ ਟੈਕਨੋਲੋਜੀ। ਇੱਕ ਵੀਡੀਓ ਹੋਰ ਦੇਖੀ ਹੋਣੀ ਤੁਸੀਂ ਰੇਂਜ ਰੋਵਰ ਦਾ ਪਿਛਲਾ ਜਿਹੜਾ ਬੈਕ ਸਿਗਨਲ ਗਰੈਂਡਰ ਨਾਲ ਕੱਟ ਕੇ ਜਿਹੜੀ ਸਿਗਨਲ ਨੂੰ ਲਾਈਟ ਜਾਂਦੀ ਆ, ਹਾਂਜੀ ਉਹਦੀ ਤਾਰ ਜਾਂਦੀ ਆ, ਉਹਦੇ ਵਿੱਚੋਂ ਕੱਢ ਕੇ ਇੰਟਰਸੈਪਟਰ ਲਾ ਕੇ ਉਹਦੇ ਵਿੱਚੋਂ, ਉਹ ਵੀ $50 ਦਾ ਹੀ ਆਉਂਦਾ ਇੰਟਰਸੈਪਟਰ ਹਨਾ, ਉਹ ਕੋਈ ਕਾਰਨ ਨਾ ਲੱਭੇ ਚੋਰੀ, ਮੈਂ ਕਹਿੰਦਾ ਤੈਨੂੰ ਕੋਲ ਨਾ ਆਉਣ ਲੱਗ ਪਣ ਭਾਈ, ਗੱਜ ਨਹੀਂ ਭਾਈ ਆ ਦਸ਼ਮਣ ਦੀ ਗੱਡੀ ਚੋਰੀ ਕਰਾਉਣੀ ਆ ਬੜਾ ਦੱਸਿਓ ਭਾਈ, ਦਿਓ ਨਾ ਜਿਹੜਾ ਇੱਛਾ ਤੈਨੂੰ ਦੇ ਦਾਂਗੇ ਭਾਈ, ਲਿੰਕ ਭੇਜ ਨਹੀਂ, ਯਾਨੀ ਕਿ ਮੈਂ ਆਪਣੀ ਕੀ ਰਿਸਰਚ ਕੀਤੀ ਹੋਆ, ਯਾਨੀ ਕਿ ਮੈਂ ਰਿਸਰਚ ਤਾਂ ਮੈਂ ਤੁਹਾਡੇ ਸਾਹਮਣੇ ਲਿਆਉਂਦਾ, ਠੀਕ ਆ, ਯਾਨੀ ਕਿ ਇੰਨੀ ਸੌਖੀ ਆ ਗੱਡੀ ਨੂੰ ਚੋਰੀ ਕਰਨਾ ਤੇ ਕਰਨਾ। ਦੇਖ ਲਓ ਇੱਕ ਜਦੋਂ ਹੁਣ 2 ਤਰ੍ਹਾਂ ਦੀਆਂ ਚਾਬੀਆਂ ਆਉਂਦੀਆਂ ਗੱਡੀਆਂ 'ਚ, ਇੱਕ ਤਾਂ ਲੋਕ ਖੁੱਲ ਜਾਂਦਾ ਬਟਨ ਦੱਬ ਕੇ ਤੇ ਚਾਬੀ ਲਾ ਕੇ ਗੱਡੀ ਸਟਾਰਟ ਕਰਨੀ ਪੈਂਦੀ ਆ, ਇੱਕ ਚਾਬੀ ਆਉਂਦੀ ਆ ਕੋਲ ਚੱਲ ਜਾਓ ਵੀ ਉਹਨੂੰ ਹੱਥ ਲਾਓ ਤੇ ਗੱਡੀ ਖੁੱਲ ਜਾਂਦੀ, ਗੱਡੀ ਚਾਬੀ 'ਚ ਜੇਬ 'ਚ ਹੁੰਦੀ ਆ ਆਪਣੀ, ਆਪਸ ਪੁਸ਼ ਬਟਨ ਦੱਬੀ ਦਾ ਤੇ ਸਟਾਰਟ ਕਰਕੇ ਚੱਲ ਜਾਈਦਾ। ਹੁਣ ਇਹਨਾਂ 'ਚ ਕੀ ਫਰਕ ਆ ਜਾਂ ਕਿੱਦਾਂ ਕਿਹੜੀ ਸੇਫ ਆ ਤੁਹਾਡੀ, ਇਹ ਗੱਲ ਕਰੀਏ ਦੋਨੋਂ ਹੀ ਨਹੀਂ ਸੇਫ, ਟੈਕਨੋਲੋਜੀ ਦਾ ਕੋਈ ਨੀ ਸੇਫ, ਪਰ ਜਿਹੜੀ ਤੁਸੀਂ ਦੂਜੇ ਵਾਲੀ ਦੱਸਿਆ ਜਿਹੜੀ ਮਹਿੰਗੀ ਗੱਡੀਆਂ 'ਚ ਫੀਚਰ ਆਉਂਦਾ ਵਾ ਥੋੜ੍ਹਾ ਜਿਹਾ ਨਾ ਵੀ ਪੁਸ਼ ਸਟਾਰਟ ਬਟਨ ਵਾਲਾ, ਉਹ ਥੋੜ੍ਹਾ ਜਿਹਾ ਐਜ਼ ਕੰਪੇਅਰ ਟੂ ਫਸਟ ਵਨ ਥੋੜ੍ਹਾ ਜਿਹਾ ਸੇਫ ਹੈਗਾ ਵਾ। ਓਕੇ ਉਹ ਕਿੱਦਾਂ ਕਿ ਜਿਹੜੀ ਤਾਂ ਹੈਗੀ ਆ ਆਪਣੀ ਨੋਰਮਲ ਗੱਡੀ 2-2 ਕਰਕੇ ਖੋਲ੍ਹ ਕੇ ਆਪਾਂ ਵਿੱਚ ਉਹਦੇ ਚਾਬੀ ਲਾ ਕੇ ਚੱਲ ਜਾਂਦੇ ਹਾਂ ਹਨਾ, ਤੇ ਉਹ ਹੈਗੇ ਆ ਉਹ ਇੱਕ ਫ੍ਰੀਕੁਐਂਸੀ ਯੂਜ਼ ਕਰਦੇ ਆ, ਜ਼ਿਆਦਾਤਰ ਗੱਡੀਆਂ 433 ਮੈਗਾਹਰਟਸ ਯੂਜ਼ ਕਰਦੀਆਂ, 2-3 ਫ੍ਰੀਕੁਐਂਸੀਆਂ ਹੈਗੀਆਂ ਅਲੱਗ ਅਲੱਗ ਬ੍ਰਾਂਡ ਨਾਲ ਅਲੱਗ ਅਲੱਗ ਫ੍ਰੀਕੁਐਂਸੀ ਯੂਜ਼ ਕਰਦੇ ਆ, ਉਹ ਜਿਹੜਾ ਤੁਸੀਂ ਦੱਸਿਆ $50 ਦਾ
ਪ੍ਰੋਡਕਟ ਆਉਂਦਾ ਵਾ ਉਹੀ ਆ ਸੇਮ ਵੀ ਉਹ ਤੁਹਾਡੇ 10 ਕੇ ਘਰ ਛੱਡ ਕੇ ਵੀ ਬੰਦਾ ਖੜਾ ਹੋਵੇ ਜੇ ਆਪਾਂ ਇੱਥੋਂ ਕਰੀਏ ਆਪਣੀ ਗੱਡੀ 10 ਘਰ ਦੂਰ ਖੜੀ ਹੋਵੇ ਉੱਥੇ ਵੀ ਅਨਲੌਕ ਹੋ ਜਾਂਦੀ ਹੈ ਨਾ ਮਤਲਬ ਉਹਦੀ ਫ੍ਰੀਕੁਐਂਸੀ ਰੇਂਜ ਬਹੁਤ ਆ ਜਦੋਂ ਤੁਸੀਂ ਉਹ ਬੰਦਾ ਖੜਾ ਗੱਡੀ 'ਚ ਕਿਸੇ ਸਟਰੀਟ ਦੇ ਤੇ ਜਿੰਨੇ ਵੀ ਗੱਡੀਆਂ ਵਾਲੇ ਆਈ ਜਾਂਦੇ ਆ ਉਹ ਸਾਰਿਆਂ ਦਾ ਉਹ ਜਦੋਂ ਬਟਨ ਦੱਬ ਕੇ ਲੌਕ ਕਰਦੇ ਆ ਸਾਰਿਆਂ ਦੀ ਫ੍ਰੀਕੁਐਂਸੀ ਮੈਚ ਕਰੀ ਜਾਂਦਾ ਆਪਦੇ ਕੋਲ ਸੇਵ ਕਰੀ ਜਾਂਦਾ ਇੱਕ ਤਰ੍ਹਾਂ ਨਾਲ ਤੇ ਜਦੋਂ ਤੁਸੀਂ ਅੰਦਰ ਚਲੇ ਗਏ ਉਹਨੇ ਦੇਖਣਾ ਵੀ ਕਿਹੜੀ ਗੱਡੀ ਵਧੀਆ ਉਹਨੇ ਉਹ ਵਾਲੀ ਅਨਲੌਕ ਕਰਕੇ ਫਿਰ ਉਹਦਾ ਓਬੀਡੀ ਪੋਰਟ ਹੁੰਦਾ ਓਬੀਡੀ 1 ਓਬੀਡੀ 2 ਪੋਰਟ ਹੁੰਦੇ ਆਪਣੀ ਗੱਡੀਆਂ ਦੇ ਅੰਦਰ ਹਾਂਜੀ ਹਾਂਜੀ ਉਹਨੇ ਓਬੀਡੀ ਪੋਰਟ 'ਚ ਲਾ ਕੇ ਤੇ ਤੁਹਾਡਾ ਜਿਹੜਾ ਇਮੋਬਿਲਾਈਜ਼ਰ ਆ ਇੱਕ ਹੋਰ ਫੀਚਰ ਆ ਇਹ 'ਚ 3 ਮਿਹਨਤਾਂ ਕਰਨੀਆਂ ਪੈਂਦੀਆਂ ਗੱਡੀ ਦੇ ਵਿੱਚ ਇਸ ਤਰ੍ਹਾਂ ਦੀ ਪਹਿਲਾਂ ਉਹਨੇ ਬ੍ਰੇਕ ਇਨ ਕਰ ਲਿਆ ਤੁਹਾਡਾ ਲੌਕ ਕੋਡ ਖੋਲ ਲਿਆ ਮਤਲਬ ਉਹੀ ਕੋਡ ਦੇ ਨਾਲ ਬੜਾ ਸਿੰਪਲ ਜਿਹਾ ਖੋਲ ਕੇ ਉਹ ਵਿੱਚ ਬਹਿ ਗਿਆ ਫਿਰ ਉਹਨੂੰ ਚਾਬੀ ਕ੍ਰੀਏਟ ਕਰਨੀ ਪੈਣੀ ਆ ਚਾਬੀ ਕ੍ਰੀਏਟ ਕਰਕੇ ਉਹਨੇ ਚਾਬੀ ਵਾਲਾ ਵੀ ਚਾਬੀ ਵੀ ਬਣਾ ਲਈ ਚਾਬੀ ਬਣ ਗਈ ਤੇ ਫਿਰ ਉਹਨੂੰ ਉਹਦੇ ਵਿੱਚ ਹੁੰਦਾ ਚਾਬੀ ਦੇ ਵਿੱਚ ਇਮੋਬਿਲਾਈਜ਼ਰ ਉਹ ਬਹੁਤ ਛੋਟੀ ਚਿਪ ਹੁੰਦੀ ਆ ਉਹ ਜਦੋਂ ਕੀ ਦੇ ਪੋਰਟ ਦੇ ਕੋਲ ਜਾਂਦੀ ਆ ਉਦੋਂ ਹੀ ਗੱਡੀ ਸਟਾਰਟ ਹੁੰਦੀ ਆ ਅਦਰਵਾਈਜ਼ ਉਹ ਸੈਲਫਾਂ ਮਾਰੀ ਜਾਂਦੀ ਆ ਬਲੈਂਕ ਸਟਾਰਟ ਨਹੀਂ ਹੁੰਦੀ ਗੱਡੀ ਜਦੋਂ ਇਮੋਬਿਲਾਈਜ਼ਰ ਕੋਲ ਜਾਊਗਾ ਤਾਂ ਉਹ ਗੱਡੀ ਸਟਾਰਟ ਹੋਊ ਓਬੀਡੀ ਪੋਰਟ ਵੀ $50 ਦਾ ਹੀ ਆ ਇੱਕ ਹੋਰ ਇਨਵੈਸਟਮੈਂਟ ਹੋ ਗਈ ਉਹਨੇ ਚਾਬੀ ਵੀ ਕ੍ਰੀਏਟ ਕਰ ਲਈ ਤੇ ਓਬੀਡੀ ਪੋਰਟ ਦੇ ਵਿੱਚ ਓਬੀਡੀ ਲਾ ਕੇ ਇਮੋਬਿਲਾਈਜ਼ਰ ਨੂੰ ਬਾਈਪਾਸ ਕਰ ਦਿੰਦੇ ਆ ਫੇਰ ਸਟਾਰਟ ਹੋ ਜਾਂਦੀ ਆ ਪਰ ਉਹਦੇ ਲਈ ਥੋੜੀ ਮਿਹਨਤ ਵੱਧ ਆ ਉਹ ਦੇਖਿਆ ਹੋਣਾ ਨਾ ਜਿਹੜੀਆਂ ਵੀਡੀਓ ਆਉਂਦੀਆਂ ਕਈ ਕਿੱਟ ਜੀ ਪਈ ਘੁੰਮਦੇ ਹੁੰਦੇ ਤਾਰਾਂ ਹੀ ਲੈ ਫਿਰਦੇ ਹੁੰਦੇ ਆ ਉਹੀ ਜਗੜ ਉਹ ਜਗੜ ਹੁੰਦਾ ਉਹੀ ਉਹ ਦੂਜੇ ਵਾਲੇ ਨੇ ਉਹ ਜਿਹੜਾ ਇਹ ਆ ਇਹਦੇ ਚ ਕੋਈ ਤਾਰ ਨਹੀਂ ਲੈ ਕੇ ਜਾਣੀ ਪੈਂਦੀ ਉਹ ਅੱਛਾ ਇਹਦੇ ਚ ਘਰਾਂ ਮੋਰੇ ਐ ਡੋਰ ਮੋਰੇ ਐ ਲਈ ਫਿਰਦੇ ਹੁੰਦੇ ਆ ਵੀਡੀਓ ਦੇਖੀ ਨਾ ਇੱਕ ਕਾਰ ਕੋ ਹੁੰਦਾ ਦੂਜਾ ਹਾਰ ਜਾਂ ਲੈ ਕੇ ਖੜਾ ਹੁੰਦਾ ਐ ਤਾਂ ਘਰ ਦੇ ਕੋਲ ਇਹ ਹੈਗਾ ਫਸਟ ਲੈਵਲ ਜਿਹੜਾ ਪਹਿਲੀ ਗੱਡੀਆਂ ਦੇਣੀਆਂ ਨੋਰਮਲ ਗੱਡੀਆਂ ਆਉਂਦੀਆਂ ਉਹਨਾਂ ਚ ਇੰਨੀ ਕੀ ਡਿਵਾਈਸ ਆ ਬਸ ਹੋਰ ਕੁਝ ਨਹੀਂ ਲੋੜ ਉਹਨੂੰ ਕੋਈ ਵੱਡੇ ਜੰਮਰ ਜੁੰਮਰ ਚੱਕਣ ਦੀ ਲੋੜ ਨਹੀਂ ਸੈਂਸਰ ਉਸਰ ਉਹ ਹੈਗਾ ਦੂਜਾ ਸਿਨੈਰੀਓ ਜਿਹਦੇ ਚ ਹੈਗੀ ਆ ਪੁਸ਼ ਸਟਾਰਟ ਬਟਨ ਹੁਣ ਗੱਡੀਆਂ ਕਹਿੰਦੀਆਂ ਵੀ ਰੇਟ ਵਧਾਈ ਜਾਂਦੇ ਆ ਆਪਾਂ ਤੇ ਗੱਡੀ 'ਚ ਵਧੀਆ ਫੀਚਰ ਆਈ ਜਾਂਦੇ ਨੇ ਪੁਸ਼ ਸਟਾਰਟ ਬਟਨ ਆ ਗਿਆ ਚਾਬੀ ਜੇਬ 'ਚ ਗੱਡੀ ਸਟਾਰਟ ਵੀ ਹੋਣੀ ਖੁੱਲ੍ਹ ਵੀ ਆਉਣੀ ਆ ਉਹਦੀ ਨਾ ਰੇਂਜ ਹੁੰਦੀ ਹੈ ਕਿ ਜੇ ਮੰਨ ਲਓ ਤੁਸੀਂ ਆਪਣੀ ਚਾਬੀ ਆਪਦੇ ਡੋਰ ਡਰਾਈਵਰ ਕੋਲ ਲੈ ਕੇ ਜਾਓਗੇ ਤਾਂ ਉਹਦਾ ਡਰਾਈਵਰ ਡੋਰ ਖੁੱਲੂਗਾ ਜੇ ਤੁਸੀਂ ਉਹਨੂੰ ਟਰੰਕ ਕੋਲ ਲੈ ਗਏ ਪਿਛਲੇ ਪਾਸੇ ਤਾਂ ਡਰਾਈਵਰ ਡੋਰ ਨਹੀਂ ਖੁੱਲੂਗਾ ਗੱਡੀ ਸਟਾਰਟ ਨਹੀਂ ਹੋਊਗੀ ਉੱਥੋਂ ਤੁਹਾਡਾ ਟਰੰਕ ਖੁੱਲ੍ਹ ਸਕਦਾ ਉਹ ਗੱਡੀ ਨੂੰ ਇਹ ਵੀ ਸੈਂਸ ਕਰ ਲੈਂਦੀ ਹੈ ਵੀ ਇਹ ਕਿੱਥੇ ਖੜਾ ਬੰਦਾ ਮਤਲਬ ਉਹਦੀ ਰੇਂਜ ਇੰਨੀ ਘੱਟ ਆ ਤੇ ਮੰਨ ਲਓ ਤੁਹਾਡੇ ਘਰ ਦੇ ਉੱਪਰ ਉਹ ਕਿਸੇ ਰੂਮ 'ਚ ਪਈ ਆ ਚਾਬੀ ਹੈ ਨਾ ਤੇ ਐਵੇਂ ਹੀ ਪਈ ਹੈ ਨਾ ਗੱਡੀ ਤੁਹਾਡੀ ਬਾਹਰ ਖੜੀ ਆ ਉਹ ਦੋ ਬੰਦੇ ਆਉਣਗੇ ਉਹ 'ਚ ਦੋ ਬੰਦਿਆਂ ਦੀ ਲੋੜ ਆ ਦੋ ਬੰਦਾ ਵੱਧ ਗਿਆ ਇੱਕ ਬੰਦਾ ਵੱਧ ਗਿਆ ਮੈਕੈਨਿਜ਼ਮ ਹਨ ਇੱਕ ਖੜੂਗਾ ਤੁਹਾਡੀ ਗੱਡੀ ਕੋਲ ਇੱਕ ਡਿਵਾਈਸ ਲੈ ਕੇ ਡਿਵਾਈਸ ਏ ਤੇ ਡਿਵਾਈਸ ਬੀ ਦੂਜਾ ਬੰਦਾ ਲੈ ਕੇ ਤੁਹਾਡੇ ਘਰ ਦੇ ਆਲੇ ਵਾਲੇ ਗੇੜਾ ਕੱਢੂਗਾ ਉਹਨੇ ਸਿਗਨਲ ਕੈਚ ਕਰਨਾ ਤੁਹਾਡੀ ਚਾਬੀ ਦਾ ਜਿਹੜਾ ਬੀ ਵਾਲਾ ਜਿਹੜਾ ਘਰ ਦੇ ਆਲੇ ਦੁਆਲੇ ਗੇੜਾ ਕੱਢ ਰਿਹਾ ਉਹਨੂੰ ਸਿਗਨਲ ਜਿੱਥੇ ਹੀ ਮਿਲ ਗਿਆ ਉਹਨੇ ਕਹਿਣਾ ਲਓ ਜੀ ਬਣ ਗਈ ਗੱਲ ਉਹਨੇ ਨਾਲ ਹੀ ਉਹ ਸਿਗਨਲ ਟਰਾਂਸਮਿਟ ਕਰ ਦੇਣਾ ਸਿਗਨਲ ਉਹਦੀ ਡਿਵਾਈਸ 'ਤੇ ਗਿਆ ਘਰ ਦੇ ਨਾਲ ਜਿਹੜਾ ਵਾਲ 'ਤੇ ਖੜਾ ਵਾ ਉੱਥੋਂ ਸਿਗਨਲ ਉਹਦੀ ਰੇਂਜ ਵੱਧ ਗਈ ਰੇਂਜ ਬਹੁਤ ਵੱਧ ਗਈ ਹੁਣ ਉਹਦੀ ਉਹ ਗੱਡੀ ਵਾਲੇ ਕੋਲ ਪਹੁੰਚ ਗਈ ਜਿਹੜਾ ਗੱਡੀ ਕੋਲ ਬੈਠਾ ਵਾ ਜਿਹੜੀ ਕੀ ਦੀ ਰੇਂਜ ਸਿਰਫ ਸਰਟਨ ਏਰੀਏ ਤੱਕ ਹੀ ਉਹਦੀ ਹੁਣ ਵਧਾ ਕੇ ਉਹਨਾਂ ਨੇ ਉੱਥੇ ਤੱਕ ਵਧਾ ਦੀ ਗੱਡੀ ਨੂੰ ਲੱਗਦਾ ਵੀ ਸਿਗਨਲ ਆ ਗਿਆ ਸਿਗਨਲ ਆ ਗਿਆ ਓਨਰ ਆ ਗਿਆ ਖੋਲ ਦੇ ਗੱਡੀ ਓਪਨ ਵੀ ਹੋ ਗਈ ਤੇ ਗੱਡੀ ਸਟਾਰਟ ਵੀ ਹੋ ਗਈ ਕਿਉਂਕਿ ਗੱਡੀ ਨੂੰ ਸਿਗਨਲ ਹੀ ਚਾਹੀਦਾ ਉਹਦੇ ਤਾਂ ਕਿਤੇ ਪੋਰਟ 'ਚ ਆਪਾਂ ਗੱਡੀ ਲਾਉਣੀ ਨਹੀਂ ਨਾ ਵੀ ਜਿਹੜਾ ਇਮੋਬਿਲਾਈਜ਼ਰ ਵੀ ਕੰਮ ਕਰੇ ਉਹ 'ਚ ਇਮੋਬਿਲਾਈਜ਼ਰ ਵੀ ਹੈ ਨਹੀਂ ਇਨਵੈਸਟਮੈਂਟ ਮਹਿੰਗੀ ਆ ਕੰਮ ਸੌਖਾ ਹੋ ਗਿਆ ਚੋਰ ਦਾ ਕੰਮ ਬਹੁਤ ਈਜ਼ੀ ਹੋ ਗਿਆ ਇਨਵੈਸਟਮੈਂਟ ਘੱਟ ਆ ਪਰ ਕੰਮ ਥੋੜਾ ਔਖਾ ਉਹ ਵੀ ਰਿਪੋਰਟ ਵੀ ਲਾਊਗਾ ਵੀ ਉਹ ਇਮੋਬਿਲਾਈਜ਼ਰ ਬਾਈਪਾਸ ਕਰੂਗਾ ਚਾਬੀ ਵੀ ਬਣਾਊਗਾ ਪਰ ਜਿਹੜਾ 80-90 ਹਜ਼ਾਰ ਡਾਲਰ ਦੀ ਗੱਡੀ ਚੋਰੀ ਕਰਕੇ ਲੈ ਗਏ ਆ ਇੰਨੀ ਕੁ ਮਿਹਨਤ ਤਾਂ ਕਰ ਲੈਂਦੇ ਆ ਉਦਾਂ ਹੈਗੇ ਤਾਂ ਸਾਰੇ ਕੰਮ ਜਿੱਦਾਂ ਟੀ ਰੈਕਸ ਦੀ ਪਹਿਲਾਂ ਗੱਲ ਕੀਤੀ ਆ ਉਹ ਚੋਰੀ ਹੋਏ ਆ ਉਹ ਹਨਾ ਆਪਾਂ ਵੀਡੀਓ ਦੇਖੀ ਸੀ ਇਹਨਾਂ ਸਾਰੀਆਂ ਗੱਡੀਆਂ 'ਚ ਪੁਸ਼ ਸਟਾਰਟ ਬਟਨ ਆ $20,000 ਤੋਂ ਉੱਪਰ ਸਾਰੀਆਂ ਗੱਡੀਆਂ ਜੀ ਹੁਣ ਪੁਸ਼ ਸਟਾਰਟ ਬਟਨ ਆ ਜਿਹੜੀਆਂ ਮੈਨੂੰ ਲੱਗਦਾ 12-13 ਤੋਂ ਬਾਅਦ ਬਣੀਆਂ ਬਣ ਰਹੀਆਂ ਸਾਰੀਆਂ ਜੇ ਆ ਰਹੇ ਆ ਮੋਸਟਲੀ ਤੇ ਉਹਦਾ ਸੇਫੈਸਟ ਮੈਥਡ ਇਹੀ ਆ ਵੀ ਤੁਸੀਂ ਉਹੀ ਸੇਮ ਚੀਜ਼ RFID ਬਲੌਕਰ ਰੱਖੋ ਪ੍ਰੋਡਕਸ਼ਨ ਜਿਹੜਾ ਬਾਕਸ ਹੀ ਆਉਂਦਾ ਨਾ ਉਹ ਲੈ ਲਓ ਰੱਖੋ ਹੁੰਦੀ ਨਹੀਂ ਹੈ ਨਾ ਸਟੀਅਰਿੰਗ ਲੌਕ ਲੈ ਲਓ ਹਨਾ ਉਹ ਵੀ ਚਲੋ ਉਹ ਵੀ ਖੋਲ ਲੈਂਦੇ ਆ ਪਰ ਉਹ ਥੋੜੀ ਮਿਹਨਤ ਕਰਨੀ ਪੈਂਦੀ ਹੈ ਵੀ ਲੈ ਜਾਂਦੇ ਆ ਜਦੋਂ ਤੂੰ ਮੈਨੂੰ ਪਿੱਛੇ ਜਿਹਾ ਦੱਸਿਆ ਸੀ ਉਹ ਬੰਦੇ ਨੇ 2 ਵਾਰ ਟੀ ਰੈਕਸ ਲਿਆ ਉਹ ਦੂਜੀ ਵਾਰ ਕਹਿੰਦੇ ਉਹ ਪਹਿਲੀ ਵਾਰ ਉਂਗ ਚੋਰੀ ਕਰਕੇ ਲੈ ਕੇ ਦੂਜੀ ਵਾਰ ਲੌਕ ਲੁਕ ਲਾਇਆ ਵੱਢ ਕੇ ਲੈ ਗਏ ਅਗਲੇ ਵਾਡੇ ਚਲੋ ਮਿਹਨਤ ਤਾਂ ਕਰਦੇ ਉਹਨਾਂ ਨੂੰ ਥੋੜੀ ਜਿਹੜੇ ਆਪਣੇ ਵਰਗੇ ਲੇਮੈਨ ਨੇ ਨਾ ਜਿਨ੍ਹਾਂ ਨੂੰ ਟੈਕ ਦੇ ਬਾਰੇ ਇੰਨੀ ਇਨਫੋਰਮੇਸ਼ਨ ਨਹੀਂ ਹੈਗੀ ਉਹ ਵੀ ਆਪਦਾ ਦਿਮਾਗ ਬਹੁਤ ਲੜਾਉਂਦੇ ਆ ਉਹ ਕਹਿੰਦੇ ਚੋਰ ਸਵਾ ਸੇ ਚੋਰ ਸ਼ੇਰ ਤੇ ਮੈਂ ਸਵਾ ਸੇ ਕਿੱਦਾਂ ਬਚਾਉਂ ਇਹ ਟੈਗ ਪਾਉਣੇ ਸ਼ੁਰੂ ਕਰਤੇ ਗੱਡੀਆਂ 'ਚ ਉਹ ਏਅਰ ਟੈਗ ਰੱਖ ਦਿੰਦੇ ਗੱਡੀ ਚਾਬੀ ਉਹਨਾਂ ਨੂੰ ਲੱਗਦਾ ਵੀ ਏਅਰ ਟੈਗ ਨੇ ਮੇਰੀ ਗੱਡੀ ਸੇਫ ਕਰ ਲੈਣੀ ਆ ਮੰਨ ਲਓ ਚੋਰ ਆਇਆ ਚੋਰ ਕੋਲ ਹੈਗਾ ਆਈਫੋਨ ਚੋਰ ਗੱਡੀ ਲੈ ਕੇ ਜਾ ਰਿਹਾ ਚੋਰੀ ਕਰ ਲਈ ਗੱਡੀ ਉਹਨੇ ਲੈ ਕੇ ਜਾ ਰਿਹਾ ਪੋਰਟ ਵੱਲ ਨੂੰ ਤੇ ਉਹਦੇ ਕੋਲ ਹੁਣ ਆਈਫੋਨ ਤੇ ਹੁਣ ਏਅਰ ਟੈਗ ਦੇ ਇੱਕ ਫੀਚਰ ਆ ਵੀ ਪ੍ਰਾਈਵੇਸੀ ਦਾ
ਬਈ ਜਿਹੜਾ ਬੰਦਾ ਉਹਦੇ ਨਾਲ ਸਰਟਨ ਪੀਰੀਅਡ ਆਫ ਟਾਈਮ ਤੋਂ ਵੱਧ ਰਹਿ ਲੈਂਦਾ ਵਾ ਉਹਨੂੰ ਦੱਸ ਦਿੰਦਾ ਫੋਨ ਤੇ ਸਿਗਨਲ ਦੇ ਕੇ ਤੁਹਾਨੂੰ ਕੋਈ ਏਅਰ ਟੈਗ ਟੈਗ ਉਹ ਟਰੈਕ ਕਰ ਰਿਹਾ ਹਾਂ ਵੀ ਕੋਈ ਏਅਰ ਟੈਗ ਤੁਹਾਨੂੰ ਟਰੈਕ ਕਰ ਰਿਹਾ ਹੁਣ ਉਹ ਤਾਂ ਚੋਰ ਏਅਰ ਟੈਗ ਨੂੰ ਥੋੜੀ ਪਤਾ ਵੀ ਮੈਂ ਚੋਰ ਨੂੰ ਦੱਸੀ ਜਾਂਦਾ ਵਾ ਉਹਨੇ ਉਹਦੇ ਉੱਥੇ ਕਹਿਣਾ ਓਕੇ ਵੀ ਕਿੱਥੇ ਆ ਏਅਰ ਟੈਗ ਉਹਨੇ ਫਾਈਂਡ ਆਊਟ ਕਰਿਆ ਉਹ ਨਾਲੇ ਟੂ 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 ਹੋਣ ਲੱਗ ਜਾਂਦੀ ਆ ਬਈ ਉਹ ਸਿਗਨਲ ਕਿੱਧਰ ਨੂੰ ਏਅਰ ਟੈਗ ਪਿਆ ਵਾ ਏਅਰ ਟੈਗ ਕੱਢ ਕੇ ਸੈੱਟ ਕੇ ਉਹ ਜਾਂਦਾ ਉਹ ਮੈਨੂੰ ਕਹਿੰਦੇ ਫੋਨ ਆਇਆ ਕਹਿੰਦੇ ਵੀ ਲੱਗਦਾ ਕਿਸੇ ਨੇ ਏਅਰ ਟੈਗ ਲਾ ਤਾ ਆਪਣੀ ਮੈਂ ਦੱਸਿਆ ਨੀ ਸੀ ਕਹਿੰਦੇ ਲੱਗਦਾ ਏਅਰ ਟੈਗ ਲਾ ਗਿਆ ਬਈ ਇਹ ਡਿਟੈਕਟ ਕਰੀ ਜਾਂਦਾ ਪਤਾ ਨੀ ਲੱਗਦਾ ਕਿੱਥੇ ਉਹ ਮੈਂ ਕਿਹਾ ਮੈਂ ਹੀ ਅੱਜ ਚੋਰ ਮੈਂ ਹੀ ਹਾਂ ਮੇਰੇ ਦਿਮਾਗ ਮੇਰੇ ਦਿਮਾਗ 'ਚ ਹੋਰ ਗੱਲ ਜੀ ਪੈ ਗਈ ਮੈਂ ਕਿਹਾ ਕਿਸੇ ਹੋਰ ਨੇ ਦੂਜਾ ਨਾ ਲਾਤਾ ਹੋਵੇ ਮੈਂ ਭਰਾਵਾ ਆ ਕੇ ਗੱਡੀ ਦੇ ਥੱਲੇ ਬੜਿਆ ਫਿਰ ਹੁਣ ਥੱਲੇ ਲੈਟਾਂ ਲੁੱਟ ਮਾਰ ਕੇ ਦੇਖਿਆ ਮੈਂ ਕਿਹਾ ਮੇਰਾ ਹੀ ਆ ਮੇਰਾ ਹੀ ਆ ਇੱਕ ਹੋਰ ਟਰੈਕਿੰਗ ਦੀ ਡਿਵਾਈਸ ਹੈਗੀ ਆ ਇੱਕ ਛੋਟੀਆਂ ਛੋਟੀਆਂ ਡਿਵਾਈਸਾਂ ਆਉਂਦੀਆਂ ਨੇ ਉਹਦੇ 'ਚ ਸਿਮ ਕਾਰਡ ਪੈਂਦਾ ਵਾ ਆਪਣੇ ਉਹ ਜ਼ਿਆਦਾ ਲੋਕ ਤਾਂ ਨਹੀਂ ਯੂਜ਼ ਕਰਦੇ ਕਿਉਂਕਿ ਆਪਣੇ ਸਿਮ ਕਾਰਡ ਦੀ ਫੀਸ ਜ਼ਿਆਦਾ ਉਹ ਮੰਨ ਲਓ ਤੁਸੀਂ ਸਿਮ ਕਾਰਡ ਲਿਆ ਇੰਟਰਨੈੱਟ ਵਾਲਾ ਸਿਮ ਕਾਰਡ ਤੁਹਾਨੂੰ ਲੈਣਾ ਪੈਣਾ ਦੋ ਹੀ ਤਰੀਕੇ ਹੁੰਦੇ ਆ ਏਅਰ ਟੈਗ ਯੂਜ਼ ਕਰਦਾ ਜਿਹੜੇ ਆਲੇ ਦੁਆਲੇ ਆਈਫੋਨ ਨੇ ਉਹਨਾਂ ਦੀ ਲੋਕੇਸ਼ਨ ਉਹਨਾਂ ਤੋਂ ਨੈਟਵਰਕ ਦਾ ਐਕਸੈਸ ਲੈ ਕੇ ਦੱਸ ਦਿੰਦਾ ਉਹਨਾਂ ਦੇ ਥਰੂ ਅੱਗੇ ਵੀ ਓਨਰ ਨੂੰ ਵੀ ਕਿੱਥੇ ਆ ਅਤੇ ਆਈ ਜਿਹੜਾ ਉਹ ਸਿਮ ਆ ਉਹ ਹੈਗਾ ਬਈ ਡੇਟਾ ਯੂਜ਼ ਕਰੂਗਾ ਟਾਵਰਾਂ ਦਾ ਅਤੇ ਉੱਥੋਂ ਦੱਸੂ ਪਰ ਇਹ ਹੁਣ ਜੇ ਆਪਾਂ ਇੱਥੇ ਸਿਮ ਲੈ ਕੇ ਗੱਡੀ 'ਚ ਪਾਉਣਾ ਹੋਵੇ ਸਿਰਫ ਆਪਾਂ ਨੂੰ ਉਹਦੇ ਲਈ ਫਿਰ ਉਹ $30-40 ਵੀ ਖਰਚਣੇ ਪੈਣੇ ਆ ਤਾਂ ਕਰਕੇ ਕੋਈ ਲੈਂਦਾ ਨਹੀਂ ਉਹ ਲੈਂਦਾ ਨਹੀਂ ਉਹ ਇਹ ਆ ਵੀ ਉਹ ਫਿਰ ਉਸੇ ਨੈਟਵਰਕ ਦਾ ਸਿਗਨਲ ਜਾਂ ਟਰਾਂਸਮਿਟ ਕਰਕੇ ਤੁਹਾਨੂੰ ਦੱਸੀ ਜਾਂਦਾ GPS ਦੀ ਲੋਕੇਸ਼ਨ ਤੁਹਾਡੇ ਫੋਨ ਦੇ ਉੱਤੇ ਹਾਂ ਮੈਨੂੰ ਵੀ ਇਹਨਾਂ ਦੀ ਈਮੇਲ ਜੀ ਆਈ ਹੋ ਸੀ ਕਿ ਉਹ ਤੁਸੀਂ ਲਵਾ ਲਓ ਟਰੈਕਰ ਲਵਾ ਲਓ ਆਪਣੀ ਗੱਡੀ ਦੇ ਵਿੱਚ ਫ੍ਰੀ ਲਾਉਂਦੇ ਸੀ ਪਰ ਉਹਦੀ ਸਬਸਕ੍ਰਿਪਸ਼ਨ ਆ ਮਹੀਨੇ ਨਹੀਂ ਫ੍ਰੀ ਉਹ ਫ੍ਰੀ ਦਿੰਦੇ ਸੀ ਪਰ ਇਹਨਾਂ ਜਾਣੀ ਗੱਡੀ ਚੋਰੀ ਹੋਣ ਰੋਕਣਾ ਤਾਂ ਹੈ ਨਹੀਂ ਤੁਹਾਨੂੰ ਮਨ ਖਰਾਬ ਹੋਈ ਜਾਣਾ ਹਾਏ ਮੇਰੀ ਗੱਡੀ ਇੱਥੇ ਪਹੁੰਚ ਗਈ ਹਾਏ ਚਲ ਗਈ ਸ਼ਿਪ ਹਾਏ ਸਮੁੰਦਰ ਚਲ ਗਈ ਗੱਡੀ ਮੇਰੀ ਰਾਹ ਜਿਹਨੇ ਲੈ ਕੇ ਜਾਣੀ ਉਹ ਤਾਂ ਲੈ ਜਾਣੀ ਫਿਰ ਉਹ ਤਾਂ ਜੇ ਆਪਾਂ ਫਿਰ ਇੰਟਰਨੈਸ਼ਨਲ ਲਈ ਵਾਲੀ ਕਰਨੀ ਆ ਫਿਰ ਉਹਨੂੰ ਆਪਾਂ ਨੂੰ ਇੰਟਰਨੈਸ਼ਨਲ ਪਲਾਨ ਵੀ ਲੈ ਕੇ ਦੇਣਾ ਪੈਣਾ ਉਹ ਸਿਮ ਦੇ ਵਿੱਚ ਇੰਟਰਨੈਸ਼ਨਲ ਰੋਮਿੰਗ ਵਾਲਾ ਮੰਨ ਲਓ ਇਨਵੈਸਟਮੈਂਟ ਬਹੁਤ ਜ਼ਿਆਦਾ ਆ ਇੱਥੋਂ ਚੋਰੀ ਹੋ ਲੈਂਦਾ ਕੋਈ ਚੋਰੀ ਇੱਥੋਂ ਬਾਰਡਰ ਟੱਪੀ ਨਾਈਜੀਰੀਆ ਚਲ ਗਈ ਇਹ ਜਵਾਨੇ ਬੰਦਾ ਚੇਂਜ ਤਾਂ ਕਰ ਲੈਂਦਾ ਚਲੋ ਫਿਰ ਜੀ ਅੱਜ ਦਾ ਪੋਡਕਾਸਟ ਕਰਦੇ ਆ ਇੱਥੇ ਖਤਮ ਕਿੱਦਾਂ ਦੀ ਲੱਗੀ ਗੱਲਬਾਤ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੋਈ ਕੁਐਸਚਨ ਹੈਗਾ ਤੁਹਾਡਾ ਜਾਂ ਹੋਰ ਕੋਈ ਗੱਲਬਾਤ ਕਹਿਣੀ ਆ ਤਾਂ ਇੰਸਟਾਗ੍ਰਾਮ ਦੇ ਆ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹਾਂ ਕੋਈ ਸੁਝਾਅ ਕਮੈਂਟਾਂ ਦੇ ਵਿੱਚ ਦੇ ਸਕਦੇ ਹਾਂ ਅਤੇ ਮਿਲਦੇ ਅਗਲੇ ਪੋਡਕਾਸਟ ਵਿੱਚ ਭਾਅ ਜੀ ਤੁਸੀਂ ਆਏ ਬਹੁਤ ਬਹੁਤ ਥੈਂਕ ਯੂ ਸਾਡਾ ਤੁਹਾਡਾ ਵੀ ਥੈਂਕ ਯੂ ਚਲੋ ਜੀ ਮਿਲਦੇ ਹਾਂ ਅਗਲੇ ਪੋਡਕਾਸਟ ਸਤਿ ਸ਼੍ਰੀ ਅਕਾਲ